ਸਾਡੇ ਜਿਹੜੇ ਥਾਣੇਦਾਰ ਆਈ ਜੀ ਉਹ ਸਾਡੇ ਸ਼ਹਿਰ ਦਾ ਕੋਈ ਇੱਕ ਵੀ ਆਦਮੀ ਮਰਨ ਨਹੀਂ ਦਿੱਤਾ। ਇੱਕ ਰੇਲਵੇ ਦੇ ਜਿਹੜੇ ਰੇਲਵੇ ਸਟੇਸ਼ਨ ਮਾਸਟਰ ਤੋਂ ਉਹਦੀ ਫੈਮਿਲੀ ਆਈ, ਉਹ ਆਪਣੀ ਬੇਵਕੂਫੀ ਦੀ ਵਜ੍ਹਾ ਕਰਕੇ ਉਹ ਉਹਨਾਂ ਦਾ ਕਤਲ ਥੀ ਗਿਆ ਸੀ। ਉਹ ਗੱਡੀ 'ਚ ਆ ਗਏ, ਮੇਰੇ ਵਾਲਿਦ ਵੱਤ ਰਹਿ ਗਏ ਉੱਥਾਂ। ਅੱਛਾ, ਉਹ ਕੁਛ ਗੱਡੀ ਭਰ ਗਈ ਆਈ ਜਾਂ ਕਿਹਾ ਗਾਲ ਆਈ ਜਾਂ ਕੋਈ ਸਮਾਨ ਰਹਿ ਗਿਆ ਏ, ਉਹ ਉੱਥੋਂ ਬੋਲਾ ਟਰੱਕ ਦੇ ਉੱਤੇ ਉਹਨਾਂ ਕੋਲ ਮਿਲਟਰੀ ਗਿਣ ਗਈ ਲਈਆ, ਉਹ ਵੱਤ ਡੂਤ ਰਹਿਣੀਆਂ ਦੇ ਬਾਅਦ ਲਈਆ ਤੋਂ ਗੱਡੀ ਦੇ ਵਿੱਚ, ਮਤਲਬ ਤ੍ਰੈ ਕਿਸ਼ਤਾਂ ਦੇ ਵਿੱਚ ਸਾਰਾ ਫੈਮਿਲੀ ਜਿਹੜੀ ਹੈ ਕੰਪਲੀਟ ਸੀ, ਤ੍ਰੈ ਕਿਸ਼ਤਾਂ ਦੇ ਵਿੱਚ ਪਹੁੰਚੀ। ਅਤੇ ਮਾਪ ਜਿਹੜੇ ਵੇਲੇ ਆਇਆ ਅਤੇ 250 ਆਦਮੀ ਹਨ, ਉਹ ਗੁਰਮੁਖ ਸਿੰਘ ਵੀ ਘਬਰਾ ਗਿਆ ਵੀ ਮੈਂ ਇਹਨਾਂ ਦਾ ਮੁਕਾਬਲਾ ਕਿਵੇਂ ਕਰੇ ਸਾਂ। ਤਾਂ ਉਹ ਕੀ ਕੀਤਾ, ਉਹਦੀ ਬੀਵੀ ਬਿਮਾਰ ਪਈ ਆਈ ਇੱਕ ਮੰਜੇ ਦੇ ਉੱਤੇ ਅਤੇ ਕੰਬਲ ਪਾਇਆ ਏ, ਉੱਤੇ ਸਰਦੀ ਲੱਗ ਰਹੀ ਹੈ, ਉਹ ਕੋ ਹੋਰ ਕੁਝ ਨਹੀਂ ਸੁਝਿਆ ਨਾ, ਉਹ ਬੀਵੀ ਉਹਦੇ ਵੰਝ ਕੇ ਤੋਂ ਬੀਵੀ ਦੇ ਪਿੱਛੋਂ ਉਹ ਬੀਵੀ ਦੇ ਨਾਲ ਸਮਾ ਦਿੱਤਾ ਉਹ। ਅੱਛਾ, ਸਾਕਿਬ ਵਜ਼ੀਰ ਵੀ ਕੋ ਉੱਤੋਂ ਕੰਬਲ ਪਾ ਦਿੱਤਾ। ਉਹ ਸਾਰੇ ਮਾਂ ਆਇਆ ਜਿਹੜੇ ਡਿੱਠਾ, ਉਹਨਾਂ ਸਾਰੇ ਕਮਰਿਆਂ ਦੀ ਤਲਾਸ਼ੀ ਲਿੱਤੀ, ਤਾਂ ਉਹ ਕਮਰੇ ਜਿਲ੍ਹੇ ਲਗਾਏ ਤਾਂ ਕਹਿੰਦੇ ਮੇਰੀ ਬੀਵੀ ਬਿਮਾਰ ਹੈ, ਸਰਦੀ ਲੱਗੀ ਪਈ ਹੈ ਅਤੇ ਕੰਬਲ ਪਾਇਆ ਹੈ। ਤਾਂ ਉਹਦਾ ਮੂੰਹ, ਬੀਵੀ ਦਾ ਮੂੰਹ ਉਹ ਸਾਹਮਣੇ ਆਈ, ਉਹ ਨਜ਼ਰ ਆਉਂਦਾ ਪਿਆ ਸੀ। ਮਤਲਬ ਉਹ ਜਿਹੜੇ ਆਏ ਹਨ ਬਦਮਾਸ਼ ਮਾਰਨ ਵਾਸਤੇ, ਉਹ ਆਪਣੇ ਖਾਬੋ ਖਿਆਲ ਵਿੱਚ ਵੀ ਇਹ ਨਹੀਂ ਸੋਚ ਸਕਦੇ ਹਨ ਕਿ ਇੱਕ ਸਿੱਖ ਆਪਣੇ ਮੁਸਲਮਾਨ ਦੋਸਤ ਵਾਸਤੇ ਇਤਨੀ ਵੱਡੀ ਕੁਰਬਾਨੀ ਵੀ ਦੇ ਸਕਦੇ। ਨੀਂਹ ਰਾਤੀ ਮੈਂ ਲੁਕ ਲੁਕ ਰੋਵਾਂ ਜੀ, ਨੀਂਹ ਰਾਤੀ ਮੈਂ ਲੁਕ ਲੁਕ ਰੋਵਾਂ, ਨੀਂਹ ਰਾਤੀ ਕੁਰਲਾਵਾਂ, ਕਹਿਕੂੰ ਦਿਲ ਦਾ ਹਾਲ ਸੁਣਾਵਾਂ, ਕਹਿਕੂੰ ਫੱਟ ਦਿਖਾਵਾਂ। ਹਾਏ ਹਾਏ, ਤੂਨੇ ਹਰ ਗਮ ਸੇ ਨਵਾਜ਼ਾ ਹੈ, ਤੂਨੇ ਹਰ ਗਮ ਸੇ ਨਵਾਜ਼ਾ ਹੈ, ਤੇਰਾ ਖਾਸ ਕਰਮ ਜੀ ਬਹੁਤ ਅੱਛਾ, ਤੂਨੇ ਹਰ ਗਮ ਸੇ ਨਵਾਜ਼ਾ ਹੈ, ਤੇਰਾ ਖਾਸ ਕਰਮ, ਮੁਝਕੋ ਤੋ ਅਬ ਯੇ ਵੀ ਨਹੀਂ ਯਾਦ ਕਿ ਕਿਆ ਮਾਂਗਾ। ਰਾਮ ਰਾਮ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਅਲੈਕੁਮ। ਮੈਂ ਹਾਂ ਤੁਹਾਡਾ ਕੇਸ਼ਵ ਮੁਲਤਾਨੀ, ਅਗੇਨ ਇੱਕ ਉਸ ਸ਼ਖਸੀਅਤ ਦੇ ਨਾਲ ਜਿਸ ਨੂੰ ਤੁਸੀਂ ਬੜੇ ਹੀ ਚਾਹ ਨਾਲ ਸੁਣਨਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹਾਵੇ, ਤਾਂ ਮੈਂ ਗਿਣ ਕੇ ਆਇਆ ਉਹ ਸ਼ਖਸ ਨੂੰ ਜਿਨ੍ਹਾਂ ਦਾ ਤਾਰੁਫ ਉਹ ਖੁਦ ਕਰਵੇ ਸਨ, ਮੈਂ ਕਹਿਣਾ ਕਰੇ ਸਾਂ। ਨਾਮ ਹੈ ਉਹਨਾਂ ਦਾ, ਤੁਹਾਡੇ ਘਰਾਂ 'ਚ ਵੀ ਆਉਂਦਾ, ਤੁਹਾਡੀ ਛੱਤਾਂ 'ਤੇ ਵੀ ਆਉਂਦਾ। ਚੰਦ ਸਾਹਿਬ, ਰਾਮ ਰਾਮ। ਰਾਮ ਰਾਮ ਬੇਟੇ, ਜੀਤੇ ਰਹੋ। ਚੰਦ ਸਾਹਿਬ, ਸਾਡੇ ਵੇਖਣ ਵਾਲੇ ਜਿਹੜੇ ਬੰਦੇ ਹਨ ਪਏ ਯਾਰਾਂ ਕੰਟਰੀਆਂ 'ਚ ਸਾਕੂ ਦੇਖਦੇ ਹਨ, ਅਤੇ ਸਪੈਸ਼ਲੀ ਜਿਹੜੇ ਤੁਹਾਡੇ ਪਿਆਰ ਕਰਨ ਵਾਲੇ ਬੰਦੇ ਬੈਠੇ ਨੇ, ਉਹ ਤੁਹਾਡੀ ਜਿਹੜੀ ਜਨਮ ਭੂਮੀ ਹੈ, ਤੁਹਾਡੀ ਮਾਤਰ ਭੂਮੀ ਹੈ ਪਾਕਿਸਤਾਨ, ਅਤੇ ਤੁਹਾਡਾ ਜਿਹੜਾ ਇਲਾਕਾ ਹੈ ਲਈਆ, ਉੱਥੋਂ ਵਾਲੇ ਬੰਦੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ। ਮਤਲਬ ਉਹਨਾਂ ਦੇ ਫੋਨ ਕਰਕੇ ਤਾਂ ਹੀ ਮੈਂ ਤੁਹਾਨੂੰ ਆਖਾਂ ਕਿ ਮੇਰੇ ਕੋਲ ਟਾਈਮ ਦਿਓ, ਮੈਂ ਪਰੇਸ਼ਾਨ ਦਿਆ ਵੀ ਹਾਂ। ਬਹੁਤ ਸ਼ੁਕਰੀਆ। ਮੈਂ ਪਹਿਲੂ ਆਪਣੇ ਉਹਨਾਂ ਦੋਸਤਾਂ ਕੋਲ ਜਿਹੜੇ ਮੇਰੇ ਇਲਾਕੇ ਦੇ ਦੋਸਤ ਹਨ ਜਾਂ ਜਿਹੜੇ ਵੀ ਜਿੱਥੇ ਜਿੱਥੇ ਬੈਠੇ ਹਨ ਸਰਾਇਕੀ ਦੋਸਤ ਜਿਹੜੇ ਪ੍ਰੋਗਰਾਮ ਨਿਧਿਨ ਤੁਹਾਡਾ, ਉਹਨਾਂ ਕੋਲ ਸਲਾਮ ਆਪਣਾ ਦੇਵਣ ਤੋਂ ਪਹਿਲੇ ਤੁਹਾਨੂੰ ਮੈਂ ਮੁਬਾਰਕਬਾਦ ਦੇਣਾ ਔਰ ਬੜਾ ਆਪਣਾ ਇਜ਼ਹਾਰ ਕਰੇ ਨਾ ਆਪਣੀ ਸ਼ੁਕਰੀਆ ਦਾ ਵੀ ਕਿ ਤੁਸਾਂ ਆਪਣੀ ਮਾਂ ਬੋਲੀ ਕੋ, ਆਪਣੇ ਇਲਾਕੇ ਦੀ ਮਰਜਾਤ ਕੋ, ਕਲਚਰ ਕੋ ਸੰਭਾਲਿਆ ਹੋਏ ਔਰ ਉਕੂ ਅੱਗੋਂ ਉਕੂ ਫੈਲਾਉਂਦੇ ਪਏ ਹੋ, ਅਤੇ ਇਹ ਬੜੀ ਖੁਸ਼ੀ ਦੀ ਗੱਲ ਹੈ। ਬਹੁਤ ਸਾਰੇ ਲੋਕ ਮੈਨੂੰ ਪਤਾ ਹੈ ਤੁਹਾਡੇ ਨਾਲ ਜੁੜੇ ਹੋਏ ਨੇ, ਅਤੇ ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਵਧਾਈ ਔਰ ਮੇਰੀ ਦੁਆ ਹੈ ਕਿ ਤੁਹਾਡਾ ਇਹ ਸਿਲਸਿਲਾ ਰੱਬ ਤੁਹਾਨੂੰ ਤੌਫੀਕ ਦੇਵੇ ਕਿ ਇਹ ਸਿਲਸਿਲਾ ਤੁਹਾਡਾ ਇਵੇਂ ਅੱਗੋਂ ਵੀ ਹੋਰ ਤੇਜ਼ੀ ਦੇ ਨਾਲ ਚੱਲਦਾ ਰਹੇ। ਸ਼ੁਕਰੀਆ। ਜਾਂ ਮੇਰੀ ਜਨਮ ਭੂਮੀ ਦੇ ਬਾਰੇ ਪੁੱਛੇ, ਮੇਰੀ ਜਨਮ ਭੂਮੀ ਮੇਰੇ ਕਸਬੇ ਦਾ ਨਾਂ ਆਈ ਕਰੋੜ ਲਾਲ ਈਸਨ ਜੀ। ਹਾਂ, ਲਾਲ ਈਸਨ ਹੀ ਕਰਕੇ ਆਦਿਆਂ ਨੂੰ ਉੱਥਾਂ ਇੱਕ ਮਜ਼ਾਰ ਹੈ, ਮਕਬਰਾ ਹੈ, ਜਿੱਥਾਂ ਹਰ ਸਾਲ ਮੇਲਾ ਲੱਗਦੇ 14 ਦਾ ਜੀ। ਹਾਂ, ਔਰ ਉਹਦੇ ਜਿਹੜੇ ਸਭ ਤੋਂ ਪਹਿਲੇ ਜਿਹੜੇ ਆਉਂਦੇ ਹਨ ਆਪਣੇ ਸੂਫੀ ਸੰਤ ਜਿਨ੍ਹਾਂ ਦੇ ਨਾਂ ਦੇ ਉੱਤੇ ਆਈ, ਉਹਨਾਂ ਦੇ ਜਿਹੜੇ ਗੁਰੂ ਹਨ ਉਹ ਲਾਲ ਦੇ ਨਾਂ 'ਤੇ ਸਜਾਉਂਦੇ ਹਨ, ਅਤੇ ਇਹ ਕਰੋੜ ਦਾ ਨਾਂ ਜਿਹੜਾ ਹੈ ਕਰੋੜ ਲਾਲ ਈਸਨ ਠੀਕ ਹੈ। ਵੈਸੇ ਵੀ ਇੱਕ ਕਰੋੜ ਬੀਆ ਵੀ ਹੈ, ਉਹ ਮੁਲਤਾਨ ਜ਼ਿਲ੍ਹੇ ਦੇ ਵਿੱਚ ਹੈ, ਅਤੇ ਉਹਨਾਂ ਨੂੰ ਹੈ ਕੋ ਮਤਲਬ ਵੱਖਰੀ ਪਛਾਣ ਕਰਨ ਕਰਕੇ ਇੱਕ ਕਰੋੜ ਲਾਲ ਈਸਨ ਦਾ ਨਾਂ ਆਏਗਾ। ਇਹ ਉਹ ਵੇਲੇ ਜਿਸ ਵੇਲੇ ਵਤਨ ਤਕਸੀਮ ਥਿਆ ਜੀ, ਉਹ ਵੇਲੇ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਵਿੱਚ ਆਈ ਔਰ ਲਈਆ ਇੱਕ
तहसील आई, मतलब चार तहसील हन, मैं अपने सफरनामे भी जिक्र किया है जी कि साढ़े प्राइमरी स्कूल जिथे मैं पढ़ता हम करोड़ दे विच जी उन्दे एक जमात एक क्लासरूम दे अंदर एक चार्ट लग्या होया जिला मुजफ्फरगढ़ के बारे च उन्दे ते एक नज़म आई जिला मुजफ्फरगढ़ के बारे जिंदा पहला शेर मैं को हाले तक याद है कि वो लिखा है कि चार तहसीलों विच जिले दे सुन ले मेरे भैया अलीपुर मुजफ्फरगढ़ कोटअदू ते लैया। वाह, ये शेर जड़ा है इन्हें मुताबिक उन वेले चार तहसीलें हन तो मुजफ्फरगढ़ खुद जिला भी आई तहसील भी आई ते अलीपुर मुजफ्फरगढ़ हो गया कोटअदू ते लैया ते मुल्क दी तकसीम दे बाद कुछ साल दे बाद लैया जड़ा है बजाते खुद एक जिला दा सदर मकाम बन गया ते हुण जड़ा मेरा कस्बा है करोड़ लाल ईसन ये हुण जिला लैया दे तहत आंदे। तुस आपने स्कूल दी गल कीती है तो तुहाकू ही मतलब ही वेले अपनी जमात भी याद हो सी? नहीं, मैं असल च गल के आई कि मेरे वालिद हेडमास्टर हन। अच्छा, उन्हों दी पोस्टिंग उथा नाई करोड़ नाई जी है। करोड़ तो मैं प्राइमरी स्कूल छोटा हम जन बहुत छोटा हम तो मेरा ख्याल पहली दूजी या तीजी जमात तक करोड़ दे स्कूल च उथा एक हाई उथा एक मंडी आई उन्दे अंदर स्कूल आई उन स्कूल दी बिल्डिंग मैं को याद है थोड़ी जी तो वो तो बहुत लोअर जमातें मैं उथा रही उन्दे बाद तो जिथे वालिद दी पोस्टिंग रही ना पहले वहाँ भजरा हन जी वह तो कलूरकोट आ गए। कलूरकोट बड़ा मशहूर शहर है। अच्छा, मशहूर दो शैयां नाल मशहूर है, मैं वो दसा भी देवा जी। एक तो जरा पचरंगा अचार बड़ा मशहूर इंटरनेशनल है अजकल। हाँ, पचरंगा अचार दे जड़े शुरू विच मालिक हन जी वो दो भरा हन शायद मुरलीधर ते राम नारायण। अच्छा, उन्होंने नाँ तो मैं को उन्होंने दुकान भी याद है, छोटी जी दुकान आई जिथों उन्होंने शुरुआत की आई कलूरकोट दे विच मुरलीधर राम नारायण ये नाम है। ये पचरंगा तो बाद इतना आके नाम शायद है इसका तो हूँ तो खैर बहुत वड्डा है, सारी 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 दुनिया जाते इन्हों का आचार, लेकिन इन्दी जड़ी शुरुआत थी आई वो कलूरकोट तो थी आई। अच्छा, दूसरी जड़ी मैं जरूरी गल अहम गल है कलूरकोट के बारे च वो ये है कि उत्थां मेरे वालिद तो पहले उर्दू दे बहु वड्डे बहु अजीम शायर मुंशी तलोक चंद महरूम। अच्छा, वो उत्थां हेडमास्टर रहे हैं उस वेले उत्थों उन्होंने तब्दीली थी तो मेरे वालिद उत्थां हैं तो कलूरकोट को मैं आखा कि ये शर्फ भी हासिल है कि उत्थां मुंशी तलोक चंद महरूम जी हैं इतने वड्डे अजीम शायर और अदीब भी उत्थां हेडमास्टर रहे हैं। जी, 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 जी। तो मेरी तालीम जी है जिथा चूंकि मैं थोड़ा जहा वड्डा थी गया चौथी जमात हम शायद तो मैं बस जिथा वालिद की नौकरी तबादला थींदा ही मैं उन्होंने नाल ही रहा तो उही स्कूल ही मैं पढ़ता रहा तो मैं करोड़ दिया स्कूल स्कूल की बाद विच मैं को कुछ याद नहीं क्योंकि मैं उत्थे पढ़िया नहीं मैं जी। चंद साहब स्कूल याद है तो स्कूल की प्रार्थना भी याद हो सी तो स्कूल की प्रार्थना दुआ सबको उर्दू का इलाका है जी है जी जी दुआ दिया से धुंधली ये यादा हैं उत्थां कलूरकोट दे विच तां जित्थों तक मैं कोई याद आंदे इकबाल दी एक बड़ी मशहूर दुआ है कि लब पे आती है दुआ बन के तमन्ना मेरी जिंदगी शमा की सूरत हो खुदाया मेरी। मेरा ख्याल है जित्थों तक याद आंदे उत्थां कलूरकोट दे स्कूल विच तां ये दुआ है जी। हां, वल इत्थां पाकिस्तान बनन तकसीम दे बाद इत्थां आया से तो सब तो पहले असां रहया से जीरा जिला फिरोजपुर दे विच जे एम डी बी हाई स्कूल उस वेले डिस्ट्रिक्ट बोर्ड दे स्कूल हन उत्थां मेरे वालिद आके उन्हां को सब तो पहले उन्हां दी जिहड़ी तकर्री थी आई वो इत्थां जीरे च थी आई उहदे बाद फिर अल्टीमेटली रिटायर थया नो लंबी जिला फिरोजपुर च आई उह वेले हुण मुक्तसर जिले विच है ते उत्थां शायद जिहड़ी दुआ आई एक तो शायद जीरे विच तो यह आई वो अरजो सिमा में देखी जलवा नुमाई तेरी। हाँ, मेरा ख्याल ये आई जी जी जी। तो लंबी दे विच तो मैं को याद है उत्थां तो वो भी इकबाल का जड़ा मशहूर
ਤਰਾਨਾ ਹੈ ਹਿੰਦੀ ਹੈ ਸਾਰੇ ਜਹਾਂ ਸੇ ਅੱਛਾ ਦੋਸਤ ਹਾਂ ਹਮਾਰਾ ਜੀ ਹਾਂ ਜੀ ਉੱਥੋਂ ਇਹ ਆਈ ਅਤੇ ਬਹੁਤ ਪੁਰਾਣੀ ਗੱਲ ਹੀ ਸੀ ਗੈਨ ਨਾ ਅਤੇ ਹੁਣ ਲੇਕਿਨ ਜੋ ਯਾਦ ਹੈ ਮੇਰਾ ਖਿਆਲ ਹੈ ਕਿ ਮੈਂ ਠੀਕ ਹੀ ਦੱਸੇ ਜੋ ਜੀ ਹਾਂ ਜੀ ਹਾਂ ਜੀ ਹਾਂ ਤੁਸੀਂ ਬਿਲਕੁਲ ਸਹੀ ਦੱਸਿਆ ਮੈਂ ਕਈ ਇੰਟਰਵਿਊ ਵਿੱਚ ਕਈਆਂ ਬਜ਼ੁਰਗਾਂ ਕੋਲੋਂ ਪੁੱਛਿਆ ਤਾਂ ਉਹਨਾਂ ਨੇ ਇਹੀਓ ਦੱਸਿਆ ਕਿ ਹਾਂ ਇਹ ਉੱਥਾਂ ਬੁਲੰਦੇ ਅਸੀਂ ਇਹੀਓ ਦੁਆ ਕਰਦੇ ਹਾਂ ਇਹੀਓ ਆਮ ਆਮ ਦੁਆ ਜਿਹੜੀ ਸਕੂਲਾਂ ਦੇ ਵਿੱਚ ਆਈ ਨਾ ਉਹ ਇਹੋ ਹੀ ਹੁੰਦੀ ਹੈ ਜੀ ਅਤੇ ਜੇ ਯਾਦ ਕਰੋ ਕੋਈ ਜਮਾਤੀ ਯਾਦ ਹੋਵੇ ਉਹ ਵੇਲੇ ਦਾ ਉਹ ਵੇਲੇ ਦਾ ਜਮਾਤੀ ਕਲੂਰਕੋਟ ਦਾ ਤਾਂ ਇੱਕ ਯਾਦ ਹੈ ਇੱਕ ਜਮਾਤੀ ਆਈ ਮੈਂ ਲਾ ਉਹਦੀ ਇੱਕ ਬੜਾ ਦਿਲਚਸਪ ਤੱਕੂ ਗੱਲ ਸੁਣਾਊ ਬਚਪਨ ਦੀ ਸ਼ਰਾਰਤਾਂ ਸਮੇਂ ਬਿਨੋਂ ਜਾਂ ਉਹ ਇੱਕ ਮੇਰਾ ਦੋਸਤ ਆਈ ਉਹਦੇ ਬਾਪ ਦੀ ਦੁਕਾਨ ਆਈ ਕਰਿਆਨੇ ਦੀ ਜੀ ਅਤੇ ਉਹ ਵੇਲੇ ਇਹ ਜਿਹੜੇ ਹਨ ਨਾ ਚਲਗੋਜ਼ੇ ਜੇ ਕੋ ਆਦੇ ਨੇਜੇ ਅਸਾਂ ਨੇਜੇ ਆ ਜਾ ਆਦੇ ਸੀ ਜਾਂ ਨਿਉਜੇ ਆਦੇ ਨੇ ਪੰਜਾਬੀ 'ਚ ਇਹ ਬੜੇ ਸਸਤੇ ਵੀ ਹਨ ਅਤੇ ਬੜੇ ਸਾਡੇ ਇਲਾਕੇ 'ਚ ਬਹੁ ਹਨ ਤਾਂ ਅਸਾਂ ਉਹ ਕੀ ਕਰਨ ਦੇ ਆਸੇ ਉੱਥਾਂ ਵੰਝ ਕੇ ਉਹ ਜਿਹੜੇ ਲਈ ਉਹ ਦੁਕਾਨ 'ਤੇ ਬੈਠਾ ਹੁੰਦਾ ਸੀ ਮੇਰਾ ਜਮਾਤੀ ਉਹਦੇ ਕੋਲੋਂ ਨੇਜੇ ਤੁਲਵਾਉਣੇ ਇੱਕ ਆਨੇ ਦੇ ਮਤਲਬ ਜਿੱਥੇ ਆਉਂਦੇ ਨੇ ਤਾਂ ਉਹ ਪੈਸੇ ਕੋਈ ਨਹੀਂ ਗਿਣਦਾ ਅੱਛਾ ਬਲਕਿ ਕਈ ਵਾਰੀ ਹੁੰਦਾ ਬਾਪ ਵੀ ਬੈਠਾ ਹੁੰਦਾ ਸੀ ਨਾ ਤਾਂ ਉਹ ਚੁੱਪ ਕਰਕੇ ਨੇਜੇ ਜਿਹੜੇ ਵੇਲੇ ਸਾਡੇ ਵਾਸਤੇ ਮੇਰੇ ਵਾਸਤੇ ਤੁਰ ਤੁਰਿੰਦਾ ਆਈ ਤਾਂ ਉਹ ਆਨਾ ਵੀ ਵਾਪਸ ਉਹਦੇ ਵਿੱਚ ਪਾ ਦਿੰਦਾ ਆਈ ਵਾਪਸ ਆਖਿਆ ਮੈਨੂੰ ਯਾਦ ਹੈ ਬਚਪਨ ਦੇ ਉਸ ਦੋਸਤ ਦਾ ਨਾਂ ਦੱਸੋ ਜ਼ਰਾ ਨਾ ਮੈਨੂੰ ਯਾਦ ਨਹੀਂ ਉਹ ਮੈਨੂੰ ਮਿਲਿਆ ਵੀ ਆਈ ਦੁਬਾਰਾ ਉਹ ਮਥੁਰਾ ਰਹਿੰਦੇ ਅੱਛਾ ਹੁਣ ਮੈਨੂੰ ਨਾਂ ਭੁੱਲ ਗਿਆ ਉਹਦਾ ਅੱਛਾ ਕਿਉਂਕਿ ਉਹਦੇ ਬਾਅਦ ਮੁਲਾਕਾਤ ਇੱਕ ਵਾਰੀ ਮੁਲਾਕਾਤ ਥੇ ਅਸਾਂ ਮਥੁਰਾ ਗਏ ਅਸੀਂ ਤਾਂ ਉੱਥੇ ਮਿਲਿਆ ਸੀ ਉਹ ਮੇਰਾ ਕਈ ਮਜ਼ਮੂਨ ਪੜਿਆ ਕਿਥਾਂ ਹੀ ਤਾਂ ਕੋਈ ਯਾਦ ਆ ਗਿਆ ਵੀ ਮੇਰਾ ਨਾਂ ਹੈ ਲੇਕਿਨ ਉਹਦੇ ਬਾਅਦ ਉਹਦੇ ਨਾਲ ਹੁਣ ਸਿਲਸਿਲਾ ਅੱਛਾ ਮਤਲਬ ਉਹ ਹਿੰਦੂ ਆਈ ਹਾਂ ਹਾਂ ਅੱਛਾ ਪਾਰਟੀਸ਼ਨ ਦੇ ਬਾਅਦ ਇੱਥਾਂ ਆ ਗਏ ਨਾ ਅੱਛਾ 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 ਵਾਹ ਮਤਲਬ ਉਹ ਇਹ ਜਿਹਾ ਦੋਸਤ ਆਈ ਜਿਹੜਾ ਆਪਣੇ ਪਿਓ ਨਾਲ ਦਗਾ ਕਰਕੇ ਦੋਸਤੀ ਨਹੀਂ ਵੇਂਦਾ ਆਈ ਇਹ ਬਚਪਨ ਦੀ ਸ਼ਰਾਰਤਾਂ ਜਿਹੜੀਆਂ ਨੇ ਇਹ ਮਾਫ ਹੁੰਦਾ ਵਾਹ 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 ਰੱਬ ਵੀ ਮਾਫ ਕਰਦੇ ਇਹ ਮਾਸੂਮ ਸ਼ਰਾਰਤਾਂ ਬਿਲਕੁਲ 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 ਮਾਸੂਮ ਸ਼ਰਾਰਤਾਂ ਮਾਫ ਹੁੰਦੇ ਨੇ ਬਚਪਨ ਦੇ ਤੁਸੀਂ ਜ਼ਿਕਰ ਕੀਤੇ ਹੋਣੀਆਂ ਹੋਣੀਆਂ ਪਹਿਲੇ ਮਜ਼ਮੂਨ ਦਾ ਅਤੇ ਮਤਲਬ ਤੁਸਾਂ ਮੈਂ ਆਪਣੇ ਦੇਖਣ ਵਾਲਿਆਂ ਕੋ ਵੀ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰੇ ਜਾਣਦੇ ਨੇ ਕਿ ਚੰਦ ਸਾਹਿਬ ਮਤਲਬ ਮੈਂ ਮੇਰੇ ਕੋਲ ਅਲਫਾਜ਼ ਕਹਿਣੀ ਮੈਂ ਜ਼ਰਾ ਇਹ ਪੁੱਛਣਾ ਚਾਹੁੰਦਾ ਕਿ ਉਹ ਕਿਹੜਾ ਵੇਲਾ ਹਾਈ ਕਿਹੜਾ ਦਿਹਾੜਾ ਹਾਈ ਤੁਸਾਂ ਪਹਿਲਾ ਲਫ਼ਜ਼ ਉਸ ਕੋਰੇ ਕਾਗਜ਼ 'ਤੇ ਲਿਖਾ ਜਿਸ ਕੋ ਅੱਜ ਆਪਾਂ ਸ਼ਾਇਰੀ ਕਹਿੰਦੇ ਹਾਂ ਤੁਸੀਂ ਸ਼ਾਇਰੀ ਕਹਿੰਦੇ ਕੇਸ਼ਵ ਜੀ ਇਸ ਤਰ੍ਹਾਂ ਹੈ ਉਹ ਸਾਡਾ ਜਿਹੜਾ ਇਲਾਕਾ ਹੈ ਨਾ ਜਿਹੜਾ ਹੁਣ ਪਾਕਿਸਤਾਨ ਵਿੱਚ ਰਹਿ ਗਏ ਜੀ ਹਾਂ ਚਾਹੇ ਕਲੂਰਕੋਟ ਹੋਵੇ ਚਾਹੇ ਕਰੋੜ ਹੋਵੇ ਜੀ ਹਾਂ ਚਾਹੇ ਲਈਆ ਹੋਵੇ ਇਹ ਉਰਦੂ ਜ਼ੁਬਾਨ ਉਸ ਵੇਲੇ ਬੜੀ ਯਾਨੀ ਕਿ ਹੁਣ ਦੇ ਮੁਕਾਬਲੇ 'ਤੇ ਤਾਂ ਮੁਕਾਬਲਾ ਹੀ ਨਹੀਂ ਕਰ ਸਕਦੇ ਉਸ ਵੇਲੇ ਇਤਨੀ ਮਕਬੂਲ ਆਈ ਜੀ ਹਾਂ ਕਿ ਮਹਿਲਾ ਤੁਹਾਨੂੰ ਦੱਸਾਂ ਮੈਂ ਕਿ ਮੈਂ 9ਵੀਂ ਤੱਕ ਮੈਂ 9ਵੀਂ ਦਾ ਜਿਹੜਾ ਪਰਚਾ ਦਿੱਤਾ ਸੀ ਯਾਨੀ ਕਿ ਪਹਿਲੀ ਜਮਾਤ ਤੋਂ ਉਰਦੂ ਪੜ੍ਹਨੀ ਸ਼ੁਰੂ ਕੀਤੀ ਅਤੇ 9ਵੀਂ ਤੱਕ ਸਾਡੀਆਂ ਕਿਤਾਬਾਂ ਵੀ ਹਿਸਟਰੀ ਜੋਗ੍ਰਾਫੀ ਦੀਆਂ ਕਿਤਾਬਾਂ ਸਾਇੰਸ ਦੀਆਂ ਕਿਤਾਬਾਂ ਮੈਥਮੈਟਿਕਸ ਦੀਆਂ ਕਿਤਾਬਾਂ ਸਾਰੀਆਂ ਉਰਦੂ 'ਚ ਹੁੰਦੀਆਂ ਹਨ ਔਰ ਮੇਰਾ ਮੀਡੀਅਮ ਵੀ 9ਵੀਂ ਦੇ ਵਿੱਚ ਇੱਥਾਂ ਪਾਕਿਸਤਾਨ ਮਤਲਬ ਹਿੰਦੁਸਤਾਨ ਬਣਨ ਤੋਂ ਬਾਅਦ ਇੱਥਾਂ ਅਸਾਂ ਆਏ ਅਸੀਂ ਹਿਜਰਤ ਕਰਕੇ ਇੱਥਾਂ ਆ ਕੇ ਜ਼ੀਰੇ ਦੇ ਜਾਂ ਲੰਬੀ ਦੇ ਸਕੂਲਾਂ 'ਚ ਲੰਬੀ ਤੋਂ ਮੈਂ ਆਪਣੀ 10ਵੀਂ ਪਾਸ ਕੀਤੀ ਸੀ ਉਹ ਲੰਬੀ ਦੇ ਵਿੱਚ 10ਵੀਂ ਦੇ ਵਿੱਚ ਮੇਰਾ ਜਿਹੜਾ ਮੀਡੀਅਮ ਆਈ ਉਹ ਵੀ ਉਰਦੂ ਆਈ ਵਾਹ ਔਰ ਨਾਲ ਫਾਰਸੀ ਮਜ਼ਮੂਨ ਮੇਰੇ ਕੋਲ ਨਾਲ ਵੈਸੇ ਆਈ ਅਖਤਿਆਰੀ ਜੀ ਫਿਰ ਮੈਂ ਵਲਾ ਉਹਦੇ ਬਾਅਦ ਬੀ ਏ ਵੀ ਫਾਰਸੀ ਦੇ ਨਾਲ ਕੀਤੀ ਤਾਂ ਉਹ ਉਰਦੂ ਦਾ ਯਾਨੀ ਕਿ ਉਸ ਵੇਲੇ 1948-51 ਦੇ ਵਿੱਚ ਮੈਂ ਮੈਟ੍ਰਿਕ ਕੀਤੀ ਆਈ ਉਹ ਵੇਲੇ ਸਾਡੇ ਸਕੂਲਾਂ ਦੇ ਵਿੱਚ ਉਰਦੂ ਅਤੇ ਫਾਰਸੀ ਦੇ ਉਸਤਾਦ ਵੀ ਮੌਜੂਦ ਹਨ ਪੜ੍ਹਾਉਣ ਵਾਲੇ ਵੀ ਅਤੇ ਉਹ ਵੇਲੇ ਤਾਲਬ ਇਲਮ ਵੀ ਹੁੰਦੇ ਹਨ ਕਈ ਪੜ੍ਹਨ ਵਾਲੇ ਵੀ ਅਤੇ ਹੁਣ ਤਾਂ ਹਾਲਾਤ ਸਾਰੇ ਬਦਲ ਗਏ ਹੁਣ ਤਾਂ ਉਰਦੂ ਫਾਰਸੀ ਪੜ੍ਹਨ ਵਾਲੇ ਸਾਡੀ ਉਮਰ ਦੇ ਆਦਮੀ ਰਹਿ ਗਏ ਉਹ ਪਹਿਲਾ ਜਿਹੜਾ ਤੁਸਾਂ ਸ਼ਾਇਦ ਸ਼ੇਰ ਦੇ ਬਾਰੇ 'ਚ ਪੁੱਛਿਆ ਉਹ ਮੈਂ ਪਾਕਿਸਤਾਨ ਤੋਂ ਜਿਸ ਵੇਲੇ ਆਏ ਉਹਨਾਂ ਆਪਣੇ ਵਤਨ ਤੋਂ ਤਾਂ ਜ਼ੀਰੇ ਹਾਸੇ ਅਤੇ ਜ਼ੀਰੇ ਮੇਰਾ ਇੱਕ ਦੋਸਤ ਆਈ ਮਹੇਸ਼ ਜੀ ਬਹੁ ਅਸਾਂ ਬਹੁ ਪਿਆਰੇ ਦੋਸਤ ਆਸੇ ਉਹ ਬਚਪਨ ਦੀ ਦੋਸਤੀ ਵੈਸੇ ਵੀ ਬੜੀ ਯਾਦ ਵੀ ਆਉਂਦੀ ਹੈ ਸਾਰੀ ਉਮਰ ਅਤੇ ਵੈਸੇ ਵੀ ਬੜੀ ਗਹਿਰੀ ਹੁੰਦੀ ਹੈ ਅਤੇ ਉਹ ਅਸਾਂ ਤਕਰੀਬਨ ਸਮਝ ਗਏ ਨਾ 24 ਘੰਟੇ ਇਕੱਠੇ ਰਹਿੰਦੇ ਆਸੇ ਰਾਤ ਨੂੰ ਵੀ ਕਈ ਵਾਰੀ ਮੈਂ ਉਹਨਾਂ ਦੇ ਘਰ ਸੰਭ ਪਾਉਂਦਾ ਉਹ ਮੇਰੇ ਘਰ ਆਵਾਂਦੇ ਹਨ 7ਵੀਂ 'ਚ ਪੜ੍ਹਦਾ ਮੈਂ ਉਹਦੇ ਵਾਲਿਦ ਦਾ ਨਾ ਉਹਦੇ ਬੈਂਕ ਦੇ ਅਫਸਰਾਂ ਨੂੰ ਦੇ ਵਾਲਿਦ ਅਤੇ ਉਹਨਾਂ ਦਾ ਤਬਾਦਲਾ ਥੀ ਗਿਆ ਉਹਨਾਂ ਦੇ ਵਾਲਿਦ ਦਾ ਜੀ ਅਤੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹ ਕਿਆ ਕਿਆ ਬਲਾ ਹੁੰਦੀ ਹੈ ਅਤੇ ਉਹ ਜਿਹਦੇ ਨਤੀਜੇ ਦੇ ਤੌਰ ਦੇ ਉੱਤੇ ਉਹ ਚਲੇ ਗਏ ਮਹੇਸ਼ ਵੀ ਚਲਾ ਗਿਆ ਵਿਛੜ ਗਿਆ
ਮੈਨੂੰ ਇਤਨਾ ਉਹਦਾ ਸ਼ੌਕ ਲੱਗਿਆ, ਮੈਂ ਆਪਣੇ ਆਪ ਨੂੰ ਆਪਣੇ ਘਰ ਦੇ ਵਿੱਚ 12 ਸਾਲ ਦੀ ਉਮਰ ਦੇ ਵਿੱਚ ਮੈਂ ਘਰ ਦੇ ਵਿੱਚ ਇਤਨਾ ਮੈਂ ਗਮਗੀਨ ਥਿਆ, ਕਮਰੇ ਦੇ ਵਿੱਚ ਬੰਦ ਕਰ ਦਿੱਤਾ, ਨੂੰ ਨਹੀਂ ਮੈਂ ਨਾ ਖਾਧਾ ਨਾ ਪੀਤਾ ਨਾ ਬਾਹਰ ਨਿਕਲਿਆ, ਮੈਂ ਘਰ ਵਾਲੇ ਵੀ ਬੜੇ ਪਰੇਸ਼ਾਨ ਥੇ। ਤਾਂ ਉਸ ਦੌਰਾਨ ਪਹਿਲੇ ਨੂੰ ਸ਼ੇਰ ਮੇਰੇ ਉਰਦੂ ਦੇ ਵਿੱਚ ਨੂੰ ਸ਼ੇਰ ਥੀ ਗਏ, ਅਤੇ ਤਾਂ ਮੈਨੂੰ ਥੋੜ੍ਹਾ ਜਿਹਾ ਤਸੱਲੀ ਹੋਈ ਕਿ ਮੇਰੀ, ਕਿਉਂਕਿ ਜਿਸ ਵੇਲੇ ਵੀ ਕੋਈ ਵੀ ਜਿਹੜਾ ਰਾਈਟਰ ਹੈ ਜਿਹੜਾ ਲੇਖਕ ਹੈ ਜਾਂ ਕੋਈ, ਚਾਹੇ ਉਹ ਸ਼ਾਇਰੀ ਕਰਦੇ ਚਾਹੇ ਉਹ ਨਸਰ ਲਿਖੇਂਦੇ, ਉਹ ਜਿਸ ਵੇਲੇ ਉਹਦੇ ਦਿਮਾਗ 'ਚ ਇੱਕ ਤਸਵੀਰ ਬਣੀ ਹੁੰਦੀ ਹੈ ਨਾ, ਉਹ ਤਸਵੀਰ ਲਫਜ਼ਾਂ ਦੇ ਸ਼ਕਲ ਦੇ ਵਿੱਚ ਜਿਹੜੇ ਲਈ ਬਾਹਰ ਆਵੇਦੀ ਹੈ, ਚਾਹੇ ਉਹ ਸ਼ੇਰ ਦੇ ਜਿਹੜੀ ਕਿ ਮੀਡੀਅਮ ਦੇ ਨਾਲ ਜਾਂ ਨਸਰ ਦੇ ਵਿੱਚ, ਉਹ ਕੋ ਬੜਾ ਰਿਲੀਫ ਮਿਲਦੇ, ਬੜੀ ਮਤਲਬ ਬੜਾ ਰਿਲੈਕਸੇਸ਼ਨ ਹੁੰਦੀ ਹੈ, ਉਹ ਕੋ ਤਸੱਲੀ, ਉਹ ਕੋ ਇਹ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਮੇਰੇ ਦਿਮਾਗ ਦੇ ਵਿੱਚ ਜਾਂ ਮੇਰੇ ਦਿਲ ਦੇ ਵਿੱਚ ਜਿਹੜੀ ਗੱਲ ਆਈ ਉਹ ਮੈਂ ਗੱਲ ਜਿਹੜੀ ਹੈ ਉਹ ਮੈਂ ਸਪੈਲ ਆਊਟ ਕਰ ਦਿੱਤੀ ਹੈ, ਮੈਂ ਆਪਣੇ ਉਹ ਹੁਣ ਮਹਿਫੂਜ਼ ਥੀ ਗਈ ਹੈ ਹਮੇਸ਼ਾ ਵਾਸਤੇ, ਕਈ ਵੇਲੇ ਵੀ ਮੈਂ ਵੀ ਦੇਖ ਸਕਦਾ, ਦੁਨੀਆ ਵੀ ਦੇਖ ਸਕਦੀ ਹੈ। ਤਾਂ ਉਹ ਵੇਲੇ ਮੈਨੂੰ ਵੀ ਬੜੀ ਖੁਸ਼ੀ ਹੋਈ, ਤਾਂ ਮੈਂ ਬਾਹਰ ਨਿਕਲਿਆ ਅਤੇ ਫਿਰ ਮੈਂ ਰੋਟੀ ਛੋਟੀ ਖਾਧੀ, ਅਤੇ ਫਿਰ ਹੌਲੀ ਹੌਲੀ ਮੈਂ ਉਹ ਸ਼ੇਰ ਵੀ ਤੁਹਾਨੂੰ ਨੂੰ ਸ਼ੇਰ ਮੈਂ ਸੁਣਾ ਦੇਵਾਂ। ਉਹ ਬੜੀ ਹੈਰਾਨੀ ਦੀ ਗੱਲ ਹੈ, ਮੈਨੂੰ ਕੁਛ ਪਤਾ ਨਹੀਂ ਉਹ ਵੇਲੇ ਕਿ ਇਹ ਵਜ਼ਨ ਕੀ ਚੀਜ਼ ਹੁੰਦੀ, ਮੀਟਰ ਕੀ ਆਉਂਦੇ ਨੇ, ਔਰ ਸ਼ੇਰ ਮੈਂ ਸ਼ੌਕੀਨ ਅਤੇ ਬੜਾ ਆਮ, ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਬੈਤਬਾਜ਼ੀ ਥੀਂਦੀ ਆਈ, ਅਤੇ ਸ਼ੇਰ ਤਾਂ ਬੜੇ ਸੁਣੇ ਹੋਏ ਹਨ, ਲੇਕਿਨ ਮੈਨੂੰ ਪਤਾ ਨਹੀਂ ਕਿ ਵਜ਼ਨ ਕਿਆ ਹੁੰਦੇ। ਇਹ ਬੈਤਬਾਜ਼ੀ ਮੇਰੇ ਕੋਲ ਸਮਝ ਆ ਗਿਆ, ਮੈਂ ਜ਼ਰਾ ਚਾਹੁੰਦਾ ਕਿ ਅੱਜ ਦੀ ਜਨਰੇਸ਼ਨ ਸਮਝੇ ਕਿ ਇਹ ਬੈਤਬਾਜ਼ੀ ਕਿਆ ਹੁੰਦੀ। ਬੈਤਬਾਜ਼ੀ ਇਹ ਹੈ ਜਿਵੇਂ ਅੱਜ ਕੱਲ੍ਹ ਦੀ ਅੰਤਾਕਸ਼ਰੀ ਹੈ ਜੀ, ਆ ਇਹ ਤਾਂ ਫਿਲਮੀ ਗਾਣਿਆਂ ਦੇ ਨਾਲ ਖੇਡਦੇ ਨਾ ਜੀ ਜੀ ਜੀ। ਸਾਡੇ ਇੱਕ ਉਸਤਾਦ ਹਨ ਉੱਥਾਂ ਆਪਣੇ ਕਲੂਰਕੋਟ ਦੇ ਵਿੱਚ, ਉਹ ਆਪ ਸ਼ਾਇਰ ਹਨ, ਬਸ਼ਰ ਅਫਗਾਨੀ ਉਹਨਾਂ ਦਾ ਨਾਂ ਆਈ, ਉਰਦੂ ਦੇ ਬੜੇ ਅੱਛੇ ਸ਼ਾਇਰ ਹਨ। ਉਹ ਹਫ਼ਤੇ 'ਚ ਇੱਕ ਵਾਰੀ ਇੱਕ ਪੀਰੀਅਡ ਬੈਤਬਾਜ਼ੀ ਕਰਵਾਉਂਦੇ ਹਨ ਮਤਲਬ, ਅਤੇ ਉਹ ਅਸਾਂ ਕੋਲ ਆਉਂਦੇ ਹਨ, ਕਈ ਵੇਲੇ ਕੋਈ ਮੌਜੂਦ ਦੇ ਦਿੰਦੇ ਹਨ, ਟੋਪਿਕ ਦੇ ਦਿੰਦੇ ਹਨ ਵੀ ਬਹਾਰ ਦੇ ਉੱਤੇ ਸ਼ੇਰ ਯਾਦ ਕਰਕੇ ਆਉਣਾ ਵੀ, ਠੀਕ ਹੈ, ਬਰਸਾਤ ਦੇ ਉੱਤੇ ਯਾਦ ਕਰਕੇ ਆਉਣਾ, ਗੁਲਾਬ ਦੇ ਉੱਤੇ ਕਰਕੇ ਆਉਣਾ। ਉਹਦੇ ਨਤੀਜੇ ਦੇ ਉੱਤੇ ਕੀ ਹੁੰਦਾ ਸੀ ਕਿ ਅਸਾਂ ਪਹਿਲੇ ਤਾਂ ਆਪ ਲਭੇਂਦੇ ਆਸੇ ਊਂ ਮੌਜੂ ਦੇ ਉੱਤੇ, ਜਿਹੜਾ ਅਗਲੇ ਹਫ਼ਤੇ ਪੇਸ਼ ਕਰਨ ਆਈ ਉਹਦੇ ਉੱਤੇ ਕੁਛ ਸ਼ੇਰ ਯਾਦ ਕਰਦੇ ਆਸੇ। ਦੂਜਾ ਉੱਥਾਂ ਜਿਸ ਵੇਲੇ ਉਹ ਅੰਤਾਕਸ਼ਰੀ ਉਹ ਥੀਂਦੀ ਆਈ ਬੈਤਬਾਜ਼ੀ, ਤਾਂ ਉਹ ਦੂਜੇ ਲੜਕੇ ਜਿਹੜੇ ਯਾਦ ਕਰਕੇ ਆਉਂਦੇ ਹਨ ਉਹ ਵੀ ਸੁਣਨ ਦਾ ਮੌਕਾ ਮਿਲਦਾ ਹੈ। ਅਤੇ ਇਹ ਬੁਨਿਆਦ ਜਿਹੜੀ ਹੈ ਨਾ ਸ਼ਾਇਰੀ ਦਾ, ਜਿਹੜਾ ਸ਼ੌਕ ਹੈ ਜਾਂ ਜਿਹੜੀ ਕੁਛ ਅੰਦਰੋਂ ਹੁਣ ਨਿਕਲਦੇ ਜੋ ਕੁਛ, ਜਾਂ ਅੱਜ ਤੱਕ ਨਹੀਂ ਨਿਕਲੇ ਜੋ ਕੁਛ ਅੰਦਰ ਆਈ, ਉਹਦੀ ਬੁਨਿਆਦ ਜਿਹੜੀ ਹੈ ਉਹ ਬੈਤਬਾਜ਼ੀ ਆਈ ਸਕੂਲ ਦੀ ਜਿਹੜੀ ਹੈ। ਜਿਵੇਂ ਅੰਤਾਕਸ਼ੀ ਖੇਡਦੇ ਨਾ ਅੱਜ ਕੱਲ੍ਹ ਤਾਂ ਫਿਲਮੀ ਗਾਣਿਆਂ ਦੇ ਨਾਲ ਖੇਡਦੇ, ਬਿਲਕੁਲ ਉਹ ਵੇਲੇ ਸ਼ੇਰਾਂ ਦੇ ਨਾਲ ਜ਼ਰੀਏ ਇਹ ਸਾਡੀ ਬੈਤਬਾਜ਼ੀ ਹੁੰਦੀ ਆਈ। ਤਾਂ ਉਹ ਤੱਕ ਮੈਂ ਦੱਸਿਆ ਦਾ ਪਿਆ, ਉਹ ਸ਼ੇਰ ਮੈਂ ਕੋਈ ਯਾਦ ਆਉਂਦੇ ਤਾਂ ਮੈਂ ਤੱਕ ਸੁਣਾ ਦੇਵਾਂ, ਜਿਹੜਾ ਪਹਿਲੇ ਮੇਰੇ ਦੋ ਸ਼ੇਰ ਹਨ ਕਿ ਛੋੜ ਕਰ ਮੁਝਕੋ ਅਕੇਲਾ ਜਾ ਬਸਾ ਹੈ ਤੂੰ ਕਹਾਂ। ਅੱਛਾ। ਛੋੜ ਕਰ ਮੁਝਕੋ ਅਕੇਲਾ ਜਾ ਬਸਾ ਹੈ ਤੂੰ ਕਹਾਂ, ਕਿਸ ਨਗਰ ਕੀ ਅਬ ਫਜ਼ਾਏ ਰਾਸ ਤੁਝਕੋ ਆ ਗਈ, ਫਾਸਲੋਂ ਨੇ ਤੁਝਕੋ ਕਿਤਨਾ ਦੂਰ ਮੁਝਸੇ ਕਰ ਦਿਆ, ਦੀਦ ਕੋ ਤਰਸੀ ਹੋਈ ਆਂਖੇ ਵੀ ਅਬ ਪਥਰਾ ਗਈ। ਮਤਲਬ ਇਹ ਸ਼ੇਰ ਮੇਰੇ, ਹਾਲਾਂਕਿ ਪਹਿਲੇ ਸ਼ੇਰ ਹਨ, ਇੱਕ ਤਾਂ ਇਹ ਮੈਨੂੰ ਬੜੀ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸ਼ੇਰ ਵੀ ਬਰ ਵਜ਼ਨ ਹਨ। ਅੱਛਾ। ਮੀਟਰ ਦੇ ਉੱਤੇ ਠੀਕ ਹਨ ਬਿਲਕੁਲ, ਔਰ ਜਿਸ ਜੋ ਇਹਦੀ ਬੰਦਿਸ਼ ਹੈ ਇਹਨਾਂ ਸ਼ੇਰਾਂ ਦੀ ਉਹ ਵੀ ਇਤਨੀ ਅੱਛੀ ਹੈ ਕਿ ਅੱਜ ਦੇ ਮੁਕਾਬਲੇ 'ਤੇ ਵੀ ਮਤਲਬ ਰੱਖੀ ਬਣ ਸਕਦੀ ਹੈ ਕੋਈ। ਇਹ ਜਿਵੇਂ ਸ਼ੁਰੂ 'ਚ ਹੁੰਦੇ ਨਾ ਕਿ ਵੀ ਅਨਾੜੀਪਨ, ਉਹ ਨਹੀਂ ਹੈ ਇਹਦੇ ਵਿੱਚ, ਕਿਉਂਕਿ ਦਿਲ ਦੀ ਵੀ ਆਵਾਜ਼ ਆਈ, ਦਿਲ 'ਚੋਂ ਨਿਕਲੇ ਹਨ। ਇਹ ਸ਼ੇਰ ਮੈਂ ਭੇਜ ਦਿੱਤੇ ਉੱਥਾਂ ਹਿੰਦ ਸਮਾਚਾਰ ਅਖਬਾਰ, ਅੱਜ ਵੀ ਨਿਕਲਦੇ ਉਹ ਜਲੰਧਰ ਤੋਂ, ਉਹਦੇ ਜਿਹੜੇ ਉਹਦੇ ਐਡੀਟਰ ਹਨ ਉਹਨਾਂ, ਉਹ ਬੜੇ ਨੁਮਾਇਆਂ ਤੌਰ 'ਤੇ ਉਹਨਾਂ ਕੋਲ ਛਾਪਿਆ, ਔਰ ਉਹਦੇ ਬਾਅਦ ਹਰ ਐਤਵਾਰ ਉਹ ਇੱਕ ਸੈਕਸ਼ਨ ਨਿਕਲਦਾ ਸੀ, ਅੱਜ ਵੀ ਕਾਇਮ ਹੈ। ਅੱਜ ਕੱਲ੍ਹ ਸੋਮਵਾਰ ਹੈ, ਉਹ ਪਹਿਲੇ ਉਹ ਮੇਲੇ ਐਤਵਾਰ ਕੋ ਹੁੰਦਾ ਸੀ। ਗੁਲਹਾਏ ਰੰਗਾ ਰੰਗ ਸੇ ਰੌਣਕ ਚਮਨ ਕੀ ਹੈ, ਇਹ ਉਹਦਾ ਉਨਵਾਨ ਆਈ। ਉਹ ਅਖਬਾਰ ਉਹਨਾਂ ਮੇਰੇ 6 ਮਹੀਨੇ ਮੇਰੇ ਸਕੂਲ ਦੇ ਪੱਤੇ ਦੇ ਉੱਤੇ, ਹਾਂ, ਐਤਵਾਰ ਦਾ ਜਿਹੜਾ ਅਦਬੀ ਅਖਬਾਰ ਹੁੰਦਾ ਸੀ ਨਾ, ਅਦਬੀ ਸੈਕਸ਼ਨ ਵਾਲਾ, ਉਹ 6 ਮਹੀਨੇ ਤੱਕ ਮੇਰੇ ਕੋਲ ਸਕੂਲ ਦੇ ਪੱਤੇ 'ਤੇ ਵੀ ਭੇਜਦੇ ਰਹੇ। ਮੇਰੀ ਬੜੀ ਹੌਸਲਾ ਅਫਜ਼ਾਈ ਸੀ ਬਿਲਕੁਲ। ਉਹਦੇ ਬਾਅਦ ਫਿਰ ਮੈਂ ਜਲੰਧਰ ਲਗਾ ਗਿਆ ਕਾਲਜ ਦੇ ਵਿੱਚ, ਜਦੋਂ ਤੋਂ ਉੱਥਾਂ ਫਿਰ ਉੱਥਾਂ ਤਾਂ ਰੇਡੀਓ ਵੀ ਆਈ, ਰੇਡੀਓ ਸਟੇਸ਼ਨ ਵੀ ਆਈ, ਅਤੇ ਅਖਬਾਰ ਵੀ ਹਨ ਬਹੁਤ ਸਾਰੇ, ਅਤੇ ਫਿਰ ਇਹ ਹੌਲੀ ਹੌਲੀ
ਇਹ ਸ਼ੌਕ ਜਿਹੜਾ ਹੈ ਫਿਰ ਅੱਗੋਂ ਵੱਧਦਾ ਰਿਹਾ। ਵਾਹ ਵਾਹ, ਚਲੋ ਇਹ ਤਾਂ ਥਈ ਤੁਹਾਡੀ ਜ਼ਿੰਦਗੀ 'ਚ ਪਹਿਲੇ ਤੁਸੀਂ ਸ਼ਾਇਰੀ ਦੀ ਸ਼ੁਰੂਆਤ ਉਸ ਇਹ ਲਾ ਲਓ ਕਿ ਇੱਕ ਦੋਸਤ ਚਲਾ ਗਿਆ ਸੀ ਮਹੇਸ਼, ਜਿਹਨੂੰ ਤੁਸੀਂ ਅੱਜ ਵੀ ਯਾਦ ਕਰਦੇ ਹੋ, ਤਾਂ ਉੱਥੋਂ ਸ਼ੁਰੂ ਕੀਤਾ ਅਤੇ ਸਾਡੇ ਵੇਖਣ ਵਾਲੇ ਜਾਣਦੇ ਹਨ ਕਿ ਅਸਾਂ ਬਟਵਾਰੇ ਨੂੰ ਝੇਲੇ ਹੋਏ, ਸਹੇ ਹੋਏ ਅਤੇ ਫੇਸ ਕੀਤੇ ਹੋਏ ਬੰਦਿਆਂ ਕੋਲ ਅਸਾਂ ਮਿਲਵੇਨੇ ਹੈ, ਅਤੇ ਚੰਦ ਸਾਹਿਬ ਵੀ ਕਿਸੇ ਤਰ੍ਹਾਂ ਉਸੇ ਕੈਟੇਗਰੀ 'ਚ ਆਉਂਦੇ ਹਨ, ਲੇਕਿਨ ਇਹਨਾਂ ਦੇ ਨਾਲ ਅਸਾਂ ਇੱਕ ਸ਼ਾਇਰ ਦੇ ਤੌਰ 'ਤੇ ਅਸਾਂ ਗੱਲ ਕਰਦੇ ਪਏ ਹਾਂ, ਤਾਂ ਆਪਾਂ ਇਹਨਾਂ ਦੇ ਨਾਲ ਅੱਜ ਪਿਛਲੇ ਦਿਹਾੜਿਆਂ ਦੀ ਗੱਲਾਂ ਕਹਿਣਾ ਕਰੇ ਸੂੰ, ਅਤੇ ਕੋਸ਼ਿਸ਼ ਇਹੋ ਕਰੇ ਸੂੰ ਕਿ ਹਾਂ ਤੁਹਾਨੂੰ ਅੱਛੀ ਚੀਜ਼ਾਂ ਸੁਣਵਾਈਏ, ਅਤੇ ਚੰਦ ਸਾਹਿਬ ਕੋ ਵੀ ਚੰਗਾ ਲੱਗੇ ਕਿ ਹਾਂ ਮਤਲਬ ਮੇਰੇ ਦਿਨਾਂ ਕੋ ਯਾਦ ਕੀਤਾ ਗਿਆ, ਤਾਜ਼ਾ ਕੀਤਾ ਗਿਆ। ਅਤੇ ਇਹ ਦੱਸੋ ਚੰਦ ਸਾਹਿਬ, ਉਹ ਕਿਹੜਾ ਦਿਹਾੜਾ ਹੈ, ਕਿਆ ਪਏ ਕਰਦੇ ਹਾਵੇ ਕਿ ਉੱਥਾਂ ਖੁਸਰ ਫੁਸਰ ਥਈ ਆਈ ਕਿ ਸ਼ਾਇਦ ਇੱਥੋਂ ਮੰਨਣਾ ਪੋਸੀ ਅਤੇ ਹੁਣ ਸਾਕੂ ਇਹ ਛੋੜਨਾ ਹੈ ਏਰੀਆ? ਉਹ ਕੇਸ਼ਵ ਜੀ, ਗੱਲ ਇਹ ਮੈਂ ਬਹੁਤ ਛੋਟਾ ਹਾਂ, ਹਾਲਾਂਕਿ ਮੈਨੂੰ ਬਹੁਤ ਸਾਰੀਆਂ ਗੱਲਾਂ ਯਾਦ ਹਨ ਉਸ ਜ਼ਮਾਨੇ ਦੀਆਂ, ਲੇਕਿਨ ਉਹ ਵੇਲੇ ਖੁਸਰ ਫੁਸਰ ਸਾਡੇ ਦਿਮਾਗ ਵਿੱਚ ਤਾਂ ਕੁਝ ਨਾ ਆਈ, ਮੈਂ ਤਾਂ ਆਪਣਾ ਦੱਸਣਾ ਬਲਕਿ ਕਿਤਨਾ ਉਸ ਵੇਲੇ ਮਾਸੂਮ ਆਈ ਨਹੀਂ ਉਹ ਵਕਤ ਜਿਹੜਾ ਆਈ, ਲੇਕਿਨ ਆਪਣੇ ਵਾਲਦੈਨ ਜਾਂ ਉਹਨਾਂ ਦੇ ਸਾਡੇ ਰਿਸ਼ਤੇਦਾਰ ਜਿਹੜੇ ਵੇਲੇ ਆਪਸ 'ਚ ਗੱਲ ਹੀ ਕਰਦੇ ਹਨ, ਉੱਥੋਂ ਕੁਛ ਪਤਾ ਲੱਗਦਾ ਆਈ ਕਿ ਵੀ ਅਸਾਂ ਹੁਣ ਸ਼ਾਇਦ ਕੁਛ ਛੋੜ ਕੇ ਵੱਜਣਾ ਪਊ ਸੀ। ਹਾਲਾਂਕਿ ਉਹਨਾਂ ਕੋਲ ਵੀ ਬਹੁਤ ਸਾਰੇ ਲੋਕਾਂ ਕੋਲ ਯਕੀਨ ਨਹੀਂ ਆਉਂਦਾ ਕਿ ਵੀ ਅਸਾਂ ਆਪਣਾ ਘਰ ਹਮੇਸ਼ਾ ਵਾਸਤੇ ਛੋੜ ਬੈਸੂ, ਸਮਾਨ ਛੋੜ ਬੈਸੂ, ਉਹਨਾਂ ਕੋਲ ਇਹ ਆਈ ਵੀ ਇੱਕ ਵਾਰੀ ਵੈਸੂ ਤਾਂ ਬਲਾ ਸ਼ਾਇਦ ਅਸਾਂ ਵਾਪਸ ਵਾਲਾ ਸੂੰ। ਲੇਕਿਨ ਇਹ ਹੈ ਕਿ ਸਾਡਾ ਮਹਿਲਾ ਜਿਹੜੇ ਉਮਰ ਦੇ ਵਿੱਚ ਮੈਨੂੰ ਹੁਣ ਹੱਸੀ ਵੀ ਆਉਂਦੀ ਹੈ ਉਹ ਯਾਦ ਕਰਕੇ, ਉੱਥਾਂ ਜਿਹੜੇ ਲਈ ਉਹ ਸ਼ੁਰੂ ਥਏ ਨਾ ਰੋਲੇ ਛੋਲੇ, ਤਾਂ ਉਹ ਰਾਤ ਕੋ ਹਰ ਮੁਹੱਲੇ ਦੇ ਵਿੱਚ ਇੱਕ ਗੇਟ ਬਣਾ ਦਿੱਤਾ ਸੀ ਉੱਥਾਂ, ਅਤੇ ਹਰ ਮੁਹੱਲੇ ਦੇ ਵਿੱਚ ਇੱਕ ਘਰ ਦੇ ਵਿੱਚ ਸਾਰੇ ਲੋਕ ਇਕੱਠੇ ਥੀ ਵਜਣ ਰਾਤੀਂ ਖਾਣਾ ਖਾਣਾ ਖਾ ਕੇ, ਅਤੇ ਉੱਥਾਂ ਬਹੁਤ ਸਾਰੇ ਲੋਕ ਬੈਠੇ ਹੋਏ ਹਨ, ਕੋਈ ਇੱਟਾਂ ਗਿਣ ਕੇ ਬੈਠਾ ਆਈ, ਕੋਈ ਤੇਲ ਦੀ ਕੜਾਹੀ ਗਿਣ ਕੇ ਬੈਠਾ ਆਈ, ਕੋਈ ਬਿੱਛੂ ਬਣਾ ਕੇ ਬੈਠਾ ਆਈ, ਪਤਾ ਨਹੀਂ ਕਿਸ ਕਿਆ ਕੁਛ ਹੁੰਦਾ ਸੀ, ਸਾਰੇ ਸਾਰੇ ਵਾਸਤੇ ਉਹ ਤਮਾਸ਼ਾ ਹੁੰਦਾ ਸੀ। ਅਸਾਂ ਆਦਿਆ ਸੀ ਵੀ ਉਹ ਤਮਾਸ਼ਾ ਦੇਖਸੂ ਵੀ, ਇਹ ਮਤਲਬ ਬੇਵਕੂਫੀ ਸਮਝ ਲਓ ਜਾਂ ਮਾਸੂਮੀਅਤ ਸਮਝ ਲਓ, ਉਹ ਵੇਲੇ ਮਤਲਬ ਸਾਡੀ ਇਤਨੀ ਸਮਝ ਕੋਈ ਨਾ ਆਈ ਕਿ ਵੀ ਇਹ ਮਾਮਲਾ ਕਿਤਨਾ ਸੰਗੀਨ ਹੈ। ਜੀ ਹਾਂ ਜੀ ਹਾਂ, ਜਿਹੜੀ ਤਕਸੀਮ ਹੈ ਉਹਦੀ ਸਮਝ ਅਸਲੀ ਚ ਕਹਿਣਾ ਆਈ ਨਹੀਂ, ਤਕਸੀਮ ਦੇਖੀ ਮਤਲਬ ਉਹ ਜਿਹੜੇ ਹਾਲਾਤ ਹਨ ਨਾ, ਉਹਨਾਂ ਹਾਲਾਤ ਦਾ ਅੰਦਾਜ਼ਾ ਉਹ ਉਮਰ ਦੇ ਵਿੱਚ ਕੋਈ ਨਾ ਆਈ, ਮਤਲਬ ਉਹ ਸਾਡੇ ਵਾਸਤੇ ਤਾਂ ਖੇਲ ਆਈ ਹੈ ਬਜ਼ੁਰਗਾਂ ਦੇ ਚਿਹਰਿਆਂ ਦੇ ਉੱਤੇ, ਜਾਂ ਮਾਂ ਜਿਸ ਵੇਲੇ ਉਹ ਆਉਂਦੇ ਹਨ ਨਾ, ਜਿਸ ਵੇਲੇ ਕੋਈ ਆ ਗਿਆ ਕੋਈ ਹਮਲਾ ਕਰਨ ਵਾਸਤੇ ਜਿਵੇਂ ਰੌਲਾ ਪੈਂਦਾ ਆਈ, ਤਾਂ ਉਸ ਵੇਲੇ ਮਾਵਾਂ ਜਿਹੜੀਆਂ ਨੇ ਉਹ ਸਭ ਕੋ ਗੋਦੀ 'ਚ ਗਿਣ ਕੇ ਬੱਚਿਆਂ ਕੋਲ ਆਪਣਿਆਂ ਕੋਲ, ਤਾਂ ਉਹ ਰਾਮ ਨਾਮ ਕਰਨ ਲੱਗ ਪੈਂਦੇ ਹਨ। ਲੇਕਿਨ ਸਾਡੇ ਆਪਣੇ ਮੈਨੂੰ ਯਾਦ ਹੈ ਆਪਣੇ ਆਪ ਕੋ ਇਹ ਸਮਝ ਕੋਈ ਨਾ ਆਈ ਵੀ ਇਹ ਕਿਤਨਾ ਸੀਰੀਅਸ ਮਾਮਲਾ ਹੈ। ਫਿਰ ਚੰਦ ਸਾਹਿਬ ਕਿਵੇਂ ਉੱਥੋਂ ਨਿਕਲੇ ਅਤੇ ਕਿੱਥੇ ਪਹੁੰਚੇ, ਉਹ ਜ਼ਰਾ ਅਗਰ ਅਤੇ ਰਸਤੇ 'ਚ ਕਿਆ ਕਿਆ ਦੇਖਿਆ ਉਹ ਜ਼ਰਾ ਅਗਰ ਤੁਸੀਂ ਦੱਸੋ ਤਾਂ। ਕੇਸ਼ਵ ਜੀ, ਗੱਲ ਇਹ ਕਿ ਅਸਾਂ ਮੈਂ ਆਪਣੀ ਵੱਡੀ ਮੇਰੀ ਭੈਣ ਵੱਡੀ ਹਮਸ਼ੀਰਾ ਆਈ ਜੀ, ਅਤੇ ਮੇਰੀ ਭੈਣੂ ਹੀ ਉਹ ਉਸ ਵੇਲੇ ਸ਼ਾਦੀ ਹੋ ਚੁੱਕੀ ਹੈ ਉਹਦੀ ਥੋੜ੍ਹੇ ਮਹੀਨੇ ਪਹਿਲੇ ਬਟਵਾਰੇ ਤੋਂ। ਉਹ ਆਪਣੇ ਮੇਰੇ ਬਨੋਈ ਦੇ ਇੱਕ ਦੋਸਤ ਹਨ, ਉਹ ਮਿਲਟਰੀ 'ਚ ਹਨ, ਉਹ ਟਰੱਕ ਗਿਣਾਏ ਹਨ, ਅਤੇ ਉਹ ਆਪਣੀ ਫੈਮਿਲੀ ਕੋ ਗਿਣਨ ਆਏ ਹਨ, ਅਤੇ ਨਾਲ ਕੁਛ ਦੋਸਤਾਂ ਕੋ ਵੀ ਨਾਲ ਉਹਨਾਂ ਦਾਵਤ ਦਿੱਤੀ ਵੀ ਆਓ ਤੁਸੀਂ ਵੀ ਆ ਵਜੋ, ਅਤੇ ਉਹਦੇ 'ਚ ਮੇਰੀ ਭੈਣ ਔਰ ਬਨੋਈ ਵੀ ਹਨ, ਅਤੇ ਮੇਰੀ ਵਾਲਦਾ ਨੇ ਆਖਿਆ ਮੇਰੇ ਬਨੋਈ ਸਾਹਿਬ ਕੋ ਕਿ ਵੀ ਪਤਾ ਨਹੀਂ ਸਾਡਾ ਕਿ ਬਣ ਸੀ, ਤੁਸਾਂ ਸਾਡਾ ਇੱਕ ਬਾਲ ਤਾਂ ਨਾਲ ਗਿੱਧੀ ਵਜੋਂ ਵੀ ਕਮ ਸੇ ਕਮ ਨਿਸ਼ਾਨੀ ਦੇ ਤੌਰ ਜੀ, ਅਤੇ ਮੈਂ ਆਪਣੀ ਭੈਣ ਦੇ ਨਾਲ ਆ ਗਿਆ, ਅਤੇ ਉਹ ਟਰੱਕ ਉੱਥੋਂ ਚੱਲਿਆ, ਤਾਂ ਉਹ ਸਾਖੂ ਮੁਲਤਾਨ ਆ ਕੇ ਉਹ ਟਰੱਕ ਲਹਾ ਦਿੱਤਾ। ਅੱਛਾ, ਉੱਥੋਂ ਮੁਲਤਾਨ ਦੇ ਕਿਲ੍ਹੇ ਦੇ ਵਿੱਚ ਮੈਨੂੰ ਯਾਦ ਹੈ ਅਸਾਂ ਡੂਨੀ ਉੱਥੋਂ ਰਹਿਆ ਸੀ। ਉਹਦੇ ਬਾਅਦ ਵਕਤ ਇੱਕ ਮਾਲ ਗੱਡੀ ਦੇ ਉੱਤੇ ਅਸਾਂ ਚੜ੍ਹ ਕੇ, ਜਿਹੜੀ ਉਹ ਹੁੰਦੀ ਨਾ ਬਗੈਰ
ਛੱਤ ਵਾਲੀ ਗੱਡੀ ਕੋਇਲਾ ਵਗੈਰਾ ਢੋਂਦੇ ਨੇ ਜੀ 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 ਉਹ ਗੱਡੀ 'ਚ ਬੈਠ ਕੇ ਅਸਾਂ ਮੁਲਤਾਨ ਤੋਂ ਅਤੇ ਫਿਰ ਜਲੰਧਰ ਪਹੁੰਚਿਆ ਸੀ ਤਾਂ ਹੁਣ ਗੱਡੀ ਦਾ ਮੰਜ਼ਰ ਕਿਆ ਹੈ ਕਿ ਸਾਰੀ ਗੱਡੀ ਯਾਤਰੀਆਂ ਨਾਲ ਭਰੀ ਹੋਈ ਆਈ ਸਾਰੀ ਗੱਡੀ ਭਰੀ ਹੋਈ ਆਈ ਉਹਨੂੰ ਤੁਸੀਂ ਦੇਖੋ ਨਾ ਉਹਦੇ ਅੰਦਰ ਕਿਵੇਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੇਰਾ ਖਿਆਲ ਹੈ ਜੁਲਾਈ ਜਾਂ ਅਗਸਤ ਦਾ ਮਹੀਨਾ ਆਈ ਸ਼ਾਇਦ ਅਤੇ ਅਗਸਤ ਦੇ ਮਹੀਨੇ 'ਚ ਗਰਮੀ ਆਈ ਉਹ ਲੋਹੇ ਦਾ ਜਿਹੜੇ ਹਨ ਉਹ ਛੱਕੜੇ ਹਨ ਉਹ ਵੀ ਲੋਹੇ ਦੇ ਬਣੇ ਤਪ ਪੈਂਦੇ ਹਨ ਨੀਂਹ ਖੂਹ ਬੜੀ ਗਰਮੀ ਹੁੰਦੀ ਆਈ ਔਰ ਫਿਰ ਭੀੜ ਇਤਨੀ ਅੰਦਰ ਲੋਕ ਠੁਸਾ ਠੁਸ ਭਰੇ ਹੋਏ ਹਨ ਅਤੇ ਉਹ ਬੜਾ ਬੁਰਾ ਹਾਲ ਹੈ ਲੇਕਿਨ ਲੋਕਾਂ ਕੋਲ ਉਹ ਵੇਲੇ ਇਹ ਤਕਲੀਫ ਦਾ ਮੇਰਾ ਖਿਆਲ ਹੈ ਕੋਈ ਖਿਆਲ ਨਾ ਹੀ ਉਹਨਾਂ ਕੋਲ ਆਪਣੀ ਜਾਨ ਦੀ ਆਈ ਵੀ ਠੀਕ ਠਾਕ ਜਾਨ ਬਚਾ ਕੇ ਅਤੇ ਪਹੁੰਚ ਵਜੂ ਅਸਾਂ ਅਤੇ ਉਹ ਵਕਤ ਜਲੰਧਰ ਆ ਗਏ ਉਸੇ ਫਿਰ ਕੋਈ ਹਫ਼ਤੇ ਦੇ ਬਾਅਦ ਅਖਬਾਰ ਵੀ ਆਉਂਦਿਆਂ ਨੂੰ ਮਿਲੇ ਅਖਬਾਰ ਵਿੱਚ ਕੁਛ ਖਬਰ ਮਿਲਦੀ ਸਾਨੂੰ ਪਤਾ ਲੱਗਿਆ ਵੀ ਸਾਡੇ ਸ਼ਹਿਰ 'ਚੋਂ ਗੱਡੀ ਆਉਂਦੀ ਪਈ ਹੈ ਅਤੇ ਉਹਦੇ ਵਿੱਚ ਫਿਰ ਮੇਰੀ ਵਾਲਦਾ ਮੇਰੀ ਛੋਟੀ ਭੈਣ ਅਤੇ ਮੇਰੇ ਦੋ ਭਰਾ ਮੇਰੇ ਛੋਟੇ ਹਨ ਉਹ ਉਹ ਗੱਡੀ 'ਚ ਆ ਗਏ ਮੇਰੇ ਵਾਲਿਦ ਵੱਤ ਰਹਿ ਗਏ ਉੱਥਾਂ ਅੱਛਾ ਉਹ ਕੁਛ ਗੱਡੀ ਭਰ ਗਈ ਆਈ ਜਾਂ ਕਿਹਾ ਗਾਲ ਆਈ ਜਾਂ ਕੋਈ ਸਮਾਨ ਰਹਿ ਗਿਆ ਏ ਉਹ ਉੱਥੋਂ ਬੋਲਾ ਟਰੱਕ ਦੇ ਉੱਤੇ ਉਹਨਾਂ ਕੋਲ ਮਿਲਟਰੀ ਗਿਣ ਗਈ ਲਈਆ ਉਹ ਵੱਤ ਦੂਤ ਰਹਿਣੀਆਂ ਦੇ ਬਾਅਦ ਲਈਆ ਤੋਂ ਗੱਡੀ ਦੇ ਮਤਲਬ ਤ੍ਰੈ ਕਿਸ਼ਤਾਂ ਦੇ ਵਿੱਚ ਸਾਰਾ ਫੈਮਿਲੀ ਜਿਹੜੀ ਹੈ ਕੰਪਲੀਟ ਤ੍ਰੈ ਕਿਸ਼ਤਾਂ ਦੇ ਵਿੱਚ ਪਹੁੰਚੀ ਆ ਕੇ ਜਲੰਧਰ ਆ ਜਲੰਧਰ ਆਇਆ ਉੱਥਾਂ ਵੱਤ ਕੈਂਪ ਆਈ ਗੜਾ ਕੈਂਪ ਆਈ ਗੜਾ ਇੱਕ ਜਗ੍ਹਾ ਹੈ ਉੱਥਾਂ ਮੇਰੇ ਕੋਲ ਸ਼ਹਿਰ 'ਚ ਹੀ ਹੈ ਉੱਥਾਂ ਅਸਾਂ ਰਹੇ ਕੁਛ ਨਹੀਂ ਫਿਰ ਮੇਰੇ ਵਾਲਿਦ ਦਾ ਜਿਵੇਂ ਤੱਕ ਦੱਸਿਆ ਵੱਤ ਉਹਨਾਂ ਦੀ ਜਦੋਂ ਤਕਰੀਰੀ ਥੀ ਗਈ ਜ਼ੀਰਾ ਬਹੁਤ ਅਸਾਂ ਜ਼ੀਰਾ ਚਲੇ ਗਏ ਅਸਾਂ ਮਤਲਬ ਰਸਤੇ ਤੁਸੀਂ ਕੋਈ ਕਤਲੋ ਗਾਇਆ ਰਸਤੇ ਦੇ ਵਿੱਚ ਦੇਖੋ ਜੀ ਸਭ ਕੁਝ ਮੈਂ ਦੱਸਾਂ ਅਸਾਂ ਜਿੱਥੋਂ ਤੱਕ ਸਾਡੇ ਸ਼ਹਿਰ ਦਾ ਤਾਲੁਕ ਹੈ ਸਾਡੇ ਜਿਹੜੇ ਥਾਣੇਦਾਰ ਆਈ ਜੀ ਉਹ ਸਾਡੇ ਸ਼ਹਿਰ ਦਾ ਕੋਈ ਇੱਕ ਵੀ ਆਦਮੀ ਮਰਨ ਨਹੀਂ ਦਿੱਤਾ ਇੱਕ ਰੇਲਵੇ ਦੇ ਜਿਹੜੇ ਰੇਲਵੇ ਸਟੇਸ਼ਨ ਮਾਸਟਰ ਤੋਂ ਉਹਦੀ ਫੈਮਿਲੀ ਆਈ ਉਹ ਆਪਣੀ ਬੇਵਕੂਫੀ ਦੀ ਵਜ੍ਹਾ ਕਰਕੇ ਉਹ ਉਹਨਾਂ ਦਾ ਕਤਲ ਥੀ ਗਿਆ ਉਹ ਥਾਣੇਦਾਰ ਆਦਾ ਰਿਹਾ ਵੀ ਤੁਸੀਂ ਆਪਣੀ ਫੈਮਿਲੀ ਕੋਈ ਇੱਥੇ ਨਾ ਰੱਖੋ ਤੁਹਾਨੂੰ ਮੈਂ ਹਿਫਾਜ਼ਤ ਨਾਲ ਕਿਉਂਕਿ ਸਟੇਸ਼ਨ ਸਾਡਾ ਦੂਰ ਆਈ ਸ਼ਹਿਰ ਤੋਂ ਲੇਕਿਨ ਉਹਦੇ ਇਲਾਵਾ ਸਾਡੇ ਸ਼ਹਿਰ ਦਾ ਇੱਕ ਵੀ ਆਦਮੀ ਨਹੀਂ ਮਰਨ ਦਿੱਤਾ ਆਪਣੀ ਜਾਨ 'ਤੇ ਖੇਡ ਕੇ ਰੱਬ ਕੋ ਕਰਵਟ ਕਰਵਟ ਜੰਨਤ ਨਸੀਬ ਕਰੇ ਉਹ ਸਾਡੇ ਸ਼ਹਿਰ ਨੂੰ ਬੜੀ ਮਹਿਫੂਜ਼ ਰੱਖਿਆ ਔਰ ਜਿਸ ਵੇਲੇ ਗੱਡੀ ਆਈ ਤਾਂ ਵੀ ਉਹ ਆਖਿਆ ਕਿ ਰਾਤ ਨੂੰ ਗੱਡੀ ਆ ਗਈ ਆਈ ਵੀ ਜਿਤਨਾ ਸਮਾਨ ਢੋ ਸਕਦੇ ਹੋ ਢੋ ਗਿਨੋ ਗੱਡੀ ਸਵੇਰੇ ਚਲਸੀ ਇਤਨਾ ਉਹ ਯਾਨੀ ਕਿ ਨੇਕ ਆਦਮੀ ਆਏ ਲੇਕਿਨ ਰਸਤੇ ਦੇ ਵਿੱਚ ਅਸਾਂ ਕੁਛ ਜ਼ਿਆਦਾ ਨਹੀਂ ਮੰਜ਼ਰ ਦਿੱਠੇ ਕੁਛ ਥੋੜ੍ਹਾ ਬਹੁ ਗੱਡੀਆਂ ਜਿਹੜੇ ਦੂਜੇ ਪਾਸਿਓਂ ਆਉਂਦੇ ਪਏ ਹਨ ਮੁਸਲਮਾਨਾਂ ਦਾ ਇੱਥੋਂ ਭਾਰਤ 'ਚੋਂ ਉਨਤੇ ਵਹਿੰਦੇ ਪਏ ਹਨ ਕੁਛ ਵੈਸੇ ਵੀ ਸਟੇਸ਼ਨ ਦੇ ਉੱਤੇ ਜਿੱਥਾਂ ਗੱਡੀ ਖੜੋਦੀ ਆਈ ਸਾਡੀ ਕੁਛ ਛੋਟੇ ਮੋਟੇ ਵਾਕਿਆਤ ਹੈ ਜ਼ਿਆਦਾ ਲੇਕਿਨ ਕਤਲੋ ਗਾਰਤ ਅਸਾਂ ਨਹੀਂ ਦਿੱਠੀ ਅਤੇ ਹੀ ਵੇਲੇ ਤੁਸੀਂ ਹਾਵੇ ਕਿਹੜੇ ਥਾਂ 'ਤੇ ਕਿਹੜੇ ਸਟੇਸ਼ਨ ਦੀ ਗੱਲ ਕਰਦੇ ਪਏ ਤੁਸੀਂ ਜਿੱਥੇ ਰਸਤੇ ਦੇ ਉੱਤੇ ਨਹੀਂ ਨਹੀਂ ਜਿੱਥੇ ਤੁਸੀਂ ਜਿੱਥੋਂ ਤੁਸੀਂ ਚੱਲੇ ਹੋ ਹੀ ਵੇਲੇ ਤੁਸੀਂ ਕਿੱਥੇ ਆਵੇ ਕਰੋੜ ਨਹੀਂ ਨਹੀਂ ਕਰੋੜ ਤੋਂ ਤਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਆਪਣੇ ਹਮਸ਼ੀਰਾ ਔਰ ਬਹਿਨੋਈ ਦੇ ਨਾਲ ਹਾਂਜੀ ਉਹਨਾਂ ਦੇ ਦੋਸਤ ਦੇ ਟਰੱਕ ਵਿੱਚ ਬੈਠ ਕੇ ਉਹਨਾਂ ਦੇ ਨਾਲ ਮੈਂ ਮੁਲਤਾਨ ਪਹੁੰਚਿਆ ਮੁਲਤਾਨ ਅੱਛਾ ਮੁਲਤਾਨ ਸਟੇਸ਼ਨ ਦੀ ਗੱਲ ਕਰਨ ਦੇ ਪਏ ਹਾਂ ਮੁਲਤਾਨ ਸਟੇਸ਼ਨ ਤੋਂ ਫਿਰ ਉਹ ਮਾਲ ਗੱਡੀ ਤੋਂ ਅਸਾਂ ਜੀ ਜੀ ਮੁਲਤਾਨ ਸਟੇਸ਼ਨ ਦਾ ਜਿਹੜਾ ਮਾਸਟਰ ਆਈ ਰੇਲਵੇ ਮਾਸਟਰ ਆਈ ਉਹ ਉਹਨਾਂ ਦੀ ਫੈਮਿਲੀ ਤੁਸੀਂ ਸਾਡੇ ਸਿੰਧੇ ਹੋ ਨਾ ਬਾਈ ਨਹੀਂ ਨਹੀਂ ਕਰੋੜ ਦੀ ਫੈਮਿਲੀ ਅੱਛਾ ਕਰੋੜ ਦੀ ਫੈਮਿਲੀ ਸਾਡੇ ਥਾਣੇਦਾਰ ਨੇ ਮੈਂ ਆਦਾ ਪਿਆ ਨਾ ਸਾਡੇ ਥਾਣੇਦਾਰ ਨੇ ਐਲਾਨ ਕਰ ਦਿੱਤਾ ਇਸ ਬਾਹਰੋਂ ਇੱਕ ਦੋ ਵਾਰੀ ਆਏ ਮਾਬ ਆਏ ਲੁੱਟਣ ਵਾਸਤੇ ਉਹ ਆਖਿਆ ਵੀ ਦੇਖੋ ਇਹ ਨਾ ਸਮਝਣਾ ਕਿ ਮੈਂ ਮੁਸਲਮਾਨ ਹਾਂ ਅਤੇ ਮੈਂ ਤੁਹਾਡੀ ਫੇਵਰ ਕਰਾਂਗਾ ਮੈਂ ਆਪਣਾ ਫਰਜ਼ ਨਿਭੇਸਾਂ ਜੀ ਔਰ ਮੈਂ ਪਹਿਲੇ ਮਰਸਾਂ ਜੇ ਤੁਸੀਂ ਹਮਲਾ ਕਰੇ ਸੋ ਤਾਂ ਪਿੱਛੋਂ ਮੈਂ ਆਪਣੇ ਸ਼ਹਿਰ ਦਾ ਕੋਈ ਬੰਦਾ ਮਰਨ ਦੇ ਸਾਂ ਜੀ ਔਰ ਉਹਨੇ ਆਪਣੀ ਜ਼ਬਾਨ ਨੂੰ ਮਤਲਬ ਜ਼ਬਾਨ ਦਾ ਪਾਸ ਰੱਖਿਆ ਪੂਰਾ ਕੀਤਾ ਜੋ ਵਾਅਦਾ ਕੀਤਾ ਸੀ ਤਾਂ ਉਹ ਤੁਹਾਨੂੰ ਦੱਸਦਾ ਪਿਆ ਉੱਥੋਂ ਕਰੋੜ ਦਾ ਜਿਹੜਾ ਸਾਡਾ ਸਟੇਸ਼ਨ ਆਈ ਨਾ ਦੂਰ ਆਈ ਸ਼ਹਿਰ ਤੋਂ ਉਹ ਸਟੇਸ਼ਨ ਮਾਸਟਰ ਡਾਇ ਉਹ ਆਪਣੀ ਫੈਮਿਲੀ ਵੀ ਉੱਥੇ ਸਟੇਸ਼ਨ 'ਤੇ ਰੱਖੀ ਹੋਈ ਆਈ ਥਾਣੇਦਾਰ ਨੇ ਆਖਿਆ ਵੀ ਤੁਸੀਂ ਸ਼ਹਿਰ ਰੱਖੋ ਬਾਲਾਂ ਕੋ ਤੁਸੀਂ ਡਿਊਟੀ ਦੇ ਵੇਲੇ ਜਿਸ ਗੱਡੀ ਦਾ ਟਾਈਮ ਥੀਂਦੇ ਉੱਥੇ ਚੱਲੇ ਗਿਆ ਕਰੋ ਤੁਹਾਡੇ ਨਾਲ ਬੰਦਾ ਵੀ ਦੱਸੋ ਪੁਲਿਸ ਵਾਲਾ ਅਤੇ ਉੱਥੋਂ ਕੋਲ ਹਿਫਾਜ਼ਤ ਦੇ ਨਾਲ ਗਿਣ ਵੀ ਵੈਸੀ ਆ ਵੀ ਵੈਸੀ ਲੇਕਿਨ ਉਹ ਪਰਵਾਹ ਨਹੀਂ ਕੀਤੀ ਉਹ ਫੈਮਿਲੀ ਵੀ ਉੱਥਾਂ ਹੀ ਰੱਖੀ ਆਈ ਉਹ ਇੱਕ ਸ਼ਾਮ ਕੋ ਮਹਿਸੂਸ ਹੋਇਆ ਵੀ ਖਤਰਾ ਹੈ ਉਹ ਰਸਤੇ 'ਤੇ ਆਉਂਦਾ ਪਿਆ ਸੀ ਰਸਤੇ 'ਤੇ ਕਤਲ ਕਰ ਦਿੱਤਾ ਉਹਨਾਂ ਦਾ ਪਰ ਉਹ ਆਪਣੀ ਗਲਤੀ ਆਈ ਉਹਨਾਂ ਦੀ ਥਾਣੇਦਾਰ ਦੀ ਗਲਤੀ ਉਹ ਆਖਦਾ ਮੈਂ ਤਾਂ ਕੱਢਣ ਦਾ ਆਖਦਾ ਪਿਆ ਵੀ ਉੱਥੇ ਨਾ ਰੱਖੋ ਫੈਮਿਲੀ ਨਾ ਰੱਖੋ ਵਾਹ ਮੈਂ ਅਕਸਰ ਇਹ ਗੱਲ ਕਹਿਣਾ ਕਿ ਹਾਂ ਬੰਦੇ ਮਾੜੇ ਕਹਿਣਾ ਨਾ ਹਿੰਦੂ ਬੁਰੇ ਹਨ ਨਾ ਮੁਸਲਮਾਨ ਬੁਰੇ ਹਨ
ਜੇ ਬੁਰਾ ਹਾਈ ਜੇ ਮਾੜਾ ਹਾਈ ਤਾਂ ਉਹ ਟਾਈਮ ਮਾੜਾ ਹਾਈ। ਤਾਂ ਇੱਥਾਂ ਵੀ ਇਸ ਇੰਟਰਵਿਊ 'ਚ ਵੀ ਉਹ ਗੱਲ ਸਾਬਿਤ ਹੀ ਗਈ ਹੈ ਕਿ ਹਾਂ ਉਹ ਟਾਈਮ ਮਾੜਾ ਹਾਈ ਜਿਸ ਨੇ ਸਾਡੇ ਦਿਮਾਗਾਂ 'ਚ ਬਹਿ ਗਿਆ ਅਤੇ ਸਾਨੂੰ ਉਹ ਕੰਮ ਕਰਨ 'ਤੇ ਮਜਬੂਰ ਕਰ ਦਿੱਤਾ ਅਤੇ ਜਿਹੜੇ ਅਸੀਂ ਕਰਨਾ ਵੀ ਨਾ ਚਾਹੁੰਦੇ ਅਸੀਂ ਅਤੇ ਜਿਨ੍ਹਾਂ ਦੇ ਉੱਤੇ ਅਸਾਂ ਅੱਜ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਮੈਂ ਤੁਹਾਨੂੰ ਇੱਕ ਇੱਥੋਂ ਦਾ ਵੀ ਉੱਥੋਂ ਦਾ ਤੁਹਾਨੂੰ ਮੈਂ ਦੱਸਿਆ ਨਾ ਥਾਣੇਦਾਰ ਦਾ ਵਾਕਿਆ ਵੀ ਕਿੱਦਾਂ ਨੇਕ ਆਦਮੀ ਆਏ ਹਰ ਵੇਲੇ ਮੈਂ ਯਾਨੀ ਕਿ ਮੂੰਹ ਛੋਟਾ ਹਾਲਾਂਕਿ ਲੇਕਿਨ ਮੈਂ ਹਰ ਵੇਲੇ ਜਦੋਂ ਉਹਦਾ ਖਿਆਲ ਆਉਂਦੇ ਮੇਰੇ ਮੂੰਹ 'ਚੋਂ ਦੁਆਵਾਂ ਨਿਕਲਦੇ ਨੇ। ਇੱਥਾਂ ਵੀ ਆ ਕੇ ਜ਼ੀਰੇ ਦੇ ਵਿੱਚ ਤੁਹਾਨੂੰ ਦੱਸਾਂ ਮੈਂ ਇੱਕ ਇੱਥਾਂ ਵੀ ਆ ਕੇ ਮੈਂ ਇੱਕ ਰਸਾਲਾ ਆਉਂਦਾ ਆਈ ਸਾਡੇ ਸਕੂਲ ਦੇ ਵਿੱਚ ਉਹਦੇ ਵਿੱਚ ਇੱਕ ਮਜ਼ਮੂਨ ਪੜ੍ਹਿਆ ਮੈਂ ਇੱਕ ਸਾਕਿਬ ਜ਼ੀਰ ਵੀ ਹਨ ਬਹੁਤ ਅੱਛੇ ਸ਼ਾਇਰ ਹਨ ਜਿਹੜੇ ਫਿਰ ਬਟਵਾਰੇ ਤੋਂ ਬਾਅਦ ਪਾਕਿਸਤਾਨ ਲੱਗੇ ਹਨ ਹੁਣ ਕੁਝ ਸਾਲ ਪਹਿਲੇ ਹੀ ਉਹਨਾਂ ਦੀ ਵਫਾਤ ਹੋਈ ਹੈ ਉਹਦਾ ਲਿਖਿਆ ਹੋਇਆ ਮਜ਼ਮੂਨ ਆਏ ਉਹ ਜ਼ੀਰੇ ਦੇ ਹਨ ਉਹ ਲਿਖਿਆ ਹੈ ਵੀ ਕਿਵੇਂ ਮੈਕੂ ਮੇਰੇ ਇੱਕ ਸਿੱਖ ਦੋਸਤ ਜਿਹੜੇ ਦਰਜ਼ੀ ਹਨ ਉੱਥੋਂ ਗੁਰਮੁਖ ਸਿੰਘ ਨਾਂ ਹੀ ਹੁੰਦਾ ਗੁਰਮੁਖ ਸਿੰਘ ਦਰਜ਼ੀ ਕਿਵੇਂ ਉਹ ਬਚਾਇਆ ਹੈ ਉਹ ਗੁਰਮੁਖ ਸਿੰਘ ਆਪਣੇ ਘਰ ਦੋਸਤ ਦੇ ਘਰ ਛੁਪਿਆ ਹੋਇਆ ਹੈ ਅਤੇ ਮਾਪ ਜਿਹੜੇ ਵੇਲੇ ਆਇਆ ਅਤੇ 250 ਆਦਮੀ ਹਨ ਉਹ ਗੁਰਮੁਖ ਸਿੰਘ ਵੀ ਘਬਰਾ ਗਿਆ ਵੀ ਮੈਂ ਇਹਨਾਂ ਦਾ ਮੁਕਾਬਲਾ ਕਿਵੇਂ ਕਰਿਆ ਸਾਂ ਤਾਂ ਊਂ ਕੀ ਕੀਤਾ ਉਹਦੀ ਬੀਵੀ ਬਿਮਾਰ ਪਈ ਆਈ ਇੱਕ ਮੰਜੇ ਦੇ ਉੱਤੇ ਅਤੇ ਕੰਬਲ ਪਾਇਆ ਹੈ ਉੱਤੇ ਸਰਦੀ ਲੱਗ ਰਹੀ ਹੈ ਉਹ ਕੋ ਹੋਰ ਕੁਝ ਨਹੀਂ ਸੁਝਿਆ ਨਾ ਉਹ ਬੀਵੀ ਉਹਦੇ ਵੰਝ ਕੇ ਤੋਂ ਬੀਵੀ ਦੇ ਪਿੱਛੋਂ ਉਹ ਬੀਵੀ ਕੋ ਬੀਵੀ ਦੇ ਨਾਲ ਸਮਾ ਦਿੱਤਾ ਉਹ ਅੱਛਾ ਸਾਕਿਬ ਜ਼ੀਰ ਵੀ ਕੋ ਉੱਤੋਂ ਕੰਬਲ ਪਾ ਦਿੱਤਾ ਉਹ ਸਾਰੇ ਮਾਂ ਆਇਆ ਜਿਹੜੇ ਡਿੱਠਾ ਉਹਨਾਂ ਸਾਰੇ ਕਮਰਿਆਂ ਦੀ ਤਲਾਸ਼ੀ ਲਿੱਤੀ ਤਾਂ ਉਹ ਕਮਰੇ ਜਲੇ ਲਗਾਏ ਤਾਂ ਕਹਿੰਦੇ ਮੇਰੀ ਬੀਵੀ ਬਿਮਾਰ ਹੈ ਸਰਦੀ ਲੱਗੀ ਪਈ ਹੈ ਅਤੇ ਕੰਬਲ ਪਾਇਆ ਹੈ ਤਾਂ ਉਹਦਾ ਮੂੰਹ ਬੀਵੀ ਦਾ ਮੂੰਹ ਉਹ ਸਾਹਮਣੇ ਆਈ ਉਹ ਨਜ਼ਰ ਆਉਂਦਾ ਪਿਆ ਸੀ ਮਤਲਬ ਉਹ ਜਿਹੜੇ ਆਏ ਹਨ ਬਦਮਾਸ਼ ਮਾਰਨ ਵਾਸਤੇ ਉਹ ਆਪਣੇ ਖਾਬੋ ਖਿਆਲ ਵਿੱਚ ਵੀ ਇਹ ਨਹੀਂ ਸੋਚ ਸਕਦੇ ਹਨ ਕਿ ਇੱਕ ਸਿੱਖ ਆਪਣੇ ਮੁਸਲਮਾਨ ਦੋਸਤ ਵਾਸਤੇ ਇਤਨੀ ਵੱਡੀ ਕੁਰਬਾਨੀ ਵੀ ਦੇ ਸਕਦੇ ਆਖਣ ਦਾ ਮਤਲਬ ਮਤਲਬ ਇਹ ਚਾਹੇ ਉੱਥੋਂ ਦੇ ਥਾਣੇਦਾਰ ਦਾ ਵਾਕਿਆ ਮੈਂ ਇੱਥੋਂ ਸੁਣਾਏ ਜਾਂ ਇੱਥੋਂ ਦਾ ਸੁਣਾਏ ਕਿ ਕੁਝ ਵੀ ਹੋਵੇ ਉਹ ਵੇਲੇ ਵੀ ਬਹੁਤ ਕੁਛ ਕਤਰੋ ਗਾਰਤ ਥਈ ਆਈ ਲੇਕਿਨ ਉਹ ਵੇਲੇ ਵੀ ਕੁਝ ਲੋਕ ਇਹੋ ਯਾਨੀ ਕਿ ਖੁਦਾ ਤਰਸ ਔਰ ਨੇਕ ਦਿਲ ਹਨ ਜਿਹਨਾਂ ਦੇ ਅੰਦਰ ਇਨਸਾਨੀਅਤ ਜ਼ਿੰਦਾ ਹੈ ਔਰ ਮੈਂ ਸਮਝਦਾ ਕਿ ਇਹੋ ਜਿਹੇ ਇਨਸਾਨ ਜਦ ਤੱਕ ਜ਼ਿੰਦਾ ਹੈ ਨਾ ਚਾਹੇ ਥੋੜ੍ਹੇ ਵੀ ਹੋਵਣ ਇਨਸਾਨੀਅਤ ਕਦਾਈ ਮਰ ਨਹੀਂ ਸਕਦੀ ਹਮੇਸ਼ਾ ਜ਼ਿੰਦਾ ਰਹਿ ਸਕਦੀ ਬਿਲਕੁਲ ਜੀ ਬਿਲਕੁਲ ਚੰਦ ਸਾਹਿਬ ਬਹੁਤ ਹੀ ਗਮਗੀਨ ਮਾਹੌਲ ਤੋਂ ਨਿਕਲਦੇ ਹੋਏ ਮੈਂ ਚਾਹਾਂ ਕਿ ਤੁਸੀਂ ਜ਼ਰਾ ਜਿਹੜੀ ਆਪਣੀ ਸ਼ਾਇਰੀ ਦਾ ਰੰਗ ਹੈ ਜਿਹੜੀ ਆਪਣੀ ਸ਼ਾਇਰੀ ਨੂੰ ਤੁਸੀਂ ਅੱਗਾ ਲੈ ਕੇ ਚੱਲੇ ਉਹ ਤੁਸੀਂ ਜ਼ੀਰੀ ਤੋਂ ਜਿਹੜੇ ਇੱਥਾਂ ਆਏ ਉਹ ਤਾਂ ਜਵਾਨ ਥੀ ਗਈ ਹਾਈ ਤੁਹਾਡੀ ਸ਼ਾਇਰੀ ਜਾਂ ਉਹ ਕਿਹੜਾ ਦੌਰ ਹਾਈ ਕਿ ਤੁਸੀਂ ਮਹਿੰਦਰ ਪ੍ਰਤਾਪ ਤੋਂ ਮਹਿੰਦਰ ਪ੍ਰਤਾਪ ਚਾਂਦ ਬਣ ਗਏ ਅਸਲ 'ਚ ਤਾਂ ਕੁਝ ਸਰ ਮੈਂ ਜ਼ੀਰੇ ਤੋਂ ਸ਼ੁਰੂਆਤ ਥਈ ਆਈ ਤੋਂ ਕੁਛ ਕੱਚੇ ਪੱਕੇ ਸ਼ੇਰ ਜੀ ਸ਼ੁਰੂ ਥੀ ਗਿਆ ਮੈਂ ਲਿਖਣਾ ਅਖਬਾਰ ਵਿੱਚ ਵਿਦਿਆ ਅਖਬਾਰ ਵਿੱਚ ਵੀ ਛਪ ਪੈਂਦੇ ਹਨ ਉਹਦੇ ਬਾਅਦ ਤੁਹਾਨੂੰ ਮੈਂ ਜ਼ਿਕਰ ਕੀਤੇ ਜਿਵੇਂ 1951 'ਚ 9ਵੀਂ ਪਾਸ ਕਰਕੇ ਮੈਂ DAV ਕਾਲਜ ਜਲੰਧਰ ਦਾਖਲ ਥੀ ਗਿਆ ਜੀ ਜਲੰਧਰ ਅਦਬੀ ਲਿਹਾਜ਼ ਦੇ ਨਾਲ ਬੜਾ ਹੀ ਯਾਨੀ ਕਿ ਅਹਿਮ ਤਰੀਨ ਸ਼ਹਿਰ ਆਈ ਪੰਜਾਬ ਦਾ ਉਸ ਕਿਉਂਕਿ ਸ਼ੁਮਾਲੀ ਹਿੰਦੁਸਤਾਨ ਦਾ ਦਿੱਲੀ ਤੋਂ ਬਾਅਦ ਸ਼ਾਇਦ ਵਾਹਿਦ ਰੇਡੀਓ ਸਟੇਸ਼ਨ ਜਲੰਧਰ 'ਚ ਆਈ ਫਿਰ ਉੱਥੋਂ ਬਹੁਤ ਸਾਰੇ ਉਰਦੂ ਦੇ ਅਖਬਾਰ ਉਹ ਵੇਲੇ ਹਿੰਦ ਸਮਾਚਾਰ ਦੇ ਇਲਾਵਾ ਮਿਲਾਪ ਪ੍ਰਤਾਪ ਜੈ ਹਿੰਦ ਪ੍ਰਭਾਤ ਬਹੁਤ ਸਾਰੇ ਅਖਬਾਰ ਹਨ ਜਿਹੜੇ ਉਹ ਵੇਲੇ ਉੱਥੋਂ ਜਲੰਧਰ 'ਚੋਂ ਨਿਕਲਦੇ ਹਨ ਤਾਂ ਬੜਾ ਅੱਛਾ ਅਦਬੀ ਮਾਹੌਲ ਆਈ ਅੱਛਾ ਫਿਰ ਵੱਡਾ ਸ਼ਹਿਰ ਆਈ ਉੱਥਾਂ ਚੂੰਕਿ ਰੇਡੀਓ ਦੇ ਉੱਤੇ ਵੀ ਅਤੇ ਵੈਸੇ ਵੀ ਸ਼ਹਿਰ ਦੇ ਵਿੱਚ ਮੁਸ਼ਾਇਰੇ ਥੀਂਦੇ ਹਨ ਬਹੁਤ ਸਾਰੇ ਅਤੇ ਉਹ ਅੱਛੇ ਅੱਛੇ ਸ਼ਾਇਰਾਂ ਕੋਲ ਸੁਣਨ ਦਾ ਮੌਕਾ ਮਿਲਦਾ ਹੈ ਉਹਦੇ ਬਾਅਦ ਵਤ ਲੁਧਿਆਣਾ ਆ ਗਏ ਅਸਾਂ ਉੱਥੇ ਮਕਾਨ ਅਲਾਟ ਥੀ ਗਿਆ ਆਪੋ ਤਾਂ ਉੱਥਾਂ ਵੀ ਮੁਸ਼ਾਇਰੇ ਥੀਂਦੇ ਹਨ ਤਾਂ ਉੱਥਾਂ ਫਿਰ ਕੈਸ ਜਲੰਧਰੀ ਅਮਰਚੰਦ ਕੈਸ ਜਲੰਧਰੀ ਬਹੁਤ ਵੱਡੇ ਸ਼ਾਇਰ ਗੁਜ਼ਰੇ ਨੇ ਪੰਜਾਬ ਦੇ ਉਹ ਇੱਕ ਵਾਰੀ ਆਏ ਤਾਂ ਉਹ ਰਾਤ ਕੋ ਮੇਰੇ ਕੋਲ ਹੀ ਠਹਿਰੇ ਹਨ ਅਤੇ ਉਹ ਮੈਂ ਉਹਨਾਂ ਕੋ ਦਰਖਾਸਤ ਕੀਤੀ ਉਹਨਾਂ ਦੇ ਅੱਗੋਂ ਮੈਂ ਇਲਤਜਾ ਕੀਤੀ ਵੀ ਮੈਂ ਕੋ ਆਪਣੇ ਸ਼ਰਨ 'ਚ ਗਿਣੋ ਅਤੇ ਉਹ ਮੇਰੀ ਖੁਸ਼ਕਿਸਮਤੀ ਕਿ ਉਹਨਾਂ ਮੇਰਾ ਅਰਜ਼ ਕਬੂਲ ਕੀਤੀ ਅਤੇ ਮੈਂ ਉਹਨਾਂ ਦਾ ਸ਼ਾਗਿਰਦ ਬਣ ਗਿਆ ਸ਼ਾਇਰੀ ਉਹਦੇ ਬਾਅਦ ਉਹਨਾਂ ਕੋ ਮੈਂ ਲਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਹ ਮੁਸ਼ਾਇਰਿਆਂ ਵਿੱਚ ਵੀ ਹੌਲੀ ਹੌਲੀ
ਬੜੇ ਹੌਸਲੇ ਦੇ ਨਾਲ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸਤਾਦ ਦੀ ਦੇਖੀ ਹੋਈ ਚੀਜ਼ ਹੁੰਦੀ ਸੀ ਅਤੇ ਉਹ ਯਕੀਨ ਦੇ ਨਾਲ ਬੜੇ ਇਤਮਾਦ ਦੇ ਨਾਲ ਕਾਨਫੀਡੈਂਸ ਦੇ ਨਾਲ ਪੜ੍ਹਦੇ ਸੀ ਕਿ ਵੀ ਇਹ ਠੀਕ ਹੈ, ਇਹਦੇ 'ਤੇ ਕੋਈ ਉਂਗਲੀ ਨਹੀਂ ਉਠਾ ਸਕਦਾ। ਅਤੇ ਉਹ ਇਸ ਤਰ੍ਹਾਂ ਸਫ਼ਰ ਚੱਲਦਾ ਰਿਹਾ। ਬਸ ਫਿਰ ਲੁਧਿਆਣੇ ਤੋਂ ਬਾਅਦ ਮੈਂ ਕੁਰਕਸ਼ੇਤਰ ਚਲਾ ਗਿਆ ਕਾਫੀ ਬਾਅਦ। ਉੱਥੋਂ ਵੀ ਅੱਛਾ ਮਾਹੌਲ ਸਾਡਾ ਰਿਹਾ, ਅਦਬੀ ਸੰਗਮ, ਆਪਣੇ ਅਦਬੀ ਸੰਗਮ ਵੀ ਆਈ, ਬਜ਼ਮੇ ਸੁਖਨ ਵੀ ਆਈ, ਯੂਨੀਵਰਸਿਟੀ ਵਿੱਚ ਵੀ ਬੜਾ ਅੱਛਾ ਮਾਹੌਲ ਆਈ। ਅਤੇ ਇਸ ਤਰ੍ਹਾਂ ਇਹ ਸਫ਼ਰ ਰਵਾਂ ਦਵਾਂ ਰਿਹਾ। ਅਤੇ ਮੈਂ ਬੁਨਿਆਦੀ ਤੌਰ 'ਤੇ ਤਾਂ ਉਰਦੂ ਦਾ ਹੀ ਅਧਨਾ ਜਿਹਾ ਆਖਾਂਗਾ, ਬੜਾ ਇੱਕ ਅਧਨਾ ਸ਼ਾਇਰ ਹਾਂ, ਔਰ ਮੈਂ ਨਸਰ ਵੀ ਲਿਖਦਾ। ਮੇਰੇ ਨਸਰ ਦੇ ਵਿੱਚ ਮੈਂ ਇੱਕ ਨੂੰ ਕਹਾਣੀਆਂ ਵੀ ਲਿਖੀਆਂ ਹਨ ਪਹਿਲੇ, ਲੇਕਿਨ ਬਾਅਦ ਵਿੱਚ ਮੇਰੇ ਤਨਕੀਦੀ ਔਰ ਤਹਿਕੀਕੀ ਯਾਨੀ ਕਿ ਰਿਸਰਚ ਆਰਟੀਕਲ ਮਜ਼ਮੂਨ ਹੀ ਮੈਂ ਲਿਖੇ ਨੂੰ ਉਹਦੇ ਬਾਅਦ, ਔਰ ਮੇਰੇ ਡੂ ਮਜਮੂਏ ਵੀ ਆ ਚੁੱਕੇ ਨੇ ਉਹਦੇ ਬਾਅਦ। ਫਿਰ ਸਰਾਇਕੀ ਦੇ ਵਿੱਚ ਕਲਾਮ ਸ਼ੁਰੂ ਤਾਂ ਮੇਰੇ ਖਿਆਲ ਬਹੁ ਬਾਅਦ ਵਿੱਚ ਸ਼ੁਰੂ, 1900 ਮੇਰੇ ਖਿਆਲ 90 ਤੋਂ ਬਾਅਦ ਦੀ ਗੱਲ ਹੈ। ਦਿੱਲੀ ਦੇ ਵਿੱਚ ਇੱਕ ਮੁਸ਼ਾਇਰਾ ਥੀ ਆਈ ਤਾਂ ਉੱਥੋਂ ਸ਼ੁਰੂਆਤ ਥੀ ਸਰਾਇਕੀ ਦੇ ਵਿੱਚ, ਲੇਕਿਨ ਉਰਦੂ ਦੇ ਵਿੱਚ ਸ਼ੁਰੂ ਤੋਂ 7ਵੀਂ ਜਮਾਤ ਵਿੱਚੋਂ ਹੀ ਜਿਵੇਂ ਦੱਸੇ ਮੈਂ ਉੱਥੋਂ ਤੈਵੇਂ ਲਈ ਸ਼ੁਰੂ ਥੀ ਗਿਆ। ਸਾਡੇ ਦੇਖਣ ਵਾਲਿਆਂ ਨੇ ਵੀ ਅਤੇ ਮੈਂ ਵੀ ਤੁਹਾਡੀ ਕੁਛ ਸਰਾਇਕੀ ਨਜ਼ਮਾਂ ਤਾਂ ਸੁਣੀਆਂ, ਨਜ਼ਮ ਅਖੇਸਾਂ ਮੈਂ ਹੁਕੂ ਅਤੇ ਨਜ਼ਮਾਂ ਵੀ ਹਨ, ਗਜ਼ਲਾਂ ਵੀ ਹਨ, ਗਜ਼ਲਾਂ ਵੀ ਹਨ। ਨਜ਼ਮ ਔਰ ਗਜ਼ਲ ਜਿਹੜੀ ਹੈ ਨਾ, ਇਹ ਇਹਨਾਂ ਕੋ ਆਦਨ ਮੁਖਤਲਿਫ ਅਸਨਾਫ ਏ ਸੁਖਨ। ਅੱਛਾ, ਅੰਗਰੇਜ਼ੀ 'ਚ ਇਹਨਾਂ ਕੋ ਆਦਨ ਫਾਰਮ ਆਫ ਪੋਇਟਰੀ। ਓਕੇ, ਇਹ ਡਿਫਰੈਂਟ ਫਾਰਮ ਨੇ, ਨਜ਼ਮ ਵੀ ਹੁੰਦੀ ਹੈ, ਗਜ਼ਲ ਵੀ ਹੁੰਦੀ ਹੈ, ਟੱਪੇ ਵੀ ਹੁੰਦੇ ਨੇ, ਰੁਬਾਈ ਵੀ ਹੁੰਦੀ ਹੈ, ਡੋੜੇ ਵੀ ਹੁੰਦੇ ਨੇ, ਡੋੜੇ ਵੀ ਹੁੰਦੇ ਨੇ। ਸਰਾਇਕੀ ਵਿੱਚ ਤਾਂ ਇਹ ਹੁੰਦੇ ਨੇ, ਉਰਦੂ ਦੇ ਵਿੱਚ ਕਿਤਾ, ਰੁਬਾਈ, ਮਸਨਵੀ, ਗਜ਼ਲ, ਨਜ਼ਮ, ਤਾਂ ਇਹ ਮੁਖਤਲਿਫ ਅਸਨਾਫੇ ਸੁਖਨ ਨੇ ਜੀ। ਹਾਂ, ਤਾਂ ਮੈਂ ਗਜ਼ਲ ਵਿੱਚ ਵੀ ਮੈਂ ਤਬਾਜ਼ਮਾਈ ਕੀਤੀ ਹੈ, ਨਜ਼ਮ ਵੀ ਲਿਖੀ ਹੈ, ਰੁਬਾਈਆਂ ਵੀ ਕੁਛ ਲਿਖੇ ਨੇ, ਕੁਛ ਕਿਤੇ ਵੀ ਲਿਖੇ ਨੇ। ਅਤੇ ਇਸ ਤਰ੍ਹਾਂ ਮੁਖਤਲਿਫ ਯਾਨੀ ਕਿ ਮੈਂ ਅਸਨਾਫ ਦੇ ਵਿੱਚ ਲਿਖਦਾ ਰਿਹਾ ਥੋੜ੍ਹਾ ਬਹੁ। ਅਤੇ ਬਸ ਅਸਾਂ ਸੁਣਨਾ ਚਾਹਸੂੰ ਕਿ ਹਾਂ ਤੁਸੀਂ ਜਿਹੜੀ ਉਰਦੂ ਦੇ ਵਿੱਚ ਜਿੱਥੋਂ ਤੁਹਾਨੂੰ ਹਰ ਮੰਚ 'ਤੇ, ਹਰ ਸਟੇਜ 'ਤੇ, ਹਰ ਅਖਾੜੇ 'ਚ ਤੁਹਾਨੂੰ ਦਾਦ ਮਿਲਦੀ ਹੈ, ਉਹ ਕਿਆ ਕਿਹੜੇ ਸ਼ੇਰ ਉਹ ਹੁੰਦੇ ਹਨ ਕਿ ਹਾਂ ਚਾਰੋਂ ਪਾਸੇ ਉਹ ਖੁਸ਼ਬੂਆਂ ਥੀ ਵੈਂਦੀਆਂ? ਨਹੀਂ, ਉਹ ਕੋਈ ਖਾਸ ਮਖਸੂਸ ਸ਼ੇਰ ਨਹੀਂ ਹੁੰਦੇ ਜੀ। ਇਹ ਤਾਂ ਦੇਖੋ, ਇੱਕ ਬਤੌਰ ਸ਼ਾਇਰ, ਇੱਕ ਆਦਮੀ ਜਿਹੜਾ ਹੈ ਬਤੌਰ ਸ਼ਾਇਰ, ਜਦੋਂ ਕੁਛ ਉਹ ਅੱਛਾ ਮਿਆਰੀ ਕਲਾਮ ਲਿਖਣ ਲੱਗ ਪੈਂਦੇ ਤਾਂ ਉਹ, ਔਰ ਫਿਰ ਉਹ ਛੱਪਣ ਲੱਗ ਪੈਂਦੇ ਜਾਂ ਦੂਸਰੇ ਜ਼ਰੀਏ ਦੇ ਨਾਲ ਉਹਦਾ ਕਲਾਮ ਬਾਹਰ ਪੈਂਦੇ, ਤਾਂ ਉਹ ਉਹਦਾ ਇੱਕ ਛਾਪ ਲੱਗ ਪੈਂਦੀ, ਛਾਪ ਇੱਕ ਇਮੇਜ ਬਣ ਪੈਂਦੇ ਉਹਦਾ ਅਹਿਲੇ ਅਦਬ ਦੇ ਦਰਮਿਆਨ, ਕਿ ਵੀ ਇਹ ਕਿਸ ਮਿਆਰ ਦਾ ਸ਼ਾਇਰ ਹੈ। ਤਾਂ ਉਹ ਮੁਸ਼ਾਇਰੇ ਦੇ ਵਿੱਚ ਤਾਂ ਵੈਸੇ ਵੀ ਆਦਮੀ ਦੀ ਕੋਸ਼ਿਸ਼ ਇਹ ਹੁੰਦੀ ਵੀ ਐਸਾ ਕਲਾਮ ਪੜ੍ਹੋ ਜਿਹੜਾ ਜਿਹੜੇ ਸਾਮਾਈਨ ਤੁਹਾਡੇ ਸਾਹਮਣੇ ਹਾਜ਼ਰੀਨ ਬੈਠਣ ਥੇ ਉਹਨਾਂ ਦੀ ਪਸੰਦ ਦਾ ਹੋਵੇ। ਤਾਂ ਮੈਂ ਤੁਹਾਨੂੰ ਕੁਛ ਥੋੜ੍ਹਾ ਬਹੁਤ ਸੁਣਾ ਦਿੰਦਾ। ਮੈਂ ਤੁਹਾਨੂੰ ਇੱਕ ਕਿਤਾ ਅਤੇ ਇੱਕ ਰਵਾਈ ਪਹਿਲੇ ਸੁਣੇ ਨਾ, ਤੁਹਾਨੂੰ ਅੰਦਾਜ਼ ਵੀ ਪਤਾ ਲੱਗ ਗਿਆ ਸੀ ਮੇਰਾ ਜੀ, ਮੇਰਾ ਮਤਲਬ ਜ਼ਿੰਦਗੀ ਦਾ ਨਜ਼ਰੀਆ ਕੀ ਹੈ। ਦੇਖੋ, ਮੈਂ ਸਮਝਿੰਦਾ ਕਿ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਖੁਸ਼ੀ ਦੇ ਨਾਲ ਨਾਲ ਗਮ ਵੀ ਜ਼ਰੂਰੀ ਹੈ, ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ ਦਾ ਜਿਹੜਾ ਬੈਲੈਂਸ ਹੈ, ਜਿਹੜਾ ਤਵਾਜ਼ਨ ਹੈ ਜ਼ਿੰਦਗੀ ਦਾ, ਉਹ ਤਾਂ ਹੀ ਹੈ। ਔਰ ਖੁਸ਼ੀ ਦੀ ਅਹਿਮੀਅਤ ਔਰ ਖੁਸ਼ੀ ਦਾ ਅਹਿਸਾਸ ਵੀ ਤਾਂ ਹੀ ਥੀਂਦੇ ਜੀ ਜੇ ਦੁੱਖ ਵੀ ਹੋਣ, ਉਹਨਾਂ ਦੇ ਨਾਲ ਹੀ ਮੁਕਾਬਲਾ ਅਸੀਂ ਕਰਨੇ ਹਾਂ ਕਿ ਵੀ ਹਾਂ ਇਹ ਖੁਸ਼ੀ ਦਾ ਮਾਹੌਲ ਹੈ, ਇਹ ਗਮੀ ਦਾ ਹੈ। ਉਹਦੇ ਉੱਤੇ ਇੱਕ ਕਿਤਾ ਹੈ ਮੇਰਾ, ਨਸ਼ਾ ਤੋਂ ਐਸ਼, ਨਸ਼ਾਤ ਖੁਸ਼ੀ ਕੋ ਕਹਿੰਦੇ ਹਾਂ, ਐਸ਼ ਆਪ ਜਾਣਦੇ, ਨਸ਼ਾ ਤੋਂ ਕੈਸ਼ ਵੀ, ਨਸ਼ਾ ਤੋਂ ਐਸ਼ ਵੀ ਲਾਜ਼ਿਮ ਹੈ ਜ਼ਿੰਦਗੀ ਕੇ ਲੀਏ, ਨਸ਼ਾ ਤੋਂ ਐਸ਼ ਵੀ ਲਾਜ਼ਿਮ ਹੈ ਜ਼ਿੰਦਗੀ ਕੇ ਲੀਏ, ਬਗੈਰ ਗਮ ਕੇ ਮਗਰ ਜ਼ਿੰਦਗੀ ਅਧੂਰੀ ਅਧੂਰੀ ਹੈ। ਨਸ਼ਾ ਤੋਂ ਐਸ਼ ਵੀ ਲਾਜ਼ਿਮ ਹੈ ਆਦਮੀ ਕੇ ਲੀਏ, ਬਗੈਰ ਗਮ ਕੇ ਮਗਰ ਜ਼ਿੰਦਗੀ ਅਧੂਰੀ ਹੈ। ਔਰ ਗਮੋਂ ਕਾ ਬੋਝ ਉਠਾਨਾ ਕਠਿਨ ਸਹੀ, ਲੇਕਿਨ ਗਮੋਂ ਕਾ ਬੋਝ ਉਠਾਨਾ ਬਹੁਤ ਜ਼ਰੂਰੀ ਹੈ। ਵਾਹ ਵਾਹ ਵਾਹ, ਸ਼ੁਕਰੀਆ। ਨਸ਼ਾ ਤੋਂ ਐਸ਼ ਵੀ ਲਾਜ਼ਿਮ ਹੈ ਆਦਮੀ ਕੇ ਲੀਏ,
बगैर गम के मगर जिंदगी अधूरी है, गमों का बोझ उठाना कठिन सही लेकिन गमों का बोझ उठाना बहुत ज़रूरी है। एक इंसान की जो एक सीरत होती है, एक सूरत होती है, तो क्या ज़रूरी होता है और क्या होता है, उस पर एक किताब मैं आपको सुनाता हूँ। मज़ा जब है कि सीरत भी हसीं हो। सीरत इंसान की जो असलियत होती है, जो खसलत होती है, एक सूरत होती है जो बाहर से नज़र आती है। मज़ा जब है कि सीरत भी हसीं हो, खूबसूरत हो। मज़ा जब है कि सीरत भी हसीं हो कि शक्ल मोमिना काफ़ी नहीं है। मोमिनों जैसी शक्ल जो है, मासूमों जैसी शक्ल, वो दैट्स नॉट इनफ। मज़ा जब है कि सीरत भी हसीं हो कि शक्ल मोमिना काफ़ी नहीं है, खरा नीयत का होना भी है लाजिम, फकत मीठी जुबान काफ़ी नहीं है। वाह 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 वाह। तो अब मैं आपको गज़ल के कुछ एक गज़ल से शेर सुना देता हूँ, कुछ जो मुझे बहुत अजीज़ है। गज़ल मुझे अच्छी, एक मेरी कामयाब गज़लों में से मैं समझता हूँ कि मैंने कब अपनी वफाओं का सिला मांगा था, मैंने कब अपनी वफाओं का सिला मांगा था, एक तबस्सुम ही तेरा बहरे खुदा मांगा था। मैंने कब अपनी वफाओं का सिला मांगा था, एक तबस्सुम ही तेरा बहरे खुदा के बहरे खुदा मांगा था। और क्या खबर थी मेरी नींदें ही उजड़ जाएंगी, क्या खबर थी मेरी नींदें ही उजड़ जाएंगी, मैंने खोए हुए ख्वाबों का पता मांगा था। हाय हाय वाह। क्या खबर थी मेरी नींदें ही उजड़ जाएंगी, मैंने खोए हुए ख्वाबों का पता मांगा था। और दस्ते गुलची ने भी, हाँ दस्त कहते हैं हाथ को, गुलची जो बाग में माली फूल चुनने वाला होता है, दस्ते गुलची ने भी गुलशन से वही फूल चुना। दस्ते गुलची ने भी गुलशन से वही फूल चुना, मैंने जिस गुल के लिए दस्ते सबा मांगा था, हवा का हाथ मांगा था, मैंने जिस गुल के लिए दस्ते सबा मांगा था। और बस इसी बात पे बरहम है नाराज है, बस इसी बात पे बरहम है ज़माना हमसे, बस इसी बात पे बरहम है ज़माना हमसे, हमने अपने बदखाहों का भी हमने भला मांगा था। वाह वाह। बस इसी बात पे बरहम है ज़माना हमसे, अपने बदखाहों का, बुरा चाहने वालों का भी, अपने बदखाहों का भी हमने भला मांगा था। और एक दो शेर इसमें ज़ाती हैं, मेरी अपनी ज़िंदगी के साथ जुड़े हुए हैं। मेरे एक जवान बेटे की वफ़ात हो गई थी, तो उसके एक यानी कि एक जज्बा उसके लिए ऐसा था कि शिद्दत गम से, दुख की मतलब शिद्दत से, शिद्दत गम में दुआ की थी तुझे भूलने की, शिद्दत गम में दुआ की थी तुझे भूलने की, अब भरे जख्म तो नादिम हूँ, शर्मिंदा हूँ। शिद्दत गम में दुआ की थी तुझे भूलने की, अब भरे जख्म तो नादिम हूँ, ये क्या मांगा था। शिद्दत गम में दुआ की थी तुझे भूलने की, अब भरे जख्म तो नादिम हूँ, ये क्या मांगा था। और शेर देखिए, एक और शेर इसी यानी कि आलम का है कि चूड़ियाँ टूटी तो जख्मों से लहू रंग हुई, चूड़ियाँ टूटी तो जख्मों से लहू रंग हुई, जिस हथेली के लिए रंगे हिना मांगा था। चूड़ियाँ टूटी तो जख्मों से लहू रंग हुई, जिस हथेली के लिए रंगे हिना मांगा था। और एक शेर और सुन लीजिए, हाँ दो शेर और आपको सुनाता हूँ जो मुझे पसंद हैं। कि कोई भी अर्ज़ विनती, कोई भी अर्ज़ न हो पाई कबूल उसके हुजूर जी,
کوئی بھی عرض نہ ہو پائی قبول اس کے حضور میں نے ہی غالباً کچھ حد سے سوا مانگا تھا کوئی بھی عرض نہ ہو پائی قبول اس کے حضور میں نے ہی غالباً میں نے ہی کچھ حد سے سوا مانگا تھا اور ایک آخری شعر اور سن لیجئے کہ تو نے ہر غم سے نوازا ہے تو نے ہر غم سے نوازا ہے تیرا خاص کرم جی بہت اچھا تو نے ہر غم سے نوازا ہے تیرا خاص کرم مجھ کو تو اب یہ بھی نہیں یاد کہ کیا مانگا تھا تو نے ہر غم سے نوازا ہے تیرا خاص کرم مجھ کو تو یہ بھی نہیں یاد کہ کیا مانگا تھا واہ شکریہ واہ جی واہ واہ شکریہ اردو کی بات چل رہی ہے تو میں خود مطلب میرے زبان میرے الفاظ ویسے کچھ آ رہے ہیں تو کہیں سے کسی بھی اینگل سے کسی بھی نظریے سے جب چاند صاحب بات کر رہے تھے سرائیکی میں ملتانی میں تو کہیں سے رتی بھر بھی احساس نہیں ہو رہا تھا کہ یہی وہ شخص ہے جو کمال کی سرائیکی پوئٹری لکھتے ہیں اور یہی وہ شخص ہے جس نے آپ کو ایسی چیزیں سنائی ہیں تو کہیں نہ کہیں مادری زبان کی بات کرتے ہیں اور واپس آ جاتے ہیں ساڑی اپنی زبان ساڑی اپنی مادری زبان سرائیکی ماں بولی ٹھیک ہے تو اندے چسا گال کرنے ہیں انہیں چسا گال کرنے ہیں میرے کو کئی باری چاند صاحب رانا صاحب ٹوکیں ان کی گل پنجابی تھیند ہے گال ہوندی ہوندی تو میں کہنا ہاں میں کیا کراں اسا ہن سدھرتے پے ہیں تو میں چاہ سا چاند صاحب کہ تسا ساکوں ساڑی زبان اپنی ماں بولی بھی کچھ ایو جے چیزاں سناؤ کہ ساڈے سنن والے بھی تے میں بھی تے تواکو بھی لگے کہ ہاں بہت دیہڑے بعد آج کچھ نا میں کوشش کرے نا میں کو بڑی یعنی کہ تسلی ہے بڑی سیٹسفیکشن ہے اپنے دل دے وچ کہ میں چاہے دیر نال شروع کیتا لیکن جی اپنی ماں بولی دے وچ بھی میں جی کچھ لکھے لکھیا تو بہت زیادہ نہیں ہے تھوڑا کلام ہے لیکن میں کو یہ بھی فخر ہے کہ ہنے پچھلے سال ہی ملتان دے وچ ایک سرائیکی ادبی بورڈ ہے جی انہوں نے ڈاکٹر طاہر تونسویں اتھاں بہت بڑے رائٹر ہیں اور محقق ہیں اور شاعر ہیں اور بہت عالم ہیں بڑے بڑے میرے وہ دوست ہیں ایک سیمینار ہے جتنے ملاقات تھے بڑا پیار ہے انہوں کا تو انہوں کی محبت نال تو ایک اتھاں ذرا دین پناہ دے وچ تنویر محمد زئی ہیں میرے دوست ہیں وہ بھی جرنلسٹ بھی ہیں شاعر بھی ہیں نثر نگار بھی ہیں انہاں دی کوششاں دے نال میری پچھلے سال سرائیکی ادبی بورڈ ملتان نے میرے سرائیکی کلام میرے کو منگوا کے تے اون دے نال میرا پاکستان دا سفر نامہ واہ تے میرے سرائیکی کلام دے اتے اتھوں دے ترے چار ڈاکٹر گلباس نے اتھاں لیا دے وچ اور تنویر صاحب نے اور پھر ڈاکٹر طاہر تونسوی ہو گئے ایک ڈاکٹر مزمل حسین ہیں میرے مہربان ہیں انہاں دے مضامین ہیں ترے چار مضامین اور میرا سرائیکی کلام اور میرا پاکستان دا سفر نامہ وہ یکجا کر کے تو انہاں سرائیکی ادبی بورڈ ملتان نے پچھلے سال ایک کتاب شائع کیتی ہے انہاں نام ہے چوبھے چوبھے اچھا وہ جڑی چوبھے ہے میں تہاڈی گل کو وچاں کٹیندا پیا تے وہ جڑی چوبھے ہے وہ چوبھے کیا ہے کیوں کو چبھ دیے وہ گال یا کہ دے واسطے وہ کل ہیں پے چوبھے جڑے ہیں پے نہیں وہ چبھ دی کہیں کو نہیں وہ دراصل میں نے ایک شعر دے وچ جی ہاں جڑا ایک دو شعراں دے وچ چوبھے دا لفظ آندے جی ہاں جی میں تو سنا بھی دساں اتھوں انہوں نے اوندا عنوان رکھا ہے جی ہاں تے باقی چبھدا تے کہیں کو نہیں کلام تو اے کہ ایجا ہوندے آدمی دا اگر چنگا کلام ہے اور تواڈے آدھن اردو چ وی آدھن سارے ساہتیہ دے وچ ایویں کہ جڑے ویلے سنن والے کو یا پڑھن والے کو اے لگے کہ اے تے میرے دل دی گال آئی ایکو کیویں پتہ لگ گئی ہے تے سمجھو کہ تساں بڑا کامیاب شعر یا کامیاب تحریر لکھی ہے جی 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 سے او ای کر کے وہ چوبھے دا دے کلام دے نال ویسے کچھ نہیں ہے اور اے جڑا کلام اچھا کلام ہے جس نے چبھدا بھی ہے نا ہاں وہ بھی پیارا لگدے بالکل بالکل تو اے دے چوبھے ہیں نا وہ ساڈے آرٹسٹ مطلب جڑے کلاکار ہوندے نو کہندے جی
ਗਾਲੀਆਂ ਨਾ ਦਿਓ ਤਾਂ ਤਾਲੀਆਂ 'ਚ ਦਿਓ, ਤਾਲੀਆਂ ਨਾ ਦਿਓ ਤਾਂ ਗਾਲੀਆਂ 'ਚ ਦਿਓ, ਤਾਂ ਸਾਡੇ ਵਾਸਤੇ ਤਾਂ ਦੋਵਾਂ ਚੀਜ਼ਾਂ ਦੀ ਠੀਕ ਹੈ ਨਾ, ਤਾਂ ਉਹ ਤੁਹਾਡੀ ਗੱਲ ਹੈ ਕਿ ਹਾਂ ਪਿਆਰੇ ਹੁੰਦੇ ਜੀ, ਬਿਲਕੁਲ ਪਿਆਰੇ ਹੁੰਦੇ ਨੇ, ਪਿਆਰੇ ਹੁੰਦੇ ਜੀ। ਅਸਾਂ ਜ਼ਰਾ ਸੁਣਨਾ ਚਾਹੂੰ ਸਰਾਇਕੀ ਦੇ ਵਿੱਚ ਤੁਹਾਡਾ। ਮੈਂ ਤਾਂ ਕੂੰ ਮੁਖਤਲਿਫ, ਮੈਂ ਸਰਾਇਕੀ ਵਿੱਚ ਵੀ ਜਿਵੇਂ ਉਰਦੂ ਦਾ ਦੱਸੇ, ਸਰਾਇਕੀ ਵਿੱਚ ਕੁਛ ਗਜ਼ਲਾਂ ਵੀ ਲਿਖਣ, ਕੁਛ ਟੱਪੇ ਵੀ ਲਿਖਣ ਔਰ ਕੁਛ ਨਜ਼ਮਾਂ ਵੀ ਲਿਖਣ। ਵਾਹ ਵਾਹ ਵਾਹ, ਬਸ ਫਿਰ ਥੋੜ੍ਹੇ ਥੋੜ੍ਹੇ ਫੁੱਲ ਝੜੀਆਂ ਨਹੀਂ, ਮੈਂ ਤਾਂ ਕੋਈ ਮੁਖਤਲਿਫ ਦੋ ਚਾਰ ਗਜ਼ਲਾਂ ਚੋਂ ਡੂ ਡੂ ਤਰ੍ਹਾਂ ਤਰ੍ਹਾਂ ਸ਼ੇਰ ਤੋਂ ਸੁਣਾ ਦੇਣਾ ਜੀ ਜੀ ਜੀ। ਪਹਿਲੇ ਮੈਂ ਤਾਂ ਉਸਨੇ ਨਾ ਕਿ ਨੀ ਰਾਤੀ ਮੈਂ ਲੁਕ ਲੁਕ ਰੋਵਾਂ ਜੀ, ਨੀ ਰਾਤੀ ਮੈਂ ਲੁਕ ਲੁਕ ਰੋਵਾਂ, ਨੀ ਰਾਤੀ ਕੁਰਲਾਵਾਂ, ਕਿ ਕੂੰ ਦਿਲ ਦਾ ਹਾਲ ਸੁਣਾਵਾਂ, ਕਿ ਕੂੰ ਫੱਟ ਦਿਖਾਵਾਂ। ਹਾਏ ਹਾਏ, ਨੀ ਰਾਤੀ ਮੈਂ ਲੁਕ ਲੁਕ ਰੋਵਾਂ, ਨੀ ਰਾਤੀ ਕੁਰਲਾਵਾਂ, ਕਹਿਕੂੰ ਦਿਲ ਦਾ ਹਾਲ ਸੁਣਾਵਾਂ, ਕਹਿਕੂੰ ਫੱਟ ਦਿਖਾਵਾਂ। ਔਰ ਸ਼ੇਰ ਦੇਖੋ ਕਿ ਰੁਸਵੇ ਨੇ ਤਾਂ ਇਵੇਂ ਲੱਗਦੇ ਗੁੱਪ ਅੰਧਾਰਾ ਥੀ ਗਏ, ਵਾਹ, ਰੁਸਵੇ ਨੇ ਤਾਂ ਇਵੇਂ ਲੱਗਦੇ ਗੁੱਪ ਅੰਧਾਰਾ ਥੀ ਗਏ, ਔਰ ਮਨਵੇ ਨੇ ਤਾਂ ਦਿਲ ਆਧੇ ਵੱਲ ਰੁੱਸੇ ਵੱਤ ਮਨਾਓ। ਹਾਏ ਹਾਏ, ਸ਼ੁਕਰੀਆ। ਰੁਸਵੇ ਨੇ ਤਾਂ ਦੇਖੋ ਵਾਕਈ ਇਹ ਇੱਕ ਹਕੀਕਤ ਹੈ, ਹਕੀਕਤ ਹੈ, ਜੇ ਮਹਿਬੂਬ ਕੋ ਮਹਿਬੂਬ ਦਾ ਰੁਸਣਾ ਜਾਂ ਆਪ ਰੁਸਣਾ ਜਾਂ ਮਨਾਉਣਾ, ਇਹ ਵੀ ਇੱਕ ਬੜਾ ਰੁਸਣ ਔਰ ਮਨਾਉਣ ਵਿੱਚ ਵੀ ਬੜਾ ਮਜ਼ਾ ਹੁੰਦਾ, ਮਜ਼ਾ ਹੁੰਦਾ। ਰੁਸਵੇ ਨੇ ਤਾਂ ਇਵੇਂ ਲੱਗਦੇ ਗੁੱਪ ਅੰਧਾਰਾ ਥੀ ਗਏ, ਮਨ ਵੇ ਨੇ ਤਾਂ ਦਿਲ ਆਦੇ ਵੱਲ ਰੁੱਸੇ ਵੱਤ ਮਨਾਵਾਂ। ਅਤੇ ਹੋਰ ਸ਼ੇਰ ਦੇਖੋ ਇਹਦੇ ਵਿੱਚ ਕਿ ਹਿਕ ਦਿਲ ਆਧੇ, ਹਿਕ ਉਰਦੂ ਦਾ ਬੜਾ ਮਸ਼ਹੂਰ ਸ਼ੇਰ ਹੈ, ਉਹਦਾ ਉਹ ਖਿਆਲ ਹੈ ਇਹਦੇ ਵਿੱਚ ਕਿ ਕਿਆ ਮਿਲਾ ਅਰਜ਼ੇ ਮੁੱਦਾ ਕਰਕੇ, ਬਾਤ ਵੀ ਖੋਈ ਇਲਤਜਾ ਕਰਕੇ। ਕਈ ਦਫ਼ਾ ਅਸਾਂ ਕੋਈ ਕਹਿੰਦੇ ਅੱਗੋਂ ਬੇਨਤੀ ਕਰੇ ਹੈ, ਡਰਦੇ ਡਰਦੇ ਵੀ ਪਤਾ ਨਹੀਂ ਇਹਦਾ ਰਿਐਕਸ਼ਨ ਕੀ ਹੋ ਸੀ, ਮੰਨੇ ਸੀ ਕਿ ਨਾ ਮੰਨੇ, ਜੇ ਗੱਲ ਬਣ ਵਜੇ ਤਾਂ ਆਦਮੀ ਖੁਸ਼ ਥੀਂਦੇ, ਜੇ ਨਾ ਮੰਨੇ ਤਾਂ ਤੁਹਾਡੀ ਬੇਨਤੀ ਜਿਹੜੀ ਹੈ ਨਾ ਉਹ ਵੀ ਮਜਰੂਹ ਥੀ ਪੈਂਦੀ, ਜ਼ਖਮੀ ਥੀ ਪੈਂਦੀ ਹੈ। ਤੁਹਾਨੂੰ ਬੜਾ ਅਫਸੋਸ ਆਉਂਦੇ ਵੀ ਮੈਂ ਆਪਣੇ ਮੂੰਹ ਦੀ ਗੱਲ, ਮੈਂ ਆਪਣੀ ਬਾਤ ਵੀ ਖੋਈ ਇਲਤਜਾ ਕਰਕੇ, ਤੋ ਇਲਤਜਾ ਕਰਕੇ ਮੈਂ ਆਪਣੀ ਬਾਤ ਕਿਉਂ ਖੋਈ। ਬਿਲਕੁਲ ਉਹ ਖਿਆਲ ਸਰਾਇਕੀ ਦੇ ਵਿੱਚ ਹੈ ਕਿ ਹਿਕ ਦਿਲ ਆਧੇ ਹਾਂ ਦਾ ਦੁਖੜਾ ਫੋਲਾ ਉਂਦੇ ਅੱਗੂੰ, ਹਾਏ ਹਾਏ, ਹਿਕ ਦਿਲ ਆਧੇ ਹਾਂ ਦਾ ਦੁਖੜਾ ਫੋਲਾ ਉਂਦੇ ਅੱਗੂੰ, ਵੱਲ ਡਰਦਾ ਕਿਉਂ ਇਵੇਂ ਆਪਣੇ ਮੂੰਹ ਦੀ ਗਾਲ ਵਜਾਵਾਂ, ਵੱਲ ਡਰਦਾ ਕਿਉਂ ਇਵੇਂ ਆਪਣੇ ਮੂੰਹ ਦੀ ਗਾਲ ਵਜਾਵਾਂ। ਔਰ ਹਿਕ ਦੇਖੋ ਜਿਹੜੇ ਆਇਆ ਸੀ ਉੱਥੋਂ, ਉਹਦੇ ਬਾਅਦ ਕੁਛ ਸਾਲਾਂ ਦੇ ਬਾਅਦ ਵਤਨ ਦੀ ਯਾਦ ਆਈ ਕਈ ਵੇਲੇ, ਤਾਂ ਉਹੀ ਵੇਲੇ ਦਾ ਇੱਕ ਖਿਆਲ ਕੁਛ ਸ਼ੇਰ ਵਿੱਚ ਬੰਨੇ ਕਿ ਜਿਨ੍ਹਾਂ 'ਤੇ ਟੁਰਦੇ ਹਾਸੇ ਅਸਾਂ ਨੂਹੇ ਗਕੜਿਆਂ ਪਾ ਕੇ, ਆਏ ਹਾਏ, ਜਿਨ੍ਹਾਂ 'ਤੇ ਟੁਰਦੇ ਹਾਸੇ ਅਸਾਂ ਨੂਹੇ ਗਕੜਿਆਂ ਪਾ ਕੇ, ਸੁੰਨੀਆਂ ਥੀ ਗਈਆਂ ਹੋਸਨ ਸਾਡੀ ਝੋਕ ਦੀਆਂ ਉਹ ਰਾਵਾਂ। ਪਰ ਸ਼ੁਕਰ ਹੈ ਰੱਬ ਦਾ ਮੈਂ ਦੇਖ ਆਇਆ, ਸੁੰਨੀਆਂ ਨਹੀਂ ਥੀਆਂ, ਨਾ ਹੀ ਥੀਵਨ ਕਿ ਨਹੀਂ, ਰੱਬ ਕਰੇ ਉਹ ਬੜੇ ਵਸਦੇ ਪੈਣ ਔਰ ਬੜੇ ਅੱਛਾ ਵਕਤ ਉੱਥਾਂ ਜਿੰਦਾ ਪਏ। ਮੈਂ ਤਾਂ ਇੱਕ ਬਈ ਗਜ਼ਲ ਦੇ ਸ਼ੇਰ ਸੁਣਾਵਾਂ, ਅਰਜ਼ ਕਰਿੰਦਾ ਕਿ ਲੋਕਾਂ ਦੇ ਹਨ ਰੂਪ ਨਿਰਾਲੇ, ਲੋਕਾਂ ਦੇ ਹਨ ਰੂਪ ਨਿਰਾਲੇ, ਬਾਹਰੋਂ ਚਿੱਟਣ ਅੰਦਰੋਂ ਕਾਲੇ, ਲੋਕਾਂ ਦੇ ਹਨ ਰੂਪ ਨਿਰਾਲੇ, ਬਾਹਰੋਂ ਚਿੱਟਣ ਅੰਦਰੋਂ ਕਾਲੇ, ਔਰ ਮੰਗਦੇ ਇਸ਼ਕ ਸਬਰ ਅਤੇ ਤਾਂਘਾਂ। ਇਸ਼ਕ ਜਿਹੜਾ ਹੈ ਉਹ ਉਹਦਾ ਇਮਤਿਹਾਨ ਹੁੰਦਾ, ਸਬਰ ਸਬੂਰੀ ਔਰ ਇੰਤਜ਼ਾਰ, ਮੰਗਦੇ ਇਸ਼ਕ ਸਬਰ ਅਤੇ ਤਾਂਘਾਂ, ਆਸ਼ਿਕ ਹੁੰਦੇ ਨੇ ਬਹੁ ਉਬਾਲੇ। ਸਹੀ ਗੱਲ ਹੈ, ਇਸ਼ਕ ਸਬਰ ਅਤੇ ਤਾਂਘਾਂ, ਆਸ਼ਿਕ ਹੁੰਦੇ ਨੇ ਬਹੁ ਉਬਾਲੇ, ਔਰ ਆਪਣੇ ਦਮ 'ਤੇ ਜੀਵਨ ਸਿੱਖੋ ਜੀ, ਆਪਣੇ ਦਮ 'ਤੇ ਜੀਵਨ ਸਿੱਖੋ, ਕੋਈ ਨਾ ਕਹੀਂ ਦੀ ਪੰਡ ਸੰਭਾਲੇ, ਹਾਏ ਹਾਏ ਹਾਏ, ਆਪਣੇ ਦਮ 'ਤੇ ਜੀਵਨ ਸਿੱਖੋ, ਕੋਈ ਨਾ ਕਹੀਂ ਦੀ ਪੰਡ ਸੰਭਾਲੇ, ਔਰ ਰਾਤ ਵਿਛੋੜੇ ਦੀ ਨਹੀਂ ਲੰਘਦੀ, ਰਾਤ ਵਿਛੋੜੇ ਦੀ ਨਹੀਂ ਲੰਘਦੀ, ਵਾਂਧਨ ਅੱਖੀਂ ਦੇ ਪਰਨਾਲੇ, ਰਾਤ ਵਿਛੋੜੇ ਦੀ ਨਹੀਂ ਲੰਘਦੀ, ਵਾਂਧਨ ਅੱਖੀਂ ਦੇ ਪਰਨਾਲੇ, ਔਰ ਮਨ ਮੰਦਿਰ ਪੈ ਸੁੰਜਾਂ ਸੁੰਜਾਂ, ਮਨ ਮੰਦਿਰ ਪੈ ਸੁੰਜਾਂ ਸੁੰਜਾਂ, ਕੋਈ ਤਾਂ ਆ ਕੇ ਦੀਵਾ ਬਾਲੇ, ਮਨ ਮੰਦਿਰ ਪੈ ਸੁੰਜਾਂ ਸੁੰਜਾਂ, ਕੋਈ ਤਾਂ ਆ ਕੇ ਦੀਵਾ ਬਾਲੇ। ਇੱਕ ਬਈ ਗਜ਼ਲ ਦੇ ਇੱਕ ਸ਼ੇਰ ਸੁਣ ਕੇ ਨੋ,
ਕਿ ਉਹਦੇ ਵਿੱਚ ਉਰਦੂ ਦੇ ਵਿੱਚ ਔਰ ਉਹ ਗਜ਼ਲ ਕਿਸੇ ਵੀ ਕਈ ਵੀ ਜ਼ਬਾਨ ਵਿੱਚ, ਚਾਹੇ ਸਰਾਇਕੀ 'ਚ ਹੋਵੇ, ਚਾਹੇ ਪੰਜਾਬੀ 'ਚ ਹੋਵੇ, ਚਾਹੇ ਹਿੰਦੀ 'ਚ ਹੋਵੇ, ਚਾਹੇ ਸਿੰਧੀ 'ਚ ਹੋਵੇ, ਉਹ ਗਜ਼ਲ ਤਾਂ ਹੀ ਅੱਖੀ ਸੀ ਜੇ ਉਹਦੇ 'ਚ ਕਾਫੀਆ ਔਰ ਰਦੀਫ ਹੋਣ। ਰਦੀਫ ਤੱਕ ਜ਼ਰੂਰੀ ਨਹੀਂ ਵੀ ਹੁੰਦੀ ਕਈ ਵਾਰੀ, ਲੇਕਿਨ ਕਾਫੀਆ ਬੜਾ ਜ਼ਰੂਰੀ ਹੁੰਦੇ। ਅਤੇ ਇਹਦੇ ਵਿੱਚ ਇਹ ਗਜ਼ਲ ਜਿਹੜੀ ਸੁਣੇ ਦਾ ਪਿਆ, ਇਹਦੇ ਵਿੱਚ ਡੂਡੂ ਕਾਫੀ ਇਹ ਹਨ। ਅੱਛਾ, ਰਦੀਫ ਨਹੀਂ, ਡੂਡੂ ਕਾਫੀ ਹਨ। ਕਾਫੀਆ ਉਹ ਲਫਜ਼ ਹੁੰਦੇ ਜਿਹੜਾ ਜੇਕੋ ਅੰਗਰੇਜ਼ੀ ਚ ਆਖਸੂ ਰਿਦਮਿਕ ਹੈ, ਰਿਦਮਿਕ ਇੱਕੋ ਜਿਹੇ ਰਿਦਮ ਵਾਲਾ ਹੋਵੇ। ਠੀਕ ਹੈ, ਠੀਕ ਹੈ। ਅਰਜ਼ ਕਰੇ ਨਾ ਕਿ ਮੁੱਖ ਗੈਨ ਹੰਝੂ ਜੀ ਆ, ਮੁੱਖ ਗੈਨ ਹੰਝੂ ਵਾਂਧੇ ਵਾਂਧੇ, ਇਹ ਕਾਫੀ ਆਏ ਵਾਂਧੇ ਵਾਂਧੇ ਵਾਰੀ ਮੁੱਖ ਗੈਨ ਹੰਝੂ ਵਾਂਧੇ ਵਾਂਧੇ ਕਿੱਥਾਂ ਰਹਿ ਗਏ ਹੋ ਆਂਧੇ ਆਂਧੇ ਆਏ ਹਾਏ, ਮੁੱਖ ਗੈਨ ਹੰਝੂ ਵਾਂਧੇ ਵਾਂਧੇ ਕਿੱਥਾਂ ਰਹਿ ਗਏ ਹੋ ਆਂਧੇ ਆਂਧੇ, ਔਰ ਢਿੱਡ ਦੀ ਭਾ ਨਾ ਬੁੱਝਿਓ ਵਤਵੀ, ਢਿੱਡ ਦੀ ਭਾ ਨਾ ਬੁੱਝਿਓ ਵਤਵੀ, ਉਮਰਾ ਲੰਘ ਗਈ ਖਾਂਦੇ ਖਾਂਦੇ ਖਾਂਦੇ, ਢਿੱਡ ਦੀ ਭਾ ਨਾ ਬੁੱਝਿਓ ਵਤਵੀ, ਉਮਰਾ ਲੰਘ ਗਈ ਖਾਂਦੇ ਖਾਂਦੇ, ਔਰ ਵਧਦੀ ਗਈ ਏ ਸਿਦਕ ਸਬੂਰੀ। ਤੁਸਾਂ ਚੋਬੇ ਆਦੇ ਪਏ ਆਵੇ ਨਾ ਜੀ ਜੀ, ਦੇਖੋ ਇੱਥਾਂ ਵਧਦੀ ਗਈ ਏ ਸਿਦਕ ਸਬੂਰੀ, ਚੋਭੇ ਸੱਟਾਂ ਖਾਂਦੇ ਖਾਂਦੇ ਹਾਏ ਹਾਏ। ਸੋ ਇਹ ਚੋਭੇ ਜਿਹੜੇ ਇੱਥੇ ਚੋਭੇ ਹੁੰਦੇ ਨੇ, ਉਹਦੇ ਨਾਲ ਇਨਸਾਨ ਜਿਹੜਾ ਹੈ ਉਹਦੀ ਜਿਹੜੀ ਉਹ ਆਸ਼ਕੀ ਹੈ ਜਾਂ ਉਹਦੇ ਜਿਹੜੇ ਜਜ਼ਬੇ ਹੈ ਜੀ ਜੀ ਜੀ, ਉਹ ਬਹਿ ਪੁਖਤਾ ਪੁਖਤਾ ਤਰ ਥੀਂਦੇ ਨੇ, ਜ਼ਿਆਦਾ ਮਜ਼ਬੂਤ ਥੀਂਦੇ ਨੇ ਜੀ ਜੀ। ਚੋਭੇ ਸੱਟਾਂ ਖਾ ਕੇ ਵਧਦੀ ਗਈ ਹੈ ਸਿਦਕ ਸਬੂਰੀ, ਚੋਭੇ ਸੱਟਾਂ ਖਾਂਦੇ ਖਾਂਦੇ, ਔਰ ਯਾਰ ਦੇ ਦਰ 'ਤੇ ਪਹੁੰਚੀ ਵੈਸੂ, ਯਾਰ ਦੇ ਦਰ 'ਤੇ ਪਹੁੰਚੀ ਵੈਸੂ, ਰੁੜਦੇ ਪੁੜਦੇ ਢਾਂਦੇ ਢਾਂਦੇ, ਯਾਰ ਦੇ ਦਰ 'ਤੇ ਪਹੁੰਚੀ ਵੈਸੂ, ਰੁੜਦੇ ਪੁੜਦੇ ਢਾਂਦੇ ਢਾਂਦੇ, ਔਰ ਸਬਰ ਦਾ ਬੂਟਾ ਸੜ ਗਏ ਉੱਕਾ। ਅੱਛਾ, ਸਬਰ ਦਾ ਬੂਟਾ ਸੜ ਗਏ ਉੱਕਾ, ਤੇਰੀ ਕਾਵੜ ਸਾਂਧੇ ਸਾਂਧੇ, ਸਬਰ ਦਾ ਬੂਟਾ ਸੜ ਗਏ ਉੱਕਾ, ਤੇਰੀ ਕਾਵੜ ਸਾਂਧੇ ਸਾਂਧੇ। ਔਰ ਇਹਦਾ ਮਕਤਾ ਸੁਣੋ ਜੀ, ਬੜਾ ਅੱਛਾ ਲੱਗ ਸੀ ਤੁਹਾਨੂੰ, ਕਿ ਉਮਰਾ ਲੰਘ ਗਈ ਚਾਂਦ ਅਸਾਕੂ, ਬਿਲਕੁਲ ਉਮਰਾ ਲੰਘ ਗਈ ਚਾਂਦ ਅਸਾਕੂ, ਵਕਤ ਦੇ ਖੱਲੇ ਖਾਂਦੇ ਖਾਂਦੇ ਖਾਂਦੇ, ਉਮਰਾ ਲੰਘ ਗਈ ਚਾਂਦ ਅਸਾਕੂ, ਵਕਤ ਦੇ ਖੱਲੇ ਖਾਂਦੇ ਖਾਂਦੇ। ਸ਼ੁਕਰੀਆ ਬਹੁ ਬਹੁ ਅਜ਼ੀਜ਼, ਵਾਹ ਜੀ ਵਾਹ, ਵਾਹ ਜੀ ਵਾਹ, ਮਜ਼ਾ ਆ ਗਿਆ। ਮਿਹਰਬਾਨੀ, ਕਿਉਂ ਨਾ ਆਖੂੰ ਕਿ ਸਾਡੀ ਜਿਹੜੀ ਜ਼ਬਾਨ ਹੈ ਰੱਬ ਦੀ ਜ਼ਬਾਨ ਹੈ, ਉਸ ਭਗਵਾਨ ਦੀ ਜ਼ਬਾਨ ਹੈ ਅਤੇ ਸਭ ਤੋਂ ਮਿੱਠੀ ਜ਼ਬਾਨ ਹੈ। ਅਤੇ ਮੇਰੇ ਕੋਲ ਬਹੁ ਫਕਰ ਥੀਂਦਾ ਹੈ ਕਿ ਮੈਂ ਮੁਲਤਾਨੀ ਹਾਂ, ਅਤੇ ਹੀ ਕਰਕੇ ਮੈਂ ਤਾਂ ਆਪਣੇ ਨਾਮ ਦੇ ਅੱਗੋਂ ਵੀ ਲਿਖਣਾ ਕੇਸ਼ੂ ਮੁਲਤਾਨੀ। ਮੈਂ ਵੀ ਦੇਖੋ ਜਦੋਂ ਆਉਂਦੇ ਨੇ ਸਰਵੇ ਵਾਲੇ ਆਉਂਦੇ ਨੇ ਨਾ ਜੀ, ਜਾਂ ਕਿਥਾਈ ਵੀ ਮਦਰ ਟੰਗ ਮਤਲਬ ਮਾਂ ਬੋਲੀ ਲਿਖਣੀ ਹੁੰਦੀ ਹੈ, ਮੈਂ ਹਮੇਸ਼ਾ ਸਰਾਇਕੀ ਲਿਖਦਾ, ਉੱਥੋਂ ਮੈਂ ਹਿੰਦੀ ਉਰਦੂ ਨਹੀਂ ਲਿਖਦਾ ਜੀ। ਹਾਲਾਂਕਿ ਹੁਣ ਸਾਡਾ ਜਿੱਥੇ ਮੈਂ ਰਹਿੰਦਾ ਹਰਿਆਣੇ ਦੇ ਵਿੱਚ, ਇੱਥੋਂ ਦੀ ਜਿਹੜੀ ਸਟੇਟ ਲੈਂਗੁਏਜ ਹੈ ਜੀ, ਸੂਬੇ ਦੀ ਜਿਹੜੀ ਜ਼ਬਾਨ ਹੈ ਉਹ ਹਿੰਦੀ ਹੈ, ਹਿੰਦੀ ਹੈ। ਵੈਸੇ ਵੀ ਸਾਡੀ ਕੌਮੀ ਜ਼ਬਾਨ ਨੈਸ਼ਨਲ ਜ਼ਬਾਨ ਵੀ ਹਿੰਦੀ ਹੈ, ਲੇਕਿਨ ਮੇਰੀ ਮਾਂ ਬੋਲੀ ਜਿਹੜੀ ਹੈ ਉਹ ਸਰਾਇਕੀ ਹੀ ਹੈ, ਔਰ ਸਰਾਇਕੀ ਹੀ ਰਾਸੀ ਹਮੇਸ਼ਾ, ਕਿਥਾਈ ਵੀ ਲਿਖਣਾ ਪੋਸੀ ਸਰਾਇਕੀ ਹੀ ਲਿਖਸਾਂ ਮੈਂ। ਹੀ ਕਰਕੇ ਮੇਰੇ ਕੋਲ ਬਹੁਤ ਸਾਰੇ ਬੰਦੇ ਸਰਾਇਕੀ ਵਾਲੇ ਲਿਖਦੇ ਨੇ ਅਤੇ ਊਂ ਆਦੇ ਨੇ ਸਰਾਇਕੀ ਜ਼ਿੰਦਾਬਾਦ, ਮੈਂ ਵੀ ਕਹਿੰਦਾ ਜੀ ਸਰਾਇਕੀ ਜ਼ਿੰਦਾਬਾਦ। ਅਤੇ ਚੰਦ ਸਾਹਿਬ, ਇਹ ਤਾਂ ਠੀਕ ਗਈ ਤੁਹਾਡੀ ਸ਼ਾਇਰੀ ਦੀ ਗੱਲ ਵੀ ਆ ਗਈ, ਬਚਪਨ ਦੀ ਗੱਲ ਵੀ ਆ ਗਈ, ਤੁਹਾਡਾ ਸਾਰਾ ਕੁਛ ਆ ਗਿਆ, ਖੁਸ਼ੀਆਂ ਵੀ ਆ ਗਈ, ਗਮ ਵੀ ਆ ਗਏ। ਤੁਸਾਂ ਵਿੱਚੇ ਕਿੱਥੇ ਨਾ ਕਿੱਥੇ ਜ਼ਿਕਰ ਕੀਤਾ ਹੈ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਸੂਬਾ, ਮੇਰਾ ਘਰ, ਮੇਰੇ ਰਸਤੇ ਉਵੇਂ ਦੇ ਉਵੇਂ ਪੈਣ, ਮੈਂ ਹਿਜਰਤ ਕਰਕੇ ਆਇਆ, ਜ਼ਿਆਰਤ ਕਰਕੇ ਆਇਓ ਤੁਸਾਂ ਉੱਥਾਂ। ਅਤੇ ਜ਼ਰਾ ਉਸ ਕਿੱਸੇ ਕੋ ਅਸਾਂ ਛੇੜੀਏ ਕਿ ਕਿਆ ਮੰਜ਼ਰ ਹਾਈ ਜੇ ਵੇਲੇ ਤੁਸਾਂ ਉਸ ਮਿੱਟੀ 'ਤੇ ਪੈਰ ਰੱਖਾ। ਬਟਵਾਰੇ ਦੇ ਵੇਲੇ 1947 ਦੇ ਵਿੱਚ ਅਸਾਂ ਆਪਣੀ ਜਨਮ ਭੂਮੀ ਛੋੜ ਕੇ ਅਤੇ ਇੱਥੋਂ ਆ ਗਏ ਅਸੀਂ, ਜਿਵੇਂ ਤੁਹਾਨੂੰ ਦੱਸੇ। ਉਹਦੇ ਬਾਅਦ ਬੜੇ ਮੌਕੇ ਆਏ, ਮੈਂ ਤਫਸੀਲ 'ਚ ਨਾ ਵੈਸਾ ਲੰਬੀ ਗੱਲ ਹੈ, ਦੋ ਤਰੇ ਵਾਰੀ ਮੌਕੇ ਆਏ ਜਦੋਂ ਪਾਕਿਸਤਾਨ ਮੈਕੂ ਉੱਥੋਂ ਇੱਕ ਅਵਾਰਡ ਇੰਟਰਨੈਸ਼ਨਲ ਆਪਣੀ ਬਾਡੀ ਹੈ ਉੱਥੋਂ, ਲਈਆ ਉਹਦਾ ਸਦਰ ਮੁਕਾਮ ਹੈ, ਉਹਨਾਂ ਇੱਕ ਨਸੀਮੇ ਲਈਆ ਅਵਾਰਡ ਹੈ, ਉਹ ਮੇਰੇ ਨਾਂ ਅਨਾਊਂਸ ਕੀਤਾ ਮੈਕੂ। ਉਹ ਮੈਂ ਆਪਣੇ ਪ੍ਰਮਾਣ ਪੱਤਰ ਤੋਂ ਭੇਜ ਦਿੱਤਾ ਡਾਕ ਦੇ ਜ਼ਰੀਏ, ਅਤੇ ਉਹ ਚਾਹੁੰਦੇ ਹਨ ਵੀ ਤੁਸੀਂ ਆਓ
ਇਸ ਤਰ੍ਹਾਂ ਅਸਾਂ ਮਹਿਫਿਲ ਸਜਾ ਕੇ ਅਤੇ ਤੁਹਾਨੂੰ ਉਹ ਜੀ ਬਿਲਕੁਲ ਆਪਣੇ ਸਨਮਾਨਿਤ ਕਰੂੰ। ਲੇਕਿਨ ਦੂਸਰੇ ਵਾਰੀ ਮੌਕੇ ਆਏ ਤਾਂ ਮੈਂ ਨਹੀਂ ਬਣ ਸਕਿਆ। ਬਟ 2010 ਦੇ ਵਿੱਚ ਯਾਨੀ ਕਿ 63 ਸਾਲਾਂ ਦੇ ਬਾਅਦ ਮੌਕਾ ਮਿਲਿਆ, ਰੱਬ ਨੇ ਸਾਡੀ ਮਨ ਦੀ ਆਵਾਜ਼ ਸੁਣੀ ਅਤੇ ਮੈਂ ਸਾਡੇ ਜਿਹੜੇ ਸੂਬੇ ਦੇ ਆਪਣੇ ਰਾਜ ਕਵੀ ਹਨ, ਸਭ ਤੋਂ ਪਹਿਲੇ ਰਾਜ ਕਵੀ ਹਨ ਪ੍ਰੋਫੈਸਰ ਉਦੇ ਬਾਨੂ ਹੰਸ ਜੀ, ਉਹ ਮੇਰੇ ਵੱਡੇ ਭਰਾ ਹੀ ਹਨ, ਮੇਰੇ ਵਤਨੀ ਹਨ, ਉਹ ਆਪਣੇ ਉੱਥੋਂ ਦੇ ਆਪਣੇ ਦਹਿਰਾਦੀਨ ਦੇ ਹਨ, ਅਤੇ ਉਹਨਾਂ ਦੇ ਨਾਲ ਮੈਂ ਕੋ ਵੰਜਣ ਦਾ ਮੌਕਾ ਮਿਲਿਆ। ਇੱਕ ਤੁਹਾਡੇ ਸਾਡੇ ਨਾਲ ਇੱਕ ਹੋਰ ਪੱਤਰਕਾਰ ਹਨ ਹਿਸਾਰ ਦੇ ਜੀ, ਉਹ ਸਰੈਕੀ ਇਲਾਕੇ ਦੇ ਤਾਂ ਨਹੀਂ ਹੈ ਲੇਕਿਨ ਉਹ ਵੈਸੇ ਨਾਲ ਸਾਡੇ, ਉਹਨਾਂ ਕੋਲ ਸ਼ੌਕ ਆਏ, ਅਸੀਂ ਤਰੀਏ ਗਿਆ ਸੀ ਅਤੇ ਉੱਥੋਂ ਸਾਡਾ ਕੋਈ ਤਕਰੀਬਨ 2 ਹਫ਼ਤੇ ਕਿਆਮ ਥਿਆ। ਅਸਾਂ ਗਏ ਲਾਹੌਰ, ਲਾਹੌਰ ਰਹੇ ਉੱਥਾਂ ਉਤਰੇ ਜੀ, ਉੱਥਾਂ ਮੈਨੇ ਲਈਆ ਦੇ ਇੱਕ ਪ੍ਰੋਫੈਸਰ ਦੋਸਤ ਹਨ ਪ੍ਰੋਫੈਸਰ ਡਾਕਟਰ ਜਾਫਰ ਬਲੋਚ, ਮੈਂ ਉਹਨਾਂ ਦੇ ਦਰਸ਼ਨ ਤਾਂ ਨਹੀਂ ਕਰ ਸਕਿਆ ਉਹਨਾਂ ਦੀ ਹਯਾਤ ਵਿੱਚ, ਲੇਕਿਨ ਕਲਮੀ ਦੋਸਤੀ ਆਈ ਔਰ ਇਹ ਅਹਿਸਾਸ ਆਈ ਕਿ ਸਾਡੇ ਵਤਨੀ ਹਨ, ਲਈਏ ਦੇ ਹਨ ਉਹ। ਲੇਕਿਨ ਜਿਸ ਵੇਲੇ ਅਸਾਂ 2010 ਵਿੱਚ ਗਏ ਤਾਂ ਉਹਨਾਂ ਦਾ ਬੇਟਾ ਉੱਥਾਂ ਹੀ ਲਾਹੌਰ ਹੀ ਰਹਿੰਦੇ, ਉਹ ਸ਼ੋਏਬ ਬਲੋਚ, ਇਤਨਾ ਪਿਆਰਾ ਬੇਟਾ ਉਹ, ਹਾਲਾਂਕਿ ਉਹ ਸਿਰਫ ਇਤਨਾ ਹਾਈ ਪਤਾ ਵੀ ਮੇਰੇ ਵਾਲਿਦ ਦੇ ਦੋਸਤ ਹਨ, ਲੇਕਿਨ ਉਸ ਸ਼ਖਸ ਨੇ ਦੇਖੋ ਇਤਨੀ ਹੈਲਪ ਕੀਤੀ। ਉਹ ਵੀ ਬੜਾ ਲੰਬਾ ਕਿੱਸਾ ਹੈ, ਮੈਂ ਉਹ ਵੀ ਪੂਰਾ ਨਹੀਂ ਸੁਣਿਆ, ਲੇਕਿਨ ਉਸਨੇ ਬੜੀ ਸਾਡੀ ਖਿਦਮਤ ਕੀਤੀ, ਦਫ਼ਤਰ ਤੋਂ ਛੁੱਟੀ ਗਿਣ ਕੇ ਕਈ ਦਿਨ ਸਾਡੇ ਨਾਲ ਘੁੰਮਦਾ ਰਿਹਾ ਔਰ ਬੜੀ ਮਦਦ ਕੀਤੀ ਸਾਡੀ ਹਰ ਲਿਹਾਜ਼ ਦੇ ਨਾਲ। ਉਹਦੇ ਬਾਅਦ ਅਸਾਂ ਮੁਲਤਾਨ ਕੁਛ ਘੰਟੇ, ਮੁਲਤਾਨ ਦਾ ਵੀਜ਼ਾ ਸਾਡੇ ਕੋਲ ਕੋਈ ਨਾ, ਰਾਤੀ ਨਾ ਅਸੀਂ ਰਹਿ ਸਕਦੇ, ਲੇਕਿਨ ਸਾਡਾ ਜਿਸ ਵੇਲੇ ਗਏ ਅਸਾਂ ਇੱਥੋਂ ਲਾਹੌਰ ਤੋਂ ਸਿੱਧੇ ਮੁਲਤਾਨ ਗਏ ਅਸੀਂ, ਕੁਛ ਘੰਟੇ ਅਸਾਂ ਉੱਥਾਂ ਰਹੇ। ਉਹਦੇ ਬਾਅਦ ਫਿਰ ਮੁਜ਼ੱਫਰਗੜ੍ਹ 'ਚੋਂ ਥੀਂਦੇ ਹੋਏ ਦੇਹਰਾਦੀਨ ਪਨਾਹ ਅਸਾਂ ਰੁਕਿਆ ਸੀ, ਉਹਦੇ ਬਾਅਦ ਫਿਰ ਲਈਆ ਗਏ ਕੁਛ ਦਿਨ ਦੇ ਬਾਅਦ, ਲਈਏ ਦੇ ਬਾਅਦ ਮੈਂ ਫਿਰ ਆਪਣੇ ਵਤਨ ਕਰੋੜ ਗਿਆ। ਅਤੇ ਇਹ ਮੈਂ ਮੇਰਾ ਮਤਲਬ ਇਹ ਜਿੱਥਾਂ ਜਿੱਥਾਂ ਵੀ ਅਸੀਂ ਗਏ ਹਾਂ, ਲਾਹੌਰ ਦੇ ਵਿੱਚ ਤੁਹਾਨੂੰ ਦੱਸਿਆ ਮੈਂ ਸ਼ੋਏਬ ਬਲੋਚ, ਡਾਕਟਰ ਜਾਫਰ ਬਲੋਚ ਦਾ ਬੇਟਾ, ਔਰ ਫਿਰ ਦੇਹਰਾਦੀਨ ਪਨਾਹ ਦੇ ਵਿੱਚ ਜਮਸ਼ੇਦ ਰਾਣਾ ਸਾਹਿਬ ਹਨ ਜਿਨ੍ਹਾਂ ਦੀ ਬੇਟੀ ਦੀ ਸ਼ਾਦੀ ਅਸਾਂ ਅਟੈਂਡ ਕੀਤੀ ਉੱਥੋਂ, ਉਹ ਹੰਸ ਜੀ ਦੇ ਮਕਾਨ ਦੇ ਵਿੱਚ ਸ਼ੁਰੂ ਤੋਂ ਹਾਂ ਉਹੀ ਰਹਿ ਰਹੇ ਹਨ। ਅਸਾਂ ਜਦੋਂ ਪਹੁੰਚੇ ਹਾਂ, ਅਸਲ 'ਚ ਹੰਸ ਜੀ ਸਾਕੂੰ ਗਿਣ ਗਿਆ ਨੂੰ ਮੌਕੇ 'ਤੇ ਇਹੀ ਵਾਸਤੇ ਕਿ ਉਹਨਾਂ ਦੀ ਬੇਟੀ ਦੀ ਸ਼ਾਦੀ ਆਈ, ਉਹ ਸ਼ਾਦੀ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹਨ ਔਰ ਮੈਂ ਕੋਈ ਸ਼ਾਮਿਲ ਕਰਨਾ ਚਾਹੁੰਦੇ ਹਨ ਉਹਦੇ ਵਿੱਚ। ਇਹ ਬੜਾ ਅੱਛਾ ਮੁਬਾਰਕ ਮੌਕਾ ਆਈ। ਉਹਦੇ ਬਾਅਦ ਵਤ ਅਸਾਂ ਲਈਏ ਗਏ ਅਤੇ ਲਈਏ ਮੇਰੇ ਅਸਲ 'ਚ ਮੇਰਾ ਜਿਹੜਾ ਅਸਲੀ ਬਾਇਸ ਕਸ਼ਿਸ਼ ਜਿਹੜਾ ਮੇਰਾ ਹਾਈ ਵਜਨ ਦਾ ਉੱਥਾਂ, ਸਭ ਤੋਂ ਪਹਿਲੇ ਮੇਰੀ ਗਜ਼ਲ ਛੱਪੀ ਆਈ ਇੱਕ 1994 ਦੇ ਵਿੱਚ ਮੁਲਤਾਨ ਦੇ ਇੱਕ ਸਰੈਕੀ ਅਦਬ ਉਹਦਾ ਨਾਂ ਹੈ ਰਸਾਲੇ ਦਾ, ਸਰੈਕੀ ਰਸਾਲੇ ਦੇ ਵਿੱਚ, ਤਾਂ ਉਹ ਪੜ੍ਹ ਕੇ ਲਈਏ ਦੇ ਇੱਕ ਹੁਣ ਉਹ ਅਲੱਗ ਪਿਆਰੇ ਥੀ ਗਏ ਮੀਆਂ ਇਲਾਹੀ ਬਖਸ਼, ਤਾਂ ਉਹ ਉਸ ਵੇਲੇ ਉਹਨਾਂ ਉਹ ਗਜ਼ਲ ਪੜ੍ਹੀ, ਉਹ ਇਤਨੇ ਯਾਨੀ ਕਿ ਨੇਕ ਦਿਲ ਇਨਸਾਨ ਹਨ ਔਰ ਇਤਨੇ ਪਿਆਰੇ ਇਨਸਾਨ ਹਨ, ਉਹਨਾਂ ਕੋਲ ਪਤਾ ਕਹਿਣਾ ਵੀ ਮੈਂ ਕਿੱਥਾਂ ਰਹਿੰਦਾ, ਕਿਉਂਕਿ ਮੇਰਾ ਪਤਾ ਕੋਈ ਨਾ ਲਿਖਿਆ ਹੋਇਆ ਗਜ਼ਲ ਦੇ ਉੱਤੇ, ਸਿਰਫ ਪਤਾ ਤਾਂ ਲਿਖਿਆ ਹੋਇਆ ਲੇਕਿਨ ਇਹ ਨਾ ਹੀ ਲਿਖਿਆ ਹੋਇਆ ਕਿ ਮੈਂ ਕਿੱਥੋਂ ਦਾ ਹਾਂ, ਮੇਰਾ ਉੱਥੋਂ ਦਾ ਕੁਰਕਸ਼ੇਤਰ ਦਾ ਪਤਾ ਲਿਖਿਆ ਹੋਇਆ। ਉਹਨਾਂ ਕੀ ਕੀਤਾ, ਉਹਦੀ ਗਜ਼ਲ ਦੀ ਫੋਟੋ ਕਾਪੀ ਕਰਾਈ, ਫੋਟੋ ਕਾਪੀ ਕਰਾ ਕੇ ਨਾਲ ਉਹ ਮੈਂ ਕੋਲ ਭੇਜੀ ਇੱਕ ਅਣਜਾਣ ਆਦਮੀ ਕੋ ਮਤਲਬ, ਔਰ ਨਾਲ ਇੱਕ ਖਤ ਭੇਜਿਆ ਕਿ ਮੈਂ ਕੋਲ ਬੜੀ ਖੁਸ਼ੀ ਥਈ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਕੋ ਹਾਲੇ ਤੱਕ ਨਾ ਸਿਰਫ ਯਾਦ ਰੱਖਿਆ ਹੋਇਆ ਬਲਕਿ ਆਪਣੀ ਮਾਂ ਬੋਲੀ ਦੇ ਵਿੱਚ ਇਤਨੇ ਅੱਛੇ ਸ਼ੇਅਰ ਵੀ ਲਿਖਦੇ ਹੋ, ਅਤੇ ਤੁਸੀਂ ਕਿੱਥੋਂ ਦੇ ਹੋ ਮੈਂ ਕੋਈ ਦੱਸੋ। ਅਤੇ ਉਹਨਾਂ ਕੋਲ ਜਿਹੜੇ ਵੇਲੇ ਮੈਂ ਦੱਸਿਆ ਵੀ ਮੈਂ ਤਾਂ ਜ਼ਿਲ੍ਹਾ ਲਈਆ ਦਾ ਹੀ ਰਹਿਣ ਵਾਲਾ, ਤਾਂ ਉਹਨਾਂ ਦਾ ਫਿਰ ਪਿਆਰ ਬਿਲਕੁਲ ਇਤਨਾ ਜ਼ਿਆਦਾ ਹੋ ਗਿਆ, ਬੜੀਆਂ ਕਿਤਾਬਾਂ ਉਹਨਾਂ ਮੈਂ ਕੋਲ ਭੇਜੀਆਂ ਉਹਦੇ ਬਾਅਦ, ਔਰ ਇਤਨੇ ਪਿਆਰੇ ਖਤ, ਲੰਬੇ ਲੰਬੇ ਖਤ ਲਿਖਦੇ ਹਨ। ਫਿਰ ਆਪਣੇ ਸਾਰੇ ਉਹਨਾਂ ਦਾ ਨਾ ਇੱਕ ਯਾਨੀ ਕਿ ਇੱਕ ਕਈ ਉਹਨਾਂ ਨੇ ਆਪਣੇ ਅੰਜਮਨਾਂ ਕਈ ਬਣਾਇਆ ਹੋਇਆ ਹਨ ਆਪਣਿਆਂ, ਅਤੇ ਉਹ ਸਾਰਿਆਂ ਕੋਲ ਮੇਰੇ ਖਤ ਲਿਖਾਏ ਉਹਨਾਂ ਨੇ, ਉਹ ਸਾਰਿਆਂ ਦੇ ਖਤ ਮੇਰੇ ਕੋਲ ਆਉਣ ਲੱਗ ਗਏ, ਮਤਲਬ ਇਤਨਾ ਪਿਆਰ ਉਹਨਾਂ ਦਿੱਤਾ ਮੈਂ ਕੋ। ਅਤੇ ਉਹ ਜਿਸ ਵੇਲੇ ਮੇਰੀ ਸਭ ਤੋਂ ਵੱਡੀ ਖਾਹਿਸ਼ ਪਾਕਿਸਤਾਨ ਬਣਨ ਦੀ ਇਹ ਆਈ ਕਿ ਮੈਂ ਮੀਆਂ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ 'ਚ ਉਹਨਾਂ ਦੇ ਕੋਲ ਬਾਹਵਾਂ, ਲੇਕਿਨ ਅਫਸੋਸ ਜਦੋਂ ਲਈਆ ਗਏ ਅਸਾਂ, ਅਤੇ ਬਾਕੀ ਤਾਂ ਬਹੁਤ ਸਾਰੇ ਦੋਸਤ ਹਨ, ਡਾਕਟਰ ਗੁਲਹਿਬਾਸ ਹਨ, ਸਲੀਮ ਅਖਤਰ ਹਨ, ਡਾਕਟਰ ਮੁਜ਼ੰਮਲ ਹੁਸੈਨ ਹਨ,
और डॉक्टर मुनव्वर बलोच हन और फिर को उत्थान को कोटदू हन अपने वो क्या नाम तनवीर मोहम्मद जई तो जिक्र किए हुए पहले और हनीफ सिमाब हन अरशद न्याजी हन उत्थान बहुत सारे प्यारे दोस्त हन तो वो लैया जैसे ले गए मियाँ जी को मिलया मैं तो वो मियाँ जी दे नाल कुछ मतलब इन द रीसेंट पास्ट मतलब उस वेले उन्हों की एक तो जवान बेटी शगुफ्ता उनका नाँ है शगुफ्ता बतूल वो बेचारी बेवा हो गई सी अच्छा और एक उन्होंने मियाँ जी का छोटा भरा आई जवान आई हुई उनकी भी मौत थी गई वो उनके नतीजे तौर पर इतना उन्होंने को दुख लग्या कि उन्होंने जड़ी जवान आई वो मतलब बोलना उन्होंने बंद हो गया जिसलिए मैं मिलया तो उस वे बोल ना सकते मैं बड़ा अफसोस आया मैं कहा मैं तो तुहाडे करके आया तुहाडे मुँह चो तुहाडे श्री बयानी सुन सुनना चाहता तुहाडे मिठे मिठड़े बोल तो वह बेचारे इशारे नाल गाल कर रहे हैं कई वेले मेरे पिठ से हथ फिर हैं कई वेले मेरे को अगों हथ जोड़ के बह बने वो बेटा उन्होंने इमदाद हुसैन वो बड़ा प्यारा बेटा एक शमशाद हुसैन उन्होंने भतीजा है दोनों बड़े अच्छे अच्छे प्यारे अजीज हैं और शमशाद तो जर्नलिस्ट भी है तो शायर भी है तो उन्होंने थोड़ा बहुत जिसलिए बुलेंद तो इमदाद जोड़ा है वह मैं कहूँ दसेंदा है लेकिन ओवरऑल मैं जी तो खास गाल दसना चाहता वो ये है कि जिथा जिथा भी असं गए हैं पाकिस्तान दो हफ्ते रहे हैं जिथा भी रहे हैं असं जितने भी लोग हैं उन्होंने को हालांकि पहला ना उन्हें मैं कोई डिठा हुआ ना मैं डिठा हुआ कुछ दे नाल कलमी राबता हाई लेकिन जिन्हें नहीं भी डिठा हुआ उन्होंने भी जो उन्होंने प्यार दिता जो उन्होंने इज्जत दी जो उन्होंने मेहमानी की साड़ी मैं तो दस नहीं सकता कोई कोई उनका कोई मुल ही नहीं और कोई जवाब भी नहीं उन्होंने अच्छा कुछ शायद इतना भी कोई इतना प्यार ना दे सके जितना प्यार उन्होंने लोगों ने दिते उन्होंने दिल में कोई रंजिश नहीं मैं समझना कि साडे नवाए मुल्कों के दरम्यान जी रंजिश है या कशीदगी है ये सिर्फ सियासी सतह के उत्ते है सियासी गल ही हैं कुछ जो नुहाएँ सरकारों के दरम्यान कुछ इनके रंजिश पैदा थी वी है अदरवाइज आम लोग जो उतों के वो बहु प्यारे प्यार दे भरे पैन जी हिंदुस्तान आना चाहते हैं घूमन वास्ते आना चाहते हैं साढ़े को आना चाहते हैं और वो आखते हैं कि भी ये किसी तरह ये जी दरम्यान की लकीर है ये किसी तरह हट जाए तो असं वक्त कट्ठे थी वजू मतलब ऐसा प्यारा जज्बा है उन्होंने दिल के तो मैं तो बड़े प्यारे बड़े खुशगवार तसरात गिन के आया उतों और हाले तक मेरे दिल में मतलब बड़े मैं को मुअत्तर करेंदे पैन मैं को खुशबू देंदे पैन और बड़ा दिल मेरा खुश है कि भी मैं जिस वतन दे विच मैं पैदा थी आम ऊँ धरती के लोग जड़े हैं वो इतने प्यारे प्यार भरे हैं उन्होंने अंदर इतना प्यार है इतनी मेहमानी यानी कि मेहमान नवाजी है इतनी मेजबानी जो उन्होंने सारी की उन्होंने कोई जवाब ही नहीं है बिल्कुल तो चंद साहब तुसा बड़े ही ज़्यादा खुशकिस्मत हो कि तुसा अपना घर डेक के आए हो जिते तुसा जम्मे आवे क्योंकि मैं बहुत सारे बुजुर्गों को मिल चुका जिन्हां दे दिले च इक हसरत है केशव यार एक बार घर दिखा दे या लैब चलो मेरे को तो बस ए जड़िया चीज़ा हैं पता नहीं कदन पूरियां थी सन कि असा कोई बुजुर्गों की हसरत पूरा करे सू या कोशिश तो करेंगे पे कि कई घर उवें दिखा दिते फोटो मंगा दतियन या कई को किसी नाल मिला दिता है तो थोड़ी जी राहत दी है तो कोशिश करे सू तो बाकी तुहाड़ा जो सफरनामा है मैं अपने देखने वाले को दसा कि इन्होंने जो किताब है इन्होंने उत्थों पाकिस्तान की जरा इन्हों जर्नी है वनण की जो सफरनामा है उन्होंने इन्हें लिखा है उनका एक अंश एक मात्र एक सफा मेरे को याद आता पे हो कि जे वेले तुसा अपने घर च अंदर बड़े तो उतना तुसा जरा बैठक आई बैठक के बच्चे तुसा डिठा है कि हाँ वो एक अलमारी जी हाई वो मिरर हाई अलमारी दे विच ना पूरे पूरे साइज का शीशा लगे हुआ है आदम का मिरर लगे हुआ है वो उमे कायम आई वाह वाह बड़ा साफ सुथरा आई मैं उसके बारे लिखा भी है वो सफरनामा देखो मैं लिखा आई पहले उर्दू विच जी हां क्योंकि मैं तो जैसे बुनियादी तौर पे मैं उर्दू का ही राइटर हां वो उथा छपया पहले उथा रावलपिंडी तो एक रिसाला निकलदे बड़े प्यारे मेरे मेरे छोटे भरा की तरह हैं जनाब गुलजार जावेद साहब जी हां
ਉਹ ਰਿਸਾਲਾ ਕੱਢੇ ਦਿੰਦੇ ਨੇ ਚਹਾਰ ਸੂ ਚਾਰੋਂ ਤਰਫ ਮਤਲਬ ਚਹਾਰ ਸੂ ਦੇ ਨਾਂ ਦਾ ਉਹ ਪਹਿਲੇ ਸਭ ਤੋਂ ਪਹਿਲੇ ਉੱਥੋਂ ਛੱਪਿਆ ਸੀ ਉਹਦੇ ਬਾਅਦ ਫਿਰ ਹਿੰਦ ਸਮਾਚਾਰ ਦੇ ਅਖਬਾਰ ਦੀ ਫਰਮਾਇਸ਼ ਆਈ ਸੀ ਉੱਥੋਂ ਉਹਨਾਂ ਨੇ ਇੱਕ ਕਿਸ਼ਤਾਂ ਦੇ ਵਿੱਚ ਛਾਪਣਾ ਸ਼ੁਰੂ ਹਾਂ ਹਰ ਹਫ਼ਤੇ ਇੱਕ ਕਿਸ਼ਤ ਆਉਂਦੀ ਆਈ ਕਈ ਮਹੀਨੇ ਚੱਲਦਾ ਰਿਹਾ ਉਹ ਕਿਸ਼ਤਾਂ 'ਚ ਛਪਿਆ ਉਹਦੇ ਬਾਅਦ ਫਿਰ ਇੱਕ ਦਿੱਲੀ ਦੇ ਇੱਕ ਰਸਾਲੇ ਨੇ ਇੱਕ ਕਿਸ਼ਤਾਂ ਵਿੱਚ ਛਾਪਿਆ ਉਰਦੂ ਦੇ ਵਿੱਚ ਉਹਦੇ ਬਾਅਦ ਫਿਰ ਮੇਰੀ ਇੱਕ ਅਜ਼ੀਜ਼ਾ ਹੈ ਮੇਰੀ ਉਰਦੂ ਦੀ ਸ਼ਾਗਿਰਦਾ ਹੈ ਉਹ ਔਰ ਹਿੰਦੀ ਦੀ ਉਹ ਪੀ ਐੱਚ ਡੀ ਹੈ ਔਰ ਮੇਰਾ ਉਰਦੂ 'ਚੋਂ ਹਿੰਦੀ ਦਾ ਕਿਉਂਕਿ ਮੇਰੀ ਆਪਣੀ ਹਿੰਦੀ ਇਤਨੀ ਚੰਗੀ ਕੋਈ ਨਹੀਂ ਕਿਉਂਕਿ ਮੈਂ ਹਿੰਦੀ ਸਿਰਫ 8ਵੀਂ ਜਮਾਤ 'ਚ ਪੜ੍ਹੀ ਆਈ ਅੱਛਾ ਨਾ ਉਹਦੇ ਤੋਂ ਪਹਿਲੇ ਨਾ ਉਹਦੇ ਤੋਂ ਬਾਅਦ ਤੋ ਇਸ ਕਰਕੇ ਮੇਰੀ ਹਿੰਦੀ ਜ਼ਿਆਦਾ ਕਾਬਿਲ ਇਤਮਾਦ ਨਹੀਂ ਰਿਲਾਇਬਲ ਨਹੀਂ ਹੈ ਅਤੇ ਉਹ ਮੇਰੀ ਮਦਦ ਕਰਦੀ ਹੈ ਊਂ ਦਾ ਹਿੰਦੀ ਦੇ ਵਿੱਚ ਤਰਜਮਾ ਕਰ ਦਿੱਤਾ ਤਾਂ ਮੇਰੀ ਹਿੰਦੀ ਦੀ ਇੱਕ ਕਿਤਾਬ ਹੈ ਮਜ਼ਾਮੀਨ ਦੀ ਕਿਤਾਬ ਹੈ ਲੇਖ 7 ਲੇਖ ਹਨ ਉਹਦੇ 'ਚ ਉਹਦੇ ਵਿੱਚ ਸ਼ਾਮਿਲ ਹੈ ਉਹਦੇ ਬਾਅਦ ਫਿਰ ਉਹਦਾ ਮੇਰੇ ਇੱਕ ਅਜ਼ੀਜ਼ ਦੋਸਤ ਹਨ ਕੁਰਕਸ਼ੇਤਰਾ ਯੂਨੀਵਰਸਿਟੀ ਦੇ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਹਨ ਪ੍ਰੋਫੈਸਰ ਡਾਕਟਰ ਸੀ ਐੱਲ ਜੁਨੇਜਾ ਚਮਨ ਲਾਲ ਜੁਨੇਜਾ ਉਹਨਾਂ ਉਹਦਾ ਅੰਗਰੇਜ਼ੀ 'ਚ ਤਰਜਮਾ ਕਰਕੇ ਉਹ ਅੰਗਰੇਜ਼ੀ ਵਾਲਾ ਜਿਹੜਾ ਤਰਜਮਾ ਹੈ ਉਹਦੀ ਇੱਕ ਵੱਖਰੀ ਕਿਤਾਬ ਛਪੀ ਹੋਈ ਹੈ ਅੱਛਾ ਇਹ ਬਾਂਡ ਆਫ ਲਵ ਉਹਦਾ ਨਾਂ ਹੈ ਠੀਕ ਹੈ ਉਹ ਵੱਖਰਾ ਮੋਨੋਗ੍ਰਾਫ ਹੈ ਤਾਂ ਉਹ 3 ਜ਼ਬਾਨਾਂ ਦੇ ਵਿੱਚ ਉਹ ਸਫ਼ਰਨਾਮਾ ਜਿਹੜਾ ਹੈ ਉਹ ਛਪਿਆ ਹੋਇਆ ਅਵੇਲੇਬਲ ਹੈ ਮਤਲਬ ਅਤੇ ਬਾਕੀ ਤੁਸੀਂ ਆਖੇ ਮੈਂ ਵਾਕਈ ਬੜਾ ਖੁਸ਼ਕਿਸਮਤ ਹਾਂ ਮੇਰੀ ਬੜੀ ਹਸਰਤ ਆਈ ਕਿ ਮੈਂ ਆਪਣੀ ਵਫਾਤ ਤੋਂ ਪਹਿਲੇ ਕਿਉਂਕਿ ਮੌਤ ਦੇਖਣਾ ਆਦਮੀ ਕਹਿੰਦੇ ਨੇ ਕਿ ਰੱਬ ਔਰ ਮੌਤ ਕੋਲੋਂ ਹਮੇਸ਼ਾ ਡਰਨਾ ਚਾਹੀਏ ਹਰ ਵੇਲੇ ਇਹ ਡਰ ਹੁੰਦੇ ਆਦਮੀ ਦੇ ਮਗਾਲ ਵੀ ਪਤਾ ਨਹੀਂ ਮੈਂ ਕਿਸ ਵੇਲੇ ਖਤਮ ਥੀ ਵਜ੍ਹਾ ਅਤੇ ਮੇਰੀ ਬੜੀ ਦਿੱਲੀ ਖਵਾਹਿਸ਼ ਆਈ ਕਿ ਮੈਂ ਆਪਣੀ ਵਫਾਤ ਤੋਂ ਪਹਿਲੇ ਇੱਕ ਵਾਰੀ ਆਪਣੇ ਵਤਨ ਕੋਲ ਆਪਣੀ ਜਨਮ ਭੂਮੀ ਕੋਲ ਜ਼ਰੂਰ ਦੇਖ ਕੇ ਆਵਾਂ ਅਤੇ ਇਹ ਲਿਹਾਜ਼ ਨਾਲ ਮੈਂ ਬੜਾ ਖੁਸ਼ ਵੀ ਹਾਂ ਅਤੇ ਬੜਾ ਖੁਸ਼ਕਿਸਮਤ ਵੀ ਹਾਂ ਜਿਵੇਂ ਤੁਸੀਂ ਫਰਮਾਏ ਕਿ ਮੈਂ ਆਪਣੀ ਧਰਤੀ ਕੋਲ ਕਮ ਸੇ ਕਮ ਇੱਕ ਵਾਰੀ ਮੱਥਾ ਟੇਕ ਆਇਆ ਉੱਥੋਂ ਦੀ ਧਰਤੀ ਕੋ ਮੈਂ ਬੋਸਾ ਦਿਆਂ ਆ ਜ਼ਿਆਰਤ ਕਰ ਆਇਆ ਮੱਥਾ ਟੇਕ ਆਇਆ ਮੈਂ ਅਤੇ ਬਾਕੀ ਬੜਾ ਖੁਸ਼ਕਿਸਮਤ ਹੈ ਮੈਂ ਪੈਦਾ ਤਾਂ ਕਹਿੰਦੀ ਸੀ ਉੱਥੇ ਲੇਕਿਨ ਬਾਬੂ ਜੀ ਮੇਰੇ ਵਾਲਿਦ ਸਭ ਉੱਥਾਂ ਪੈਦਾ ਥੈਨ ਅਤੇ ਉਹਨਾਂ ਕੋਲ ਸੁਣਨਾ ਉਹ ਧੁੰਦਲੀਆਂ ਗੱਲਾਂ ਮੇਰੇ ਕੋਲ ਦੱਸਦੇ ਹਨ ਕਿ ਹਾਂ ਕਿਉਂਕਿ ਉਹ ਜਿਹੜੇ ਆਏ ਹਨ ਉਹ 5-6 ਸਾਲ ਦੇ ਹਨ ਵੱਡੇ ਕਹਿਣਾ ਹਨ ਇਤਨਾ ਲੇਕਿਨ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਨਾਨੇ ਦੀ ਦਾਦੇ ਦੀ ਕਹਾਣੀਆਂ ਸੁਣ ਕੇ ਅਤੇ ਤੁਹਾਡੇ ਵਰਗੇ ਕਈ ਸਾਰੇ ਬਜ਼ੁਰਗਾਂ ਕੋਲ ਮਿਲ ਕੇ ਲੱਗਦਾ ਕਿ ਹਾਂ ਕਿਤੇ ਨਾ ਕਿਤੇ ਹੂੰ ਮਿੱਟੀ ਨਾਲ ਜੁੜਾਵ ਹੈ ਜੁੜਿਆ ਹੋਇਆ ਹਾਂ ਤਾਂ ਹੀ ਕਰਕੇ ਹੀ ਲੋਕ ਕਹਿੰਦੇ ਕਿ ਪਾਕਿਸਤਾਨ ਕਿਆ ਕਰੇ ਸੋ ਬਣ ਕੇ ਤਾਂ ਕਹਿੰਦਾ ਕਿ ਤੁਸੀਂ ਨਹੀਂ ਸਮਝ ਸਕਦੇ ਤੁਸੀਂ ਨਹੀਂ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੇ ਕਿ ਕਿਆ ਕਰੇ ਸਾ ਬਣ ਕੇ ਇੱਕ ਵੀਡੀਓ 'ਚ ਮੈਂ ਆਖਾ ਹੈ ਕਿ ਉੱਥਾਂ ਬਣ ਕੇ ਹੂੰ ਮਿੱਟੀ ਕੁਛ ਚੁੰਮਣਾ ਚਾਹੀਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਮੈਂ ਬੋਸਾ ਡੇ ਆਇਆ ਅਤੇ ਮੈਂ ਡੇਵਣਾ ਚਾਹੁੰਦਾ ਮੈਂ ਊਂ ਰੇਗਿਸਤਾਨ ਦੇ ਟਿੱਬਿਆਂ ਦੇ ਵਿੱਚ ਇੱਕ ਵਾਰੀ ਉਹ ਛਲਾਂਗਾ ਮਾਰਨਾ ਚਾਹੁੰਦਾ ਜਿੱਥੇ ਬਚਪਨ ਮੇਰੇ ਬਾਬੂ ਜੀ ਤੋਂ ਗੁਜ਼ਰਾਈ ਅਤੇ ਮੈਂ ਮਹਿਸੂਸ ਕਰਨਾ ਚਾਹੁੰਦਾ ਕਿ ਉਸ ਮਿੱਟੀ ਦੇ ਵਿੱਚ ਜਿਹੜੇ ਬਾਰਿਸ਼ ਪੈਂਦੀ ਆਈ ਅਤੇ ਕਿੱਚੜ ਥੀ ਵੈਂਦਾ ਆਈ ਅਤੇ ਉਹ ਕਿੱਚੜ ਦੇ ਵਿੱਚ ਜਿਹੜੇ ਉਹ ਪੈਰ ਕੁੱਦਦੇ ਹਨ ਅਤੇ ਉਹ ਇੱਕ ਦੂਜੇ ਕੋਲ ਛਪਾਕਾ ਛਪਾਕਾ ਮਰਿੰਦੇ ਹਨ ਅਤੇ ਉਹ ਖੇਡਦੇ ਹਨ ਰਾਤੀ ਰਾਤੀ ਛੁਪਨ ਛੁਪਾਈ ਖੇਡਦੇ ਹਨ ਅਤੇ ਉਹ ਜਿਹੜੀ ਬੇਰੀਆਂ ਦੇ ਬੇਰ ਤੁੜੇਂਦੇ ਹਨ ਅਤੇ ਲਸੂੜੇ ਹੁੰਦੇ ਹਨ ਅਤੇ ਫੁੱਟ ਹੁੰਦੀ ਆਈ ਅਤੇ ਕਿਆ ਕਿਆ ਹੁੰਦਾ ਜੀ ਮਤਲਬ ਸੁਣਨਾ ਅਤੇ ਖਜੂਰ ਹੁੰਦੀ ਆਈ ਅਤੇ ਮਤਲਬ ਚੰਦ ਸਾਹਿਬ ਅੱਜ ਬੜਾ ਹੀ ਫਿਰ ਮੈਂ ਖੁਸ਼ ਹਾਂ ਕਿ ਅੱਜ ਮੈਂ ਇੱਕ ਅੱਛੇ ਫਨਕਾਰ ਦੇ ਨਾਲ ਨਾਲ ਇੱਕ ਉਸ ਸ਼ਖਸ ਨਾਲ ਮੈਂ ਗੁਫਤਗੂ ਕੀਤੀ ਹੈ ਜਿਹੜਾ ਉੱਥਾਂ ਆਪਣੀ ਜਨਮ ਭੂਮੀ ਕੋ ਡੇਖ ਆਇਆ ਅਤੇ ਆਪਣੇ ਵਤਨ ਦੀ ਮਿੱਟੀ ਕੋ ਬੋਸਾ ਡੇ ਆਇਆ ਅਤੇ ਇਵੇਂ ਹੀ ਮੈਂ ਕੋਸ਼ਿਸ਼ ਕਰੇ ਸਾਂ ਕਿ ਹੋਰ ਉੱਥੋਂ ਆਏ ਹੋਏ ਬੰਦਿਆਂ ਦੇ ਤੁਹਾਡੇ ਨਾਲ ਗੱਲਾਂ ਕਰਵਾਉਂਦਾ ਰਹਾਂ ਉਹਨਾਂ ਦੀ ਗੱਲਾਂ ਤੁਹਾਨੂੰ ਸੁਣਵਾਉਂਦਾ ਰਹਾਂ ਅਤੇ ਤੁਸੀਂ ਸਾਡੇ ਬਸ ਵੀਡੀਓ ਦੇਖ ਕੇ ਸਭ ਕੁਝ ਜ਼ਰੂਰ ਕਮੈਂਟ ਕੀਤਾ ਕਰੋ ਕਿ ਹਾਂ ਕਿ ਇਹ ਤਾਂ ਪਤਾ ਤੁਸੀਂ ਕਰਿੰਦੇ ਹੋ ਇਹ ਵੀ ਦੱਸਿਆ ਕਰੋ ਕਿ ਜਿਹੜਾ ਸ਼ਖਸ ਤੁਸੀਂ ਸੁਣਿਆ ਉਹ ਤੁਹਾਡਾ ਪੜੋਸੀ ਹੈ ਤੁਹਾਡਾ ਕਦੀ ਦੋਸਤ ਹੈ ਕਦੇ ਤੁਹਾਡੇ ਨਾਲ ਪੜ੍ਹਦਾ ਹੈ ਜਾਂ ਤੁਸੀਂ ਆਪਣੇ ਬਜ਼ੁਰਗਾਂ ਤੋਂ ਉਹਨਾਂ ਦੇ ਪਰਿਵਾਰ ਦਾ ਨਾਂ ਸੁਣਿਆ ਤਾਂ ਫਿਰ ਸਭ ਕੁਝ ਲੱਗਦਾ ਕਿ ਹਾਂ ਅਸਾਂ ਕੁਛ ਕਰਿੰਦੇ ਪਏ ਹਾਂ ਜ਼ਰੂਰ ਸ਼ੁਕਰੀਆ ਅਗਲੇ ਨਵੇਂ ਐਪੀਸੋਡ ਦਾ ਇੰਤਜ਼ਾਰ ਕਰੋ ਤਬ ਤੱਕ ਸ਼ਬਾ ਖੈਰ ਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਥੈਂਕ ਯੂ ਖੁਸ਼ ਰਹੋ